हेलो एवरीवन वेरी गुड इवनिंग टू ऑल वेरी गुड आफ्टरनून टू ऑल वेलकम टू सक्सेस टी पंजाब सफलता के रुखे थोड़ा सारा रन निगा स्वागत है हाँ जी एम आई ऑडिबल आवाज आ रही है प्लीज़ एक बार कंफर्म कर दो हाँ जी आ, सब कुछ परफेक्ट है जी ओके okay. ਆਜੋ ਆਜੋ ਮਾਲਕੋ ਹੁਣ ਤੁਸੀਂ ਮਾਲਕੋ ਵਾਲਾ ਕੰਮ ਸ਼ੁਰੂ ਕਰਤਾ ਐ ਜਿਹੜੇ ਮੈਂ ਤੁਹਾਨੂੰ ਦੱਸਤਾ ਸੀ ਓਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸ ਆਹ ਓਏ ਯਾਰ ਇਹ ਜਦੋਂ ਵੀ ਮਤਲਬ ਮੈਂ ਪਾਣ ਲੱਗਦਾ ਨਾ ਮੈਨੂੰ ਐਂ ਹੁੰਦਾ ਸਭ ਤੋਂ ਪਹਿਲਾਂ ਵੀ ਆ ਕਿਤੇ ਤਾਂ ਨਹੀਂ ਹੋ ਰਿਹਾ ਨੋਸਟਾਲਜੀਆ ਦੇਖਣੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਹਾਲ ਚੱਲ ਨੇ ਸਾਰਿਆਂ ਦੇ ਹਾਂਜੀ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਅਗਰ ਇਸ ਸੈਸ਼ਨ ਦੀ ਗੱਲ ਕਰੀਏ ਠੀਕ ਹੈ ਇਸ ਸੈਸ਼ਨ ਦੇ ਵਿੱਚ ਆਪਾਂ ਕੀ ਕਰਦੇ ਹਾਂ ਜੋ ਆਪਾਂ ਆਲਰੇਡੀ 8 ਸੈਸ਼ਨ ਕੰਡਕਟ ਕਰ ਚੁੱਕੇ ਆ ਆਪਣੇ ਕੰਪਿਊਟਰ ਦੇ ਠੀਕ ਹੈ 8 ਸੈਸ਼ਨ ਜਿਹੜੇ ਆਪਾਂ ਕੰਡਕਟ ਕੀਤੇ ਆ ਉਹਦੇ ਵਿੱਚ ਜੇ ਅਗਰ ਆਪਾਂ ਦੇਖਿਆ ਜਾਵੇ ਟੌਪਿਕ ਟੌਪਿਕ ਵਾਈਜ਼ ਕਿਹੜੇ-ਕਿਹੜੇ ਆਪਾਂ ਐਮਸੀਕਿਊ ਕਵਰ ਕੀਤੇ ਆ ਤਾਂ ਸਭ ਤੋਂ ਪਹਿਲਾਂ ਆਪਣੇ ਕੋਲ ਕੀ ਆ ਜਾਂਦਾ ਜਨਰੇਸ਼ਨ ਜਾਂ ਟਾਈਪਸ ਆਫ ਕੰਪਿਊਟਰ ਠੀਕ ਹੈ ਜਾਂ ਫੰਡਾਮੈਂਟਸ ਬੇਸਿਕ ਚੀਜ਼ਾਂ ਉਹ ਕਵਰ ਕੀਤੀਆਂ ਉਸ ਤੋਂ ਬਾਅਦ ਜਿਹੜਾ ਆਪਾਂ ਨੈਕਸਟ ਟਾਪਿਕ ਪਿੱਕ ਕਿੱਤਾ ਸੀ ਉਹਦੇ ਵਿੱਚ ਆਪਣੇ ਕੋਲ ਕੀ ਆ ਗਿਆ ਸੀ ਇਨਪੁੱਟ ਆਉਟਪੁੱਟ ਡਿਵਾਈਸਸ ਜਾਂ ਪ੍ਰੋਸੈਸਿੰਗ ਡਿਵਾਈਸਸ ਤਾਂ ਇਹ ਕੁਝ ਦੋ ਟਾਪਿਕ ਸੀਗੇ ਜਿਹਦੇ ਆਪਾਂ ਹੁਣ ਤੱਕ 8 ਕਲਾਸਾਂ ਦੇ ਵਿੱਚ ਕਵਰ ਕੀਤੇ ਨੇ ਤੇ ਅੱਜ ਦੇ ਸੈਸ਼ਨ ਦੇ ਵਿੱਚ ਅੱਜ ਦੀ ਕਲਾਸ ਦੇ ਵਿੱਚ ਆਪਾਂ ਕੀ ਕਰ ਰਿਹਾ ਇਹ ਸਾਡੇ ਦੇ ਸਾਰੇ ਮਤਲਬ ਪਹਿਲੀ 8 ਕਲਾਸਾਂ ਦੀ ਆਪਾਂ ਰਿਵੀਜ਼ਨ ਕਰ ਰਹੇ ਹਾਂ ਮਤਲਬ ਉਸ ਦੋ ਟਾਪਿਕ ਦੇ ਵਿੱਚੋਂ ਕੁਝ ਐਜ ਇੰਪੋਰਟੈਂਟ ਕੁਐਸਚਨ ਜਿਹੜੇ ਐਗਜ਼ਾਮ ਓਰੀਐਂਟਡ ਵੀ ਆਪਣੇ ਲਈ ਇੰਪੋਰਟੈਂਟ ਹੋ ਸਕਦੇ ਉਹ ਵੀ ਡਿਸਕਸ ਕਰਾਂਗੇ ਤਾਂ ਤੁਹਾਡੇ ਜੋ ਕੁਝ ਐਜ ਸਟੂਡੈਂਟ ਜਿਨ੍ਹਾਂ ਨੇ ਪਹਿਲਾਂ ਕਲਾਸਿਸ ਨਹੀਂ ਲਗਾਈਆਂ ਹੋਣਗੀਆਂ ਮਤਲਬ ਉਹ ਵੀ ਮਤ ਅੱਜ ਆਪਾਂ ਕਰਨ ਜਾ ਰਹੇ ਆ ਠੀਕ ਐ ਆਲਵੇਸ ਕੈਂਟ ਜੀ ਤੀਆਂ ਲੱਗੀਆਂ ਪਈਆਂ ਤੀਆਂ ਲੱਗੀਆਂ ਪਈਆਂ ਅ ਵੀਡੀਓ ਰੁੱਕ ਰਹੀ ਐ ਜੀ ਵੀਡੀਓ ਰੁੱਕ ਰਹੀ ਐ ਓਕੇ ਡਿਸਟਰਬ ਜੀ ਐ ਮਾਈਕ ਦੇ ਵਿੱਚ ਇਹ ਸਾਰਿਆਂ ਨੂੰ ਐ ਜਾਂ ਕਿਸੇ ਕਿਸੇ ਨੂੰ ਲੱਗਦੀ ਐ ਡਿਸਟਰਬੈਂਸ ਪਹਿਲਾਂ ਹੁਣੀ ਦੱਸ ਦੋ ਤਾਂ ਕਿ ਇੱਕ ਵਾਰੀ ਆਪਾਂ ਚੈੱਕ ਕਰਵਾ ਲਈਏ ਠੀਕ ਐ ਸਰ ਜੀ ਕੱਲ ਤੁਸੀਂ ਪੀਪੀਐਸ ਵਾਲੇ ਗਰੁੱਪ ਵਿੱਚ ਐਂਟਰੀ ਕੀਤੀ ਹੈ ਨਾ ਜੀ ਹੈਰੀਮਾਨ ਹਾਂਜੀ ਕਿਸੇ ਨੇ ਸੁਜੈਸਟ ਕੀਤਾ ਸੀਗਾ ਇੱਕ ਆਪਣੇ ਸਟੂਡੈਂਟਸ ਨੇ ਕਰਨ ਠੀਕ ਹੈ ਉਹਨਾਂ ਨੇ ਕਿਹਾ ਸੀਗਾ ਵੀ ਸਰ ਜੁਆਇਨ ਕਰ ਲਓ ਮੈਂ ਕਿ ਸ਼ੋਰ ਅਗਰ ਕਿਸੇ ਦਾ ਗਰੁੱਪ ਹੈ ਮਤਲਬ ਅਗਰ ਫਾਇਦਾ ਹੋ ਰਿਹਾ ਠੀਕ ਹੈ ਤਾਉ ਬਹੁਤ ਵਧੀਆ ਗੱਲ ਹੈ ਚਲੋ ਠੀਕ ਹੈ ਫਿਰ ਮੈਂ ਪਹਿਲਾਂ ਹੀ ਕੋਈ ਚੈੱਕ ਕਰਵਾ ਲੈਣਾ ਠੀਕ ਹੈ ਐਦਾਂ ਹੀ ਆਪਾਂ ਦੇਖ ਲਈਏ ਉਸ ਤੋਂ ਬਾਅਦ ਕਿਤੇ ਤੁਹਾਨੂੰ ਜ਼ਿਆਦਾ ਦਿੱਕਤ ਨਾ ਆਵੇ ਮਾਈਕ ਦੀ ਠੀਕ ਹੈ ਹੂੰ ਓਕੇ ਆ ਪੱਕੀ ਗੱਲ ਆ ਹੁਣ ਓਕੇ ਆ ਕਰੀਏ ਫੇਰ ਸ਼ੁਰੂ ਆ ਅੱਜ ਦਾ ਸੈਸ਼ਨ ਦੇਖੋ ਮੇਰੀ ਗੱਲ ਸੁਣੋ ਆਜ ਦੇ ਸੈਸ਼ਨ ਦੇ ਵਿੱਚ 100 ਕੁਐਸਚਨ ਨੇ ਪੂਰੇ ਦੇ ਪੂਰੇ ਪੂਰੇ 100 ਕੁਐਸਚਨ ਨੇ ਹੁਣ ਦੇਖ ਲਓ ਤੁਸੀਂ ਡੇਢ ਘੰਟੇ ਚ ਖਤਮ ਕਰੋਗੇ ਜਾਂ 2 ਘੰਟਿਆਂ ਦੇ ਵਿੱਚ ਖਤਮ ਕਰੋਗੇ ਠੀਕ ਆ ਬਾਤ ਚ ਐਦਾਂ ਨਾ ਕਿਉਂ ਮੈਂ ਰੋਟੀ ਰੁੱਟੀ ਬਣਾਣੀ ਐ ਠੀਕ ਆ ਮੈਂ ਰੋਟੀ ਖਾਣੀ ਐ ਮੈਂ ਚਾਹ ਪੀਣੀ ਐ ਕਿਉਂਕਿ ਮੈਂ ਐਦਾਂ ਹੀ ਖੜਾ ਐਦਾਂ ਹੀ ਚੱਲੂੰਗਾ ਫਿਰ ਅ ਅੱਛਾ ਰਿਆਸਰ ਡਿਸਟਰਬੈਂਸੀ ਇੱਧਰ ਤਾਂ ਬਫਰ ਹੋ ਗਈ ਐ ਅ हूँ ठीक है हम डिस्टर्बेंस तो नहीं किसी शुरू करिए फिर चलो फिर ओके 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 ठीक है सर हाँ जी शुरुआत कर दें आज आपका सब तो पहला क्वेश्चन देखो ਵਿਚ ਇਲੈਕਟ੍ਰੋਨਿਕ ਕੰਪੋਨੈਂਟਸ ਆਰ ਯੂਜ਼ਡ ਇਨ 4th ਜਨਰੇਸ਼ਨ ਕੰਪਿਊਟਰ ਹਾਂਜੀ 4th ਜਨਰੇਸ਼ਨ ਕੰਪਿਊਟਰ ਦੀ ਗੱਲ ਕਰੀਏ ਤਾਂ ਇਹ ਜੇ ਕਿਹੜੇ ਇਲੈਕਟ੍ਰੋਨਿਕ ਕੰਪੋਨੈਂਟਸ ਹੈ ਜਿਹੜੇ ਯੂਜ਼ ਕੀਤੇ ਗਏ ਸੀ ਚੌਥੀ ਜਨਰੇਸ਼ਨ ਦੇ ਕੰਪਿਊਟਰ ਦੇ ਵਿੱਚ ਕਰ ਲਓ ਕਰ ਲਓ ਅਲੱਗ-ਅਲੱਗ ਆਨਸਰ ਦੇ ਦਿਓ ਸਾਰੇ ਹੀ ਠੀਕ ਹੈ ਇਦਾਂ ਇੱਕ ਆਨਸਰ ਨਾ ਦਿਓ ਚਲੋ ਠੀਕ ਹੈ ਰਾਈਟ ਆਨਸਰ ਦੀ ਗੱਲ ਕਰੀਏ ਰਾਈਟ ਆਨਸਰ ਆਪਾਂ ਨੂੰ ਕੀ ਆ ਜੂਗਾ ਅਗਰ ਆਪਾਂ 4th ਜਨਰੇਸ਼ਨ ਕੰਪਿਊਟਰਸ ਦੀ ਗੱਲ ਕਰੀਏ ਤਾਂ ਰਾਈਟ ਆਨਸਰ ਆਪਨੇ ਕੋਲ ਕੀ ਆ ਜੂਗਾ VLSI ਮਾਈਕਰੋ ਪ੍ਰੋਸੈਸਰ ਨਾਓ VLSI ਆਪਣੇ ਕੋਲ ਕੀ ਹੁੰਦਾ ਹੈ ਵੈਰੀ ਲਾਰਜ ਸਕੇਲ ਇੰਟੀਗ੍ਰੇਸ਼ਨ ਇੰਟੀਗ੍ਰੇਸ਼ਨ ਆਫ ਵਰਟ ਇੰਟੀਗ੍ਰੇਸ਼ਨ ਆਫ ਸਰਕਲਸ ਜਾਂ ਇੰਟੀਗ੍ਰੇਸ਼ਨ ਆਫ ਟ੍ਰਾਂਜ਼ਿਸਟਰਸ ਜਿਨ੍ਹਾਂ ਨੂੰ ਜੋੜ ਦਿੱਤਾ ਗਿਆ ਸੀ ਚੌਥੀ ਜਨਰੇਸ਼ਨ ਦੇ ਵਿੱਚ ਠੀਕ ਹੈ ਅਗਰ ਮੈਂ ਟ੍ਰਾਂਜ਼ਿਸਟਰਸ ਦੀ ਗੱਲ ਕਰਾਂ ਤਾਂ ਟ੍ਰਾਂਜ਼ਿਸਟਰ ਕਦੋਂ ਯੂਜ਼ ਹੋਏ ਸੀ ਆਪਣੇ ਕੋਲ ਸੈਕਿੰਡ ਜਨਰੇਸ਼ਨ ਦੇ ਵਿੱਚ ਟ੍ਰਾਂਜ਼ਿਸਟਰ ਐਜ਼ ਅ ਕੰਪੋਨੈਂਟ ਯੂਜ਼ ਕੀਤੇ ਗਏ ਸੀ ਅਗਰ ਮੈਂ ਆਈਸੀ ਦੀ ਗੱਲ ਕਰਾਂ ਇੰਟੀਗ੍ਰੇਟਿਡ ਸਰਕਲ ਤਾਂ ਆਪਣੇ ਕੋਲ ਕੀ ਆ ਜਾਊਗਾ थर्ड जनरे अपने को इंटीग्रेटेड सड़क यूज़ किए गए अगर मैं यूएल एस आई की गल करा तो मेरे को आजगा फिफ्थ जनरे अपने को आ गया अल्ट्रा लार्ज स्केल इंटीग्रेशन ठीक है जी बिल्कुल बिल्कुल सही हैरीमान बिल्कुल सही आप पूरा एक क्वेश्चन को भी लैके आए उस क्वेश्चन आप कवर करा ਈਬੇ ਨਹੀਂ ਹੋਣੇ ਹਾਂ ਠੀਕ ਹੈ ਹੈਰੀਮਨ ਆਪਾਂ ਪੂਰੀ ਸਪੀਡ ਖਿੱਚ ਦੇਣੀ ਆ ਜਿਵੇਂ ਕਿ ਤੁਸੀਂ ਸਾਰਿਆਂ ਨੇ ਕਿਹਾ ਸਪੀਡ ਖਿੱਚੋ ਚਲੋ ਫਿਰ ਸਪੀਡ ਖਿੱਚ ਹੀ ਲੈਨੇ ਆ ਠੀਕ ਹੈ 100 ਕੁਐਸਚਨ ਦੇਖੋ ਕਿਵੇਂ ਆਪਾਂ ਨੱਟਾਨੇ ਇਹ ਵੀ ਦੇਖ ਲੈਂਦੇ ਆ ਹਾਂਜੀ ਸੁਪਰ ਕੰਪਿਊਟਰ ਦੀ ਗੱਲ ਕਰੀਏ ਤਾਂ ਜਿਹੜਾ ਇੰਡੀਅਨ ਸਾਇੰਸ ਟਿਵ ਵੱਲੋਂ ਡਿਵੈਲਪ ਕੀਤਾ ਗਿਆ ਸੀ ਉਹਦਾ ਨਾਮ ਕੀ ਸੀਗਾ ਕਿਹੜਾ ਸੁਪਰ ਕੰਪਿਊਟਰ ਸੀਗਾ ਬਹੁਤ ਈਜ਼ੀ ਕੁਐਸਚਨ ਹੈ ਬਹੁਤ ਹੀ ਜ਼ਿਆਦਾ ਈਜ਼ੀ ਕੁਐਸਚਨ ਹੈ ਕਿਹੜੇ ਸਾਲ ਦੇ ਵਿੱਚ ਇਹਨੂੰ ਮਤਲਬ ਇੰਡੀਜਨਸਲੀ ਡਿਵੈਲਪ ਕੀਤਾ ਗਿਆ ਕਿਹਦੇ ਦੁਆਰਾ ਡਿਵੈਲਪ ਕੀਤਾ ਗਿਆ ਤੇ ਕਿਹੜੀ ਹੈ ਜੀ ਇੰਸਟੀਟਿਊਸ਼ਨ ਸੀ ਜਿਹਦੇ ਵਿੱਚ ਇਹਨੂੰ ਡਿਵੈਲਪ ਕੀਤਾ ਗਿਆ ਸੀ ਹਾਂਜੀ ਇਹ ਸਾਰੇ ਆਨਸਰ ਦੇਣੇ ਆ ਬਿਲਕੁਲ ਜੀ ਬਿਲਕੁਲ ਰਾਈਟ ਆਨਸਰ ਦੀ ਗੱਲ ਕਰੀਏ ਪਰਮ 8000 ਤਾਂ ਆਪਣੇ ਕੋਲ ਕੀ ਆ ਜਾਊਗਾ ਪਰਮ 1000 ਹਾਂਜੀ ਪਰ ਅਮ 8000 ਦੀ ਗੱਲ ਕਰਿਆ ਜੋ ਆਪਣੇ ਕੋਲ ਕੀ ਹੈ ਰਾਊਟ ਆਨਸਰ ਹੈ ਸਭ ਤੋਂ ਪਹਿਲਾਂ ਇੰਡੀਆ ਦਾ ਸੁਪਰ ਕੰਪਿਊਟਰ ਜੋ ਇੰਡੀਜੀਨੀਅਸ ਸੀਗਾ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ 1991 ਦੇ ਵਿੱਚ ਇਹਨੂੰ ਕੀ ਕੀਤਾ ਗਿਆ ਸੀ ਬਣਾਇਆ ਗਿਆ ਸੀ ਇੰਡੀਆ ਦੇ ਵਿੱਚ ਕਿਹਦੇ ਦੁਆਰਾ ਬਣਾਇਆ ਗਿਆ ਸੀ ਹਾਂਜੀ ਕਿਹਦੇ ਦੁਆਰਾ ਬਣਾਇਆ ਗਿਆ ਸੀ ਤਾਂ ਆਪਣੇ ਕੋਲ ਆਰਗੇਨਾਈਜੇਸ਼ਨ ਕਿਹੜੀ ਆ ਜੂਗੀ ਸੀਡੈਕ ਕਿਹਦੇ ਦੁਆਰਾ ਕਿਹੜੀ ਆਰਗੇਨਾਈਜੇਸ਼ਨ ਹੈ ਸੀਟੈਕ ਸੀਟੈਕ ਆਪਣੇ ਕੋਲ ਕੀ ਹੈ ਸੈਂਟਰ ਫॉर ਡਿਵੈਲਪਮੈਂਟ ਆਫ ਐਡਵਾਂਸ ਕੰਪਿਊਟਿੰਗ ਠੀਕ ਹੈ ਐਡਵਾਂਸ ਕੰਪਿਊਟਿੰਗ ਜਿਹੜੀ ਆਪਣੇ ਕੋਲ ਡਿਵੈਲਪਮੈਂਟ ਦਾ ਸੈਂਟਰ ਸੀ ਉਹਨੇ ਦੁਆਰਾ ਬਣਾਇਆ ਗਿਆ ਸੀ ਲੇਕਿਨ ਅਗਰ ਆਪਾਂ ਪਰਸਨ ਦੀ ਗੱਲ ਕਰੀਏ ਤਾਂ ਪਰਸਨ ਕਿਹੜੇ ਸੀ ਫਟਾਫਟ ਫਟਾਫਟ ਇੱਦਾਂ ਰਾਮਦਾਨ ਨਹੀਂ ਬਹਿਣਾ ਸੁਣਨਾ ਨਹੀਂ ਹੈ ਬੋਲਣਾ ਠੀਕ ਹੈ ਕਮੈਂਟ ਕਰਨੇ ਆ ਇਹ ਰਿਵੀਜ਼ਨ ਸੈਸ਼ਨ ਤਾਂ ਹੀ ਰੱਖਿਆ ਵੀ ਤੁਸੀਂ ਜ਼ਿਆਦਾ ਬੋਲੋਗੇ नो आइडिया ले या बिल्कुल सही विराज बिल्कुल सही तो अपने कोल की आ जाएगा बीजेपी भटकर की आजूगा बीजेपी भटकर इसी राइट आंसर ओके चलो ठीक है एक चीज और एडी गल करा ता जेड़ा परम एदा नाम रखा गया सी परम नाम क्यों रखा गया सी उरे पीछे रीजन की है उरे पीछे की वजह सी ता अपने कोल की आजूगा ਪੈਰਲਲ ਮਸ਼ੀਨਿੰਗ ਕਰਕੇ ਠੀਕ ਹੈ ਜਿਹਦੇ ਕਰਕੇ ਪਹਿਲੇ ਕੁਝ ਵਰਡ ਚੱਕੇ ਗਏ ਸੀ ਪਾਰਾ ਠੀਕ ਹੈ ਐਮ ਕਰ ਤੋਂ ਚੱਕਿਆ ਗਿਆ ਸੀ ਐਮ ਮਸ਼ੀਨ ਕਰਕੇ ਚੱਕਿਆ ਗਿਆ ਸੀ ਠੀਕ ਹੈ ਪੈਰਲਲ ਮਸ਼ੀਨਿੰਗ ਠੀਕ ਹੈ ਪਾਰਾ ਪਹਿਲਾਂ ਚੱਕਿਆ ਗਿਆ ਸੀ ਐਮ ਪਿੱਛੋਂ ਵੀ ਕੀਤਾ ਗਿਆ ਸੀ ਪੈਰਲਲ ਮਸ਼ੀਨਿੰਗ ਜਿਹਦੇ ਕਰਕੇ ਨਾਮ ਚੱਕਿਆ ਗਿਆ ਸੀਗਾ ਓਕੇ ਚਲੋ which is used as programming language in the first generation computer ਪਹਿਲੀ ਜਨਰੇਸ਼ਨ ਕੰਪਿਊਟਰ ਦੇ ਵਿੱਚ ਜਿਹੜੀ ਪ੍ਰੋਗਰਾਮਿੰਗ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ ਉਹ ਕਿਹੜੀ ਯੂਜ਼ ਕੀਤੀ ਜਾਂਦੀ ਸੀ ਇਹੀ ਨਹੀਂ ਯਾਦ ਠੀਕ ਹੈ ਦੇਖੋ ਆਪਸ਼ਨ ਦੇਖਣ ਚ ਵੀ ਥੋੜਾ ਟਾਈਮ ਬਰਬਾਦ ਹੁੰਦਾ ਨਾ ਵਿਜੇ ਵਿਰਾਜ ਕੀ ਹੋ ਗਿਆ ਸਭ ਤੋਂ ਵੱਡਾ ਥੋੜਾ ਕੀ ਆ ਯਾਰ ਕਿੰਨੇ ਗਲਤ ਆਂਸਰ ਦੇ ਰਹੇ ਹੋ ਕੀ ਹੋ ਗਿਆ ਤੁਹਾਨੂੰ ਬਿਲਕੁਲ ਬਿਲਕੁਲ ਰਾਈਟ ਆਨਸਰ will be ਮਸ਼ੀਨ ਲੈਂਗੁਏਜ ਰਾਈਟ ਆਨਸਰ ਵਿਲ ਬੀ ਮਸ਼ੀਨ ਲੈਂਗੁਏਜ ਪਹਿਲੀ ਜਨਰੇਸ਼ਨ ਦੇ ਵਿੱਚ ਕਿਹੜੀ ਯੂਜ਼ ਕੀਤੀ ਗਈ ਸੀ ਮਸ਼ੀਨ ਲੈਂਗੁਏਜ ਅਗਰ ਮੈਂ ਸੈਕੰਡ ਜਨਰੇਸ਼ਨ ਲੈਂਗੁਏਜ ਦੇ ਵਿੱਚ ਗੱਲ ਕਰਾਂ ਤਾਂ ਬਿਲਕੁਲ ਕੀ ਆ ਜੂਗੀ ਅਸੈਂਬਲੀ ਲੈਂਗੁਏਜ ਜਾਂ ਨੂੰ ਸਿੰਬੋਲਿਕ ਲੈਂਗੁਏਜ ਵੀ ਕਹਿੰਦੇ ਸੀ ਤੀਜੀ ਜਨਰੇਸ਼ਨ ਲੈਂਗੁਏਜ ਦੀ ਗੱਲ ਕਰੇ ਜਿੰਨੂੰ ਆਪਾਂ ਹਾਈ ਲੈਵਲ ਲੈਂਗੁਏਜ ਕਹਿੰਦੇ ਸੀ ਜਿਹਦੇ ਵਿੱਚ ਆਪਣੇ ਕੋਲ ਫੋਰਟਰਨ ਆ ਜਾਂਦੇ ਸੀ ਕਿ ਠੀਕ ਹੈ ਕੋਬੋਲ ਆ ਗਈ ਬੇਸਿਕ ਆ ਗਈ ਇਹ ਸਾਰੀਆਂ ਤੀਜੀ ਜਨਰੇਸ਼ਨ ਦੇ ਵਿੱਚ ਹੈ ਫੋਰਥ ਜਨਰੇਸ਼ਨ ਲੈਂਗੁਏਜ ਦੀ ਗੱਲ ਕਰੇ ਤਾਂ ਫੋਰਥ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਕੁਰੀ ਲੈਂਗੁਏਜ ਆਉਂਦੀ ਸੀ ਜਿਹਦੇ ਵਿੱਚ ਲੈਂਗੁਏਜ ਦੇ ਵਿੱਚ AI ਠੀਕ ਆ ਬਸ ਗੱਲ ਹੀ ਖਤਮ ਠੀਕ ਆ ਬਿਲਕੁਲ ਜੀ ਬਿਲਕੁਲ ਮਸ਼ੀਨ ਬਾਈਨਰੀ 101 ਬਿਲਕੁਲ ਸਹੀ ਰਿਆਸਤ ਕੀ ਗੱਲ ਮੱਥੇ ਤੇ ਹੱਥ ਨਾ ਮਾਰ ਮੱਥਾ ਕੰਧ ਤੇ ਮਾਰ ਓਕੇ ਨੈਕਸਟ ਵਟ ਇਜ਼ ਦੀ ਨੇਮ ਆਫ ਫਰਸਟ ਕੰਪਿਊਟਰ ਡਿਜ਼ਾਈਨ ਬਾਈ ਚਾਰਲਸ ਬੇਬੇਜ ਹਾਂਜੀ ਚਾਰਲਸ ਬੇਬੇਜ ਦੇ ਦੁਆਰਾ ਜਿਹੜਾ ਸਭ ਤੋਂ ਪਹਿਲਾ ਕੰਪਿਊਟਰ ਡਿਜ਼ਾਈਨ ਕੀਤਾ ਗਿਆ ਸੀ ਉਹਦਾ ਕੀ ਨਾਮ ਹੈ ਹਾਏ ਸਰ ਲੱਗ ਗੁਰਪ੍ਰੀਤ ਨੂੰ ਜਿਆਦਾ ਦੁੱਖ ਲੱਗਿਆ ਠੀਕ ਹੈ ਰਿਆਸਤ ਉਹ ਗੁੱਟਾ ਘੜਿਆ ਕਰਦਾ ਨਾ ਰਿਆਸਤ ਰਹਿੰਦੇ ਹੱਥ ਜੁੜੇ ਰਹਿੰਦੇ ਠੀਕ ਹੈ ਉਈਓ ਕੱਲ ਕਲੇਸ਼ ਹੋ ਜੂਗਾ ਮੈਂ ਉਈਓ ਫਸ ਜਾਣਾ ਅ ਬਿਲਕੁਲ ਜੀ ਬਿਲਕੁਲ ਆਪਸ਼ਨ ਸੀ ਆਪਸ਼ਨ ਸੀ ਬਿਲਕੁਲ ਸਹੀ ਬਿਲਕੁਲ ਸਹੀ ਰਾਈਟ ਆਨਸਰ ਇਜ਼ ਐਨਾਲਿਟਿਕਲ ਇੰਜਨ ਐਨਾਲਿਟਿਕਲ ਇੰਜਨ ਦੀ ਗੱਲ ਕਰੀ ਤਾਂ ਕਿਹੜੇ ਸਾਲ ਬਣਾਇਆ ਗਿਆ ਸੀਗਾ ਐਨਾਲਟਿਕਲ ਇੰਜਨ ਕਿਹੜੇ ਸਾਲ ਬਣਾਇਆ ਗਿਆ ਸੀਗਾ ਹਾਂਜੀ ਆਪਾਂ ਡਿਸਕਸ ਕੀਤੀਆਂ ਸਾਰੀ ਚੀਜ਼ਾਂ ਈਮਾਨਚੋ ਸਾਰੇ ਸਬੂਤ ਇਕੱਠੇ ਕਰਨ ਨੂੰ ਫਿਰਦਾ ਮੇਰੇ ਖਿਲਾਫ ਠੀਕ ਹੈ ਅਮਨਦੀਪ ਕੋਰ ਆਨਸਰ ਤੁਹਾਡਾ ਕਰੈਕਟ ਹੈ ਅਗਰ ਮੈਂ ਗੱਲ ਕਰਾਂ 1837 ਦੇ ਵਿੱਚ ਆਪਣੇ ਕੋਲ ਕੀ ਸੀਗਾ ਪ੍ਰੋਟੋਟਾਈਪ ਸੀਗਾ 87 ਪੀ ਆਰ ਓ ਟੀ ਯੂ ਟੀ ਵਾਈ ਪ੍ਰੋਟੋਟਾਈਪ ਠੀਕ ਹੈ 1837 ਦੇ ਵਿੱਚ ਇਹ ਪ੍ਰੋਟੋਟਾਈਪ ਜਿਹੜਾ ਉਹਨਾਂ ਨੇ ਬਣਾਇਆ ਸੀ ਲੇਕਿਨ 1833 ਦੇ ਵਿੱਚ ਆਡੀਓਨਾਈਟ ਡਿਵੈਲਪ ਕਰ ਦਿੱਤਾ ਗਿਆ ਸੀ ਇਹ ਜਿਹੜਾ ਪ੍ਰੋਟੋਟਾਈਪ ਉਹਨਾਂ ਨੇ ਬਣਾਇਆ ਸੀ ਫਰਦਰ ਮਤਲਬ ਅ ਅਡਵਾਂਸ ਲੈਵਲ ਤੋਂ ਨੇ ਬਣਾਣਾ ਸ਼ੁਰੂ ਕੀਤਾ ਸੀਗਾ ਠੀਕ ਹੈ ਇਹ ਹੋ ਗਿਆ ਇਹ ਹੋ ਗਿਆ ਇਹ ਹੋ ਗਿਆ ਅ ਇਹਦੇ ਵਿੱਚ ਹੋਰ ਕੁਝ ਸੀਗਾ ਹਾਂ ਚਾਰਲਸ ਬੈਬਜ ਦੇ ਇੱਕ ਸਟੂਡੈਂਟ ਵੀ ਸੀਗੇ ਚਾਰਲਸ ਬੈਬਜ ਦੇ ਇੱਕ ਸਟੂਡੈਂਟ ਵੀ ਸੀਗੇ ਉਹਨਾਂ ਦਾ ਨਾਮ ਕੀ ਸੀਗਾ ਨਹੀਂ ਨਹੀਂ ਇੰਜਨ ਇਹੀ ਸੀਗਾ ਐਨਾਲਿਟਿਕਲ ਇੰਜਨ ਹੀ ਸੀਗਾ 1837 ਦੇ ਵਿੱਚ ਪ੍ਰੋਟੋਟਾਈਪ ਜਿਹੜਾ ਉਹਨਾਂ ਨੇ ਬਣਾ ਦਿੱਤਾ ਸੀਗਾ ਬਿਲਕੁਲ ਜੀ ਬਿਲਕੁਲ ਸਹੀ ਕੋ ਨਾਮ ਕੀ ਨਾਮ ਆ ਤੁਹਾਡਾ ਸੋਨੀ ਐਲਸ਼ੇਅਰ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਕੀ ਆ ਜਾਊਗਾ ਲੇਡੀ ਐਡਾ ਲਵਲੇਸ ਜਾਂ ਉਹਨੂੰ ਲੇਡੀ ਅਗਸਟਾ ਵੀ ਕਿਹਾ ਜਾਂਦਾ ਜੋ ਚਾਰਲਸ ਬੈਬੇਜ਼ ਦੇ ਸਟੂਡੈਂਟ ਸੀਗੇ ਆ ਜਿਹਨਨੂੰ ਫਰਸਟ ਪ੍ਰੋਗਰਾਮਰ ਆਫ ਦੀ ਵਰਲਡ ਕਿਹਾ ਜਾਂਦਾ ਹੈ ਜਾਂ ਫਰਸਟ ਫੀਮੇਲ ਪ੍ਰੋਗਰਾਮਰ ਆਫ ਦੀ ਵਰਲਡ ਕਹਿ ਲੋ ਠੀਕ ਹੈ ਕਿਸੇ ਵੀ ਫਾਰਮ ਦੇ ਵਿੱਚ ਕਹਿ ਲੋ ਰਾਈਟ ਆਨਸਰ ਵਿਲ ਬੀ ਲੇਡੀ ਐਡਾ ਲਵਲੇਸ ਜਾਂ ਲੇਡੀ ਅਗਸਤਾ ਠੀਕ ਹੈ ਇਹ ਦੋਨੋਂ ਹੀ ਨਾਮ ਦੇ ਵਿੱਚੋਂ ਕੋਈ ਵੀ ਨਾਮ ਤੁਸੀਂ ਕਹਿ ਸਕਦੇ ਹੋ ਕਿਉਂਕਿ ਦੋਨਾਂ ਦੇ ਇਹੀ ਨਾਮ ਨੇ ਪੂਰੇ ਮੇਨ ਕੰਪੋਨੈਂਟ ਇਨ ਫਰਸਟ ਜਨਰੇਸ਼ਨ ਪਹਿਲੀ ਜਨਰੇਸ਼ਨ ਦੇ ਵਿੱਚ ਕਿਹੜਾ ਕੰਪੋਨੈਂਟ ਯੂਜ਼ ਕੀਤਾ ਜਾਂਦਾ ਸੀ ਓ ਪਹਿਲੀ ਜਨਰੇਸ਼ਨ ਦੇ ਵਿੱਚ ਕਿਹੜਾ ਕੰਪੁਨੈਂਟ ਬਿਲਕੁਲ 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 ਸਹੀ ਕਿਹੜਾ ਆਪਣੇ ਕੋਲ ਵੈਕਿਊਮ ਟਿਊਬਸ ਵੈਕਿਊਮ ਟਿਊਬਸ ਦੀ ਗੱਲ ਕਰੀਏ ਤਾਂ ਐਨੀ ਹੈ ਕਿ ਜਿਹੜਾ ਸਭ ਤੋਂ ਪਹਿਲਾ ਕੰਪਿਊਟਰ ਸੀ ਜਿਹਦੇ ਵਿੱਚ ਵੈਕਿਊਮ ਟਿਊਬਸ ਯੂਜ਼ ਕੀਤੇ ਗਏ ਸੀ 18000 ਤੋਂ ਵੀ ਜ਼ਿਆਦਾ ਵੈਕਿਊਮ ਟਿਊਬਸ ਯੂਜ਼ ਕੀਤੇ ਗਏ ਸੀ ਠੀਕ ਹੈ ਕਿੰਨੀਆਂ 18000 ਤੋਂ ਵੀ ਜ਼ਿਆਦਾ ਵੈਕਿਊਮ ਟਿਊਬਸ ਯੂਜ਼ ਕੀਤੀਆਂ ਗਈਆਂ ਸੀ ਇਨ ਵਿੱਚ ਜਨਰੇਸ਼ਨ ਆਫ ਕੰਪਿਊਟਰਸ ਇੰਟੀਗ੍ਰੇਟਿਡ ਸਰਕਟ ਡਿਡ ਕਮ ਇਨਟੂ ਐਗਜ਼ਿਸਟੈਂਸ ਹਾਂਜੀ ਅਗਰ ਮੈਂ ਆਈਸੀ ਦੀ ਗੱਲ ਕਰਾਂ ਤਾਂ ਆਈਸੀ ਐਜ਼ ਅ ਕੰਪੋਨੈਂਟ ਕਿਹੜੀ ਜਨਰੇਸ਼ਨ ਦੇ ਵਿੱਚ ਆ ਗਏ ਸੀ ਅੱਛਾ ਹੋਰ ਸਪੀਡ ਖਿੱਚਾਂ ਠੀਕ ਹੈ ਜੀ ਹਾਂਜੀ आईसीडी ਗੱਲ ਕਰੀਏ ਇੰਟੀਗ੍ਰੇਟਿਡ ਸਰਕਟ ਦੀ ਗੱਲ ਕਰੀਏ ਕਿਹੜੀ ਜਨਰੇਸ਼ਨ ਦੇ ਵਿੱਚ ਆਗੇ ਸੀ ਬਿਲਕੁਲ 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 ਸਹੀ ਤੀਜੀ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਆਈਸੀ ਆਗੇ ਸੀ ਪਹਿਲੀ ਜਨਰੇਸ਼ਨ ਦੇ ਵਿੱਚ ਹੁੰਨੀ ਆਪਾਂ ਪੜਿਆ ਵੈਕਿਊਮ ਟਿਊਬਸ ਦੂਜੀ ਜਨਰੇਸ਼ਨ ਦੇ ਵਿੱਚ ਟ੍ਰਾਂਜ਼ਿਸਟਰ ਚੌਥੀ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਕੀ ਆਗੇ ਸੀ ਵੀ ਐਲ ਐਸ ਆਈ ਆ ਗਿਆ ਸੀਗਾ ਠੀਕ ਹੈ ਵੀ ਐਲ ਐਸ ਆਈ ਆ ਗਿਆ ਸੀਗਾ ਤੀਜੀ ਜਨਰੇਸ਼ਨ ਇਨ ਵਿੱਚ ਆਪਣੇ ਕੋਲ ਇੰਟੀਗ੍ਰੇਟਿਡ ਸਰਕਟ ਹਾਂਜੀ ਇਨ ਵਿੱਚ ਜਨਰੇਸ਼ਨ ਬੈਚ ਪ੍ਰੋਸੈਸਿੰਗ ਵਾਸ ਮੇਨਲੀ ਯੂਜ਼ਡ ਇਸ ਚੀਜ਼ ਤੇ ਫੋਕਸ ਕਰਿਓ बैच प्रोसेसिंग दी ਗੱਲ ਕੀਤੀ ਹੈ ਕਿਹੜੀ ਜਨਰੇਸ਼ਨ ਦੇ ਵਿੱਚ ਜਿਹੜੀ ਬੈਚ ਪ੍ਰੋਸੈਸਿੰਗ ਸੀ ਉਹ ਜ਼ਿਆਦਾਤਰ ਯੂਜ਼ ਕੀਤੀ ਗਈ ਸੀ ਬਿਲਕੁਲ ਸਹੀ ਹੈਰੀਮਾਨ ਬਿਲਕੁਲ ਸਹੀ ਅਗਰ ਆਪਾਂ ਗੱਲ ਕਰੀਏ ਇੰਟੀਗ੍ਰੇਟਿਡ ਸਰਕਟ ਦੀ ਤਾਂ 1947 ਦੇ ਵਿੱਚ ਬਿਲਕੁਲ ਜੀ ਰੋਬਰਟ ਨਾਇਸ ਦੁਆਰਾ ਇਹ ਸਭ ਤੋਂ ਪਹਿਲੀ ਵਾਰ ਹੀ ਬਣਾਇਆ ਗਿਆ ਸੀ ਬਣਾਇਆ ਨਹੀਂ ਗਿਆ ਸੀ ਮਤਲਬ ਇਹਨਾਂ ਨੇ ਪੇਟੈਂਟ ਕਰਾ ਲਿਆ ਸੀ ਆਪਣੇ ਨਾਮ ਤੇ ਠੀਕ ਹੈ ਜਿਹਦੇ ਕਰਕੇ ਇਹਨਾਂ ਦਾ ਨਾਮ ਹੀ ਮਤਲਬ ਬਣਾਏ ਵੀ ਇਹਨਾਂ ਦੇ ਦੁਆਰਾ ਗਿਆ ਸੀ ਜਿਹਦੇ ਕਰਕੇ ਇਹਨਾਂ ਨੇ ਪੇਟੈਂਟ ਵੀ ਕਰਵਾਇਆ ਸੀ ਬਿਲਕੁਲ ਜੀ ਬਿਲਕੁਲ ਬੈਚ ਪ੍ਰੋਸੈਸਿੰਗ ਕੀ ਹੁੰਦੀ ਹੈ ਵੀ ਇੱਕੋ ਆਪਰੇਸ਼ਨ بار-बार ਚੱਲ ਰਿਹਾ ਤੇ ਉਹੀ ਆਪਰੇਸ਼ਨ ਚੱਲਦਾ ਰਹੂਗਾ ਠੀਕ ਹੈ ਸਭ ਤੋਂ ਪਹਿਲੀ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਬੈਚ ਪ੍ਰੋਸੈਸਿੰਗ ਯੂਜ਼ ਹੋਈ ਸੀ ਬੈਚ ਪ੍ਰੋਸੈਸਿੰਗ ਦਾ ਮਤਲਬ ਕੀ ਹੈ ਜਿਹੜੇ ਆਪਾਂ ਪੰਚ ਟੇਪ ਯੂਜ਼ ਕਰਦੇ ਸੀ ਪੰਚ ਟੇਪ ਜਿਹੜੀਆਂ ਯੂਜ਼ ਕਰਦੇ ਸੀ ਉਹ ਬੈਚ ਪ੍ਰੋਸੈਸਿੰਗ ਦੇ ਵਿੱਚ ਹੀ ਮੇਨਲੀ ਯੂਜ਼ ਕੀਤੀਆਂ ਜਾਂਦੀਆਂ ਸੀ ਬਿਲਕੁਲ ਸਹੀ ਹੋ ਇਨਵੈਂਟਡ ਆਈਸੀ ਇੰਟੀਗ੍ਰੇਟਿਡ ਸਰਕਟ ਦੀ ਗੱਲ ਕਰੀਏ ਕਿਦੇ ਦੁਆਰਾ ਇਨਵੈਂਟ ਕੀਤਾ ਗਿਆ ਸੀ नैन्सी क्रॉस चेक ਕਰ ਲਓ आंसर ਆਪਣਾ ओके फाइनली ठीक है बिल्कुल जी बिल्कुल राइट आंसर दी ਗੱਲ ਕਰੇ ਤਾਂ ਆਪਣੇ ਕੋਲ ਕੀ ਆ ਜੂਗਾ ਜੈਕ ਕਿਲਬੀ ਨੇ ਦੁਆਰਾ ਆਈਸੀ ਇਨਵੈਂਟ ਕੀਤਾ ਗਿਆ ਸੀ ਅਗਰ ਮੈਂ ਇਹ ਪੁੱਛਾਂ ਕਿਹੜੇ ਸਾਲ ਦੇ ਵਿੱਚ ਕੀਤਾ ਗਿਆ ਸੀ ਐਨੀਬਡੀ ਕਿਹੜੇ ਸਾਲ ਦੇ ਵਿੱਚ ਕੀਤਾ ਗਿਆ ਸੀ ਹਰਮਨ ਉੱਚ ਠੀਕ ਹੈ ਤੁਸੀਂ ਪ੍ਰੀਵਿਅਸ ਕੁਸ਼ਚਨ ਆਨਸਰ ਕੀਤਾ ਸੀਗਾ ਦੇਖੋ ਪੰਜ ਕਾਰਡ ਦੇਖੋ ਇੱਥੇ ਵੀ ਥੋੜੀ ਆਪਣੇ ਕੋਲ ਹੋ ਜਾਣੀ ਆਪਣੀ ਡਿਬੇਟ ਜੀ ਪਰ ਆਪਾਂ ਇਹਦੇ ਤੇ ਵੀ ਗੱਲ ਕਰਾਂਗੇ ਠੀਕ ਹੈ ਅ ਨਹੀਂ ਜੀ ਨਹੀਂ ਨਹੀਂ ਜੀ ਨਹੀਂ ਆਪਣੇ ਕੋਲ ਕੀ ਆ ਜੂਗਾ 1958 ਕਦੋਂ 1958 ਦੇ ਵਿੱਚ ਆਈ ਸੀ ਸੀਗੇ ਜੈ ਕਿਲਬੀਰ ਦੇ ਦੁਆਰਾ ਜਿਹੜੇ ਬਣਾਏ ਗਏ ਸੀ ਇੱਕ ਰੈਵਲੂਸ਼ਨਰੀ ਐਦਾ ਕਹ ਲਓ ਮਾਈਕਰੋ ਇਲੈਕਟ੍ਰੋਨਿਕ ਆਪਣੇ ਕੋਲ ਕਿਸੇ ਕੰਪੋਨੈਂਟ ਇਨਰ ਇਸ ਤਿਆਰ ਕਰ ਦਿੱਤਾ ਗਿਆ ਸੀ ਠੀਕ ਹੈ ਜੀ ਓਕੇ ਇਨ ਵਿੱਚ ਜਨਰੇਸ਼ਨ ኦਪਰੇਟਿੰਗ ਸਿਸਟਮ ਵਰ ਬਿਲਟ ਹਾਂ ਜੀ ኦਪਰੇਟਿੰਗ ਸਿਸਟਮ ਦੀ ਗੱਲ ਕਰੀਏ ਕਿਹੜੇ ਜਨਰੇਸ਼ਨ ਦੇ ਵਿੱਚ ਬਣਾ ਦਿੱਤੇ ਗਏ ਸੀ ਬਿਲਕੁਲ ਗੂਫੀ ਵਾਹ ਕੀ ਨਾਮ ਹੈ ਗੂਫੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਨੈਸੀ ਵਿਰਾਜ ਗੁਰਪ੍ਰੀਤ ਹੈਰੀ ਤੀਜੀ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਜਿਹੜੇ ኦਪਰੇਟਿੰਗ ਸਿਸਟਮ ਸੀਗੇ ਉਹ ਬਿਲਡ ਕਰ ਦਿੱਤੇ ਗਏ ਸੀਗੇ ਠੀਕ ਹੈ ਇਹ ਨਾਲ ਰਿਲੇਟਡ ਇੱਕ ਹੋਰ ਕੁਸ਼ਨ ਹੈ ਜਿਹੜਾ ਅੱਗੇ ਆਊਗਾ ਮੈਂ ਬਾਕੀ ਚੀਜ਼ਾਂ ਉੱਥੇ ਡਿਸਕਸ ਕਰੂੰਗਾ ਠੀਕ ਹੈ ਵੀ ਕਿਹੜਾ ኦਪਰੇਟਿੰਗ ਸਿਸਟਮ ਸੀਗਾ ਲਿਟਲ ਯੂ ਕੁਸ਼ਨ ਬਣਾ ਕੇ ਪਾਇਆ ਹੋਇਆ ਆਪਾਂ ਠੀਕ ਹੈ ਵੀ ਕਿਹੜਾ ਆਪਰੇਟਿੰਗ ਸਿਸਟਮ ਸੀਗਾ ਹਾਂ ਜੀ ਇਹਨਾਂ ਵਿੱਚ ਜਨਰੇਸ਼ਨ ਮਾਈਕਰੋ ਪ੍ਰੋਸੈਸਰ ਵਰ ਇੰਟਰੋਡਿਊਸ ਹਾਂ ਜੀ ਮਾਈਕਰੋ ਪ੍ਰੋਸੈਸਰ ਕਦੋਂ ਇੰਟਰੋਡਿਊਸ ਕੀਤੇ ਗਏ ਸੀ ਉਹਨੂੰ ਆਈਡੀਆ ਹੋ ਜੂਗਾ ਲਿਟਰਲੀ ਪਵਨ ਕੀ ਹੋ ਗਿਆ ਬਿਲਕੁਲ 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 ਅਗਰ ਮੈਂ ਗੱਲ ਕਰਾਂ ਫੋਰਥ ਜਨਰੇਸ਼ਨ ਦੇ ਵਿੱਚ ਕਿਹੜੀ ਫੋਰਥ ਜਨਰੇਸ਼ਨ ਦੇ ਵਿੱਚ ਜਿਹੜੇ ਮਾਈਕਰੋ ਪ੍ਰੋਸੈਸਰ ਸੀ ਉਹਨਾਂ ਨੂੰ ਇੰਟਰੋਡਿਊਸ ਕਰ ਦਿੱਤਾ ਗਿਆ ਸੀ ਸਭ ਤੋਂ ਪਹਿਲਾ ਮਾਈਕਰੋ ਪ੍ਰੋਸੈਸਰ ਕਦੋਂ ਬਣਾਇਆ ਗਿਆ ਸੀ ਤਾਂ ਆਪਣੇ ਕੋਲ ਕੀ ਆ ਜੂਗਾ 1971 ਦੇ ਵਿੱਚ ਸਭ ਤੋਂ ਪਹਿਲਾ ਮਾਈਕਰੋ ਪ੍ਰੋਸੈਸਰ ਬਣਾਇਆ ਗਿਆ ਸੀ ਕਿਹੜੀ ਕੰਪਨੀ ਦੇ ਦੁਆਰਾ ਬਣਾਇਆ ਗਿਆ ਸੀ ਤਾਂ ਆਪਣੇ ਕੋਲ ਕੀ ਆ ਜੂਗਾ ਇੰਟਲ ਦੇ ਦੁਆਰਾ ਬਣਾਇਆ ਗਿਆ ਸੀ ਤੇ ਮਾਈਕਰੋ ਪ੍ਰੋਸੈਸਰ ਦਾ ਨਾਮ ਕੀ ਸੀ ਇੰਟਲ 4004 ਮਾਈਕਰੋ ਪ੍ਰੋਸੈਸਰ ਦਾ ਨਾਮ ਸੀਗਾ ਠੀਕ ਹੈ ਕਿਹੜੀ ਕਿਹੜੀ ਕੰਟਰੀ ਦੇ ਦੁਆਰਾ ਬਣਾਇਆ ਗਿਆ ਸੀ ਤਾਂ ਆਪਣੇ ਕੋਲ ਕੀ ਆ ਜੂ ਬਿਲਕੁਲ ਸਹੀ ਬਿਲਕੁਲ ਸਹੀ ਐਡਸੈਕ ਹਾਂਜੀ ਐਡਸੈਕ ਕਿਸ ਵਰਡ ਤੋਂ ਸਟੈਂਡ ਕਰਦਾ ਐਡਸੈਕ ਦਾ ਕੀ ਮਤਲਬ ਹੈ ਤੁਹਾਨੂੰ ਹਮੇਸ਼ਾ ਮੈਂ ਕਿਹਾ ਐਡਸੈਕ ਬਹੁਤ ਈਜ਼ੀ ਹੈ ਡਿਫਾਈਨ ਕਰਨਾ ਅਗਰ ਤੁਹਾਨੂੰ ਐਸ ਦਾ ਮੀਨਿੰਗ ਪਤਾ ਹੈ ਬਾਕੀ ਅਧੀਆਂ ਆਪਸ਼ਨਾਂ ਤੁਹਾਡੀਆਂ ਵੈਸੇ ਹੀ ਕੈਨਸਲ ਆਊਟ ਹੋ ਜਾਣਗੀਆਂ ਠੀਕ ਹੈ ਬਿਲਕੁਲ ਸਹੀ ਨੈਂਸੀ ਅ ਹਿਮਾਂਸ਼ੂ ਹੈਰੀ ਰਿਆਸਤ ਕਰੋਸੈਕ ਕਰ ਲੋ ਬਿਲਕੁਲ ਬਿਲਕੁਲ ਐਸਾ ਮਤਲਬ ਕੀ ਹੁੰਦਾ ਸਟੋਰੇਜ ਮਤਲਬ ਸਭ ਤੋਂ ਪਹਿਲਾ ਇਹ ਜਾਂ ਕੰਪਿਊਟਰ ਸੀਗਾ ਪਹਿਲੀ ਜਨਰੇਸ਼ਨ ਦੇ ਵਿੱਚ ਜਿਹਦੇ ਵਿੱਚ ਸਟੋਰੇਜ ਅਵੇਲੇਬਲ ਸੀ ਕੀ ਸੀ ਸਟੋਰੇਜ ਅਵੇਲੇਬਲ ਸੀ ਜਿਹੜੀ ਕੋਈ ਇਨਫੋਰਮੇਸ਼ਨ ਆਪਾਂ ਦੇ ਰਹੇ ਸੀ ਜਿਹੜਾ ਕੋਈ ਪ੍ਰੋਗਰਾਮ ਆਪਾਂ ਮਤਲਬ ਦੇ ਰਹੇ ਸੀਗੇ ਕੰਪਿਊਟਰ ਨੂੰ ਉਹ ਸਾਰਾ ਸਾਰਾ ਉਹ ਸਟੋਰ ਕਰ ਲੈਂਦਾ ਸੀਗਾ ਕਿ ਆਪਣੇ ਕੋਲ ਇਲੈਕਟ੍ਰੀਕਲ ਡਿਲੇ ਸਟੋਰੇਜ ਆਟੋਮੈਟਿਕ ਕੈਲਕੂਲੇਟਰ ਜਾਂ ਕੰਪਿਊਟਰ ਦੋਨਾਂ ਦੇ ਵਿੱਚੋਂ ਕੁਝ ਵੀ ਲਿਖਿਆ ਆ ਸਕਦਾ ਹੈ ਇਸ ਜਗ੍ਹਾ ਤੇ ਕੰਪਿਊਟਰ ਵੀ ਹੋ ਸਕਦਾ ਹੈ ਕੈਲਕੂਲੇਟਰ ਵੀ ਹੋ ਸਕਦਾ ਹੈ ਰਾਈਟ ਆਨਸਰ ਇਜ਼ ਦਿਸ ਅੱਛਾ ਸਟੋਰੇਜ ਕੰਪਿਊਟਰ ਦੇ ਵਿੱਚ ਸਟੋਰੇਜ ਕਰਨ ਦਾ ਇੱਕ ਆਈਡੀਆ ਸੀਗਾ ਕਿਸੇ ਇੱਕ ਬਹੁਤ ਮਸ਼ਹੂਰ ਪਰਸਨ ਦੇ ਦੁਆਰਾ ਉਹ ਆਈਡੀਆ ਦਿੱਤਾ ਗਿਆ ਸੀ ਕਿਹੜੇ ਪਰਸਨ ਦੀ ਗੱਲ ਕਰ ਰਹੇ ਆਪਾਂ ਬਿਲਕੁਲ ਸਹੀ ਹੈਰੀਮਨ ਅਗਰ ਮੈਂ ਗੱਲ ਕਰਾਂ ਇਹ ਜਿਹੜਾ ਆਪਣੇ ਕੋਲ ਕੰਪਿਊਟਰ ਜਾਂ ਕੈਲਕੂਲੇਟਰ ਕਦੋਂ ਬਣਾਇਆ ਗਿਆ ਸੀਗਾ 1948 ਦੇ ਵਿੱਚ ਇਹਨੂੰ ਬਣਾਇਆ ਗਿਆ ਸੀਗਾ 1948 ਕਿਹਦੇ ਦੁਆਰਾ ਬਣਾਇਆ ਗਿਆ ਸੀ ਮੌਰਿਸ ਵੈਲਿਸ ਦੇ ਦੁਆਰਾ ਬਣਾਇਆ ਗਿਆ ਸੀ ਜੋ ਯੂਕੇ ਦੇ ਰਹਿਣ ਵਾਲਿਆ ਤਾਂ ਯੂਕੇ ਦੀ ਇੱਕ ਟੀਮ ਨੇ ਮਿਲ ਕੇ ਸਾਰਾ ਸਾਰਾ ਬਣਾਇਆ ਗਿਆ ਸੀ ਅ ਬਿਲਕੁਲ ਜੀ ਬਿਲਕੁਲ ਜਿਹੜਾ ਸਟੋਰੇਜ ਦਾ ਆਈਡੀਆ ਸੀਗਾ ਸਟੋਰੇਜ ਦਾ ਆਈਡੀਆ ਕਿਹਨੇ ਦਿੱਤਾ ਸੀ ਜੋਨ ਵੋਨ ਨਿਊਮਨ ਦੁਆਰਾ ਇਹ ਆਈਡੀਆ ਦਿੱਤਾ ਗਿਆ ਸੀਗਾ ਜਿਹੜੀ ਉਹਨਾਂ ਨੇ ਐਡਵੈਕ ਬਣਾਇਆ ਸੀਗਾ ਐਡਵੈਕ ਬਣਾਉਣ ਤੋਂ ਬਾਅਦ ਉਹਨਾਂ ਨੇ ਇਹ ਆਈਡੀਆ ਦਿੱਤਾ ਸੀ ਕਿ ਆਪਾਂ ਸਟੋਰੇਜ ਵੀ ਕਰ ਸਕਦੇ ਹਾਂ ਜੀ ਤੋਂ ਬਾਅਦ ਕੀ ਆਇਆ ਸੀ ਐਡਸੈਕ ਆਇਆ ਸੀ ਬਿਲਕੁਲ ਬਿਲਕੁਲ ਹੂ ਇਨਵੈਂਟਡ ਸੁਪਰ ਕੰਪਿਊਟਰ ਹਾਂਜੀ ਸੁਪਰ ਕੰਪਿਊਟਰ ਕਿਹਨੇ ਇਨਵੈਂਟ ਕੀਤੇ ਆ बिल्कुल जी बिल्कुल सही बिल्कुल बिल्कुल राइट आंसर की गल करिए अपने को जाएगा ऑप्शन बी ठीक है अपने को फूल नाम की गल करिए पूरा नाम की है सेमोर रोचर करे इज दी फुल नेम ਠੀਕ ਹੈ ਇਸ ਚੀਜ਼ ਦਾ ਧਿਆਨ ਰੱਖਿਓ ਇਹਨਾਂ ਦਾ ਕੀ ਹੈ ਫੁੱਲ ਨੇਮ ਠੀਕ ਹੈ ਤਾਂ ਇਹਨਾਂ ਦੇ ਦੁਆਰਾ ਸੁਪਰ ਕੰਪਿਊਟਰ ਇਨਵੈਂਟ ਕੀਤੇ ਗਏ ਸੀ ਜਿਹੜਾ ਵਰਲਡ ਦਾ ਸਭ ਤੋਂ ਪਹਿਲਾ ਸੁਪਰ ਕੰਪਿਊਟਰ ਸੀ ਉਹਦਾ ਕੀ ਨਾਮ ਸੀ ਬਿਲਕੁਲ ਸਹੀ ਹੈਰੀ ਬਿਲਕੁਲ ਸਹੀ ਤਾਂ ਆਪਣੇ ਕੋਲ ਕੀ ਆ ਜੂਗਾ ਸੀ ਡੀ ਸੀ ਸੀ ਡੀ ਸੀ 6600 6600 ਸੀਗਾ ਜਾਂ 6000 ਸੀਗਾ ਬਿਲਕੁਲ ਸਹੀ 6600 ਠੀਕ ਹੈ ਲੇਕਿਨ ਬਿਲਕੁਲ ਸਹੀ ਐਂਸੀ ਬਿਲਕੁਲ ਸਹੀ ਅਗਰ ਵਰਲਡ ਦੀ ਗੱਲ ਕਰੀ ਤਾਂ ਫਰੰਟੀਅਰ ਇਸ ਵਕਤ ਹੈ ਠੀਕ ਹੈ 6600 ਜਿਹੜਾ ਬਣਾਇਆ ਗਿਆ ਸੀ ਕਦੋਂ ਬਣਾਇਆ ਗਿਆ ਸੀ ਇਹ 1964 ਦੇ ਵਿੱਚ ਇਹ ਬਣਾਇਆ ਗਿਆ ਸੀਗਾ ਲੇਕਿਨ ਜਦੋਂ ਇਹ ਬਣਾਇਆ ਗਿਆ ਸੀ ਤਾਂ ਸੈਮ ਰੋਜਰ ਕੋਲੇ ਉਹ ਵੀ ਇਹਦੇ ਵਿੱਚ ਹਿੱਸਾ ਸੀ ਉਹਨਾਂ ਦੇ ਦੁਆਰਾ ਹੀ ਮਿਲ ਕੇ ਬਣਾਇਆ ਗਿਆ ਸੀ ਲੇਕਿਨ ਇਸ ਤੋਂ ਬਾਅਦ ਦੁਬਾਰੇ ਇੱਕ ਹੋਰ ਸੁਪਰ ਕੰਪਿਊਟਰ ਬਣਾਇਆ ਗਿਆ ਸੀ ਕਦੋਂ 1975 ਦੇ ਵਿੱਚ ਜਦੋਂ 1975 ਦੇ ਵਿੱਚ ਨਵਾਂ ਸੁਪਰ ਕੰਪਿਊਟਰ ਬਣਾਇਆ ਗਿਆ ਸੀ ਤਾਂ ਉਹਨੂੰ ਦੇਖ ਕੇ ਇਦਾਂ ਕਿਹਾ ਗਿਆ ਵੀ ਜਿਹੜਾ ਆਵਲਾ ਸੁਪਰ ਕੰਪਿਊਟਰ ਹੈ ਇਹਦਾ ਕੁਝ ਵੀ ਨਹੀਂ ਹੈਗਾ ਤੇ ਐਕਚੁਅਲ ਸੁਪਰ ਕੰਪਿਊਟਰ ਐਜੇ ਹੁੰਦੇ ਸੀ ਜਿਹਦਾ ਨਾਮ ਕੀ ਰੱਖਿਆ ਗਿਆ ਸੀ ਜਿਹਦਾ ਨਾਮ ਸੀ ਕ੍ਰੇ 1 ਜਿਹੜਾ ਨਾਮ ਕੀ ਸੀ ਕ੍ਰੇ 1 ਉਹਦਾ ਨਾਮ ਸੀ ਠੀਕ ਹੈ ਜਿਹਦੇ ਕਰਕੇ ਇਹਨੂੰ ਖਾਸ ਕਰ ਦਿੱਤਾ ਗਿਆ ਸੀ ਸੁਪਰ ਕੰਪਿਊਟਰ ਦੀ ਪਦਵੀ ਇਹਨੂੰ ਮਿਲ ਗਈ ਸੀ ਪਰਮ ਇੰਡੀਆ ਬਿਲਕੁਲ ਜੀ ਬਿਲਕੁਲ ਰਾਹੁਲ ਰਟੋਰ ਬਿਲਕੁਲ ਸਹੀ ਨੈਕਸਟ 5th ਜਨਰੇਸ਼ਨ ਕੰਪਿਊਟਰ ਆਰ ਬੇਸਡ ਔਨ ਪੰਜਵੀਂ ਜਨਰੇਸ਼ਨ ਦੇ ਕੰਪਿਊਟਰ ਦੀ ਗੱਲ ਕਰੀਏ ਤਾਂ ਕਿੰਨਾ ਤੇ ਆਧਾਰਿਤ ਨੇ ਹੋ 1906 ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਬਿਲਕੁਲ ਸਹੀ ਤਾਂ ਆਪਣੇ ਕੋਲ ਕੀ ਆ ਜਾਊਗਾ ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਆ ਜੂਗੀ ਪੰਜਵੀਂ ਜਨਰੇਸ਼ਨ ਦੇ ਕੰਪਿਊਟਰ ਜਿਹੜੇ ਆ ਸਾਡੇ ਦੇ ਸਾਰੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਬਣੇ ਹੋਏ ਆ ਜਿਹਦੇ ਕਰਕੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਹਜੇ ਵੀ ਪ੍ਰੋਪਰ ਤਿੱਕਣਾ ਵਰਕ ਨਹੀਂ ਹੋਇਆ ਜਿਹਦੇ ਕਰਕੇ ਆਪਾਂ ਪੰਜਵੀਂ ਜਨਰੇਸ਼ਨ ਨੂੰ ਕੀ ਕਹਿੰਦੇ ਆ ਕਿ ਹਜੇ ਵੀ ਉਹ ਡਿਵੈਲਪਿੰਗ ਸਟੇਜ ਤੇ ਹੈ ਪ੍ਰੋਪਰਲੀ ਡਿਵੈਲਪ ਨਹੀਂ ਹੋਈ ਹਜੇ ਵੀ ਪੰਜਵੀਂ ਸਟੇਜ ਆ ਜਿਹੜੀ ਪੰਜਵੀਂ ਜਨਰੇਸ਼ਨ ਆ ਉਹ ਹਜੇ ਵੀ ਚੱਲ ਰਹੀ ਹੈ ਠੀਕ ਹੈ ਬਿਲਕੁਲ ਹੀ ਬਿਲਕੁਲ OK ਵਿਚ ਜਨਰੇਸ਼ਨ ਆਫ ਕੰਪਿਊਟਰ ਇਜ਼ ਸਟਿਲ ਅੰਡਰ ਡਿਵੈਲਪਮੈਂਟ ਕਿਹੜੀ ਜਨਰੇਸ਼ਨ ਦੇ ਕੰਪਿਊਟਰ ਹਜੇ ਵੀ ਡਿਵੈਲਪਮੈਂਟ ਦੇ ਅੰਦਰ ਨੇ ਜੀ ਬਿਲਕੁਲ ਸਹੀ ਜਿਵੇਂ ਕਿ ਤੁਹਾਨੂੰ ਹੁਣ ਹੀ ਦੱਸਿਆ ਪੰਜਵੀਂ ਜਨਰੇਸ਼ਨ ਦੇ ਕੰਪਿਊਟਰ ਆਲਰੇਡੀ ਕੀ ਹੈ ਇਨ ਡਿਵੈਲਪਮੈਂਟ ਨੇ ਜਿੰਨਾ ਤੇ ਵਰਕ ਚੱਲ ਰਿਹਾ ਹੈ ਵਿਚ ਇਲੈਕਟ੍ਰੋਨਿਕ ਕੰਪੋਨੈਂਟਸ ਆਰ ਯੂਜ਼ਡ ਇਨ ਫਿਫਥ ਜਨਰੇਸ਼ਨ ਪੰਜਵੀਂ ਜਨਰੇਸ਼ਨ ਦੇ ਵਿੱਚ ਕਿਹੜੇ ਇਲੈਕਟ੍ਰੋਨਿਕ ਕੰਪੋਨੈਂਟ ਯੂਜ਼ ਹੁੰਦੇ ਆਈ ਥਿੰਕ ਆਪਾਂ ਪਹਿਲਾਂ ਵੀ ਇਹ ਕਵਰ ਕਰ ਚੁੱਕੇ ਆ 6th ਜਨਰੇਸ਼ਨ ਨਹੀਂ ਅਜੇ ਸਟਾਰਟ ਨਹੀਂ ਹੋਈ ਠੀਕ ਹੈ ਲੇਕਿਨ ਆਲਦੋ ਹਾਂ ਕਈ ਜਗ੍ਹਾ ਤੇ ਕਈ ਇੰਟਰਨੈਟ ਤੇ ਤੁਹਾਨੂੰ ਇਹ ਦਿਖਿਆ ਹੋਊਗਾ ਕਿ 6ਵੀਂ ਜਨਰੇਸ਼ਨ ਸ਼ੁਰੂ ਹੋ ਚੁੱਕੀ ਹੈ ਲੇਕਿਨ ਅਜਾ ਕੁਝ ਨਹੀਂ ਹੈ ਠੀਕ ਹੈ ਇਹ ਜੀ ਗਲਤੀ ਤੁਸੀਂ ਨਾ ਕਰਿਓ ਬਿਲਕੁਲ ਜੀ ਬਿਲਕੁਲ ਤਾਂ ਆਪਣੇ ਕੋਲ ਕੀ ਆ ਜੂਗਾ ਯੂ ਐਲ ਐਸ ਆਈ ਯੂ ਐਲ ਐਸ ਆਈ ਦੀ ਗੱਲ ਕਰੇ ਤਾਂ ਆਪਣੇ ਕੋਲ ਕਹਿੰਦਾ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਠੀਕ ਹੈ ਕੀ ਆ ਜੂਗਾ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਇਜ਼ ਦੀ ਰਾਈਟ ਆਨਸਰ ਜਿਹਨੂੰ ਕੀ ਕਹਿੰਦਾ ਯੂ ਐਲ ਐਸ ਆਈ ਮਾਈਕਰੋ ਪ੍ਰੋਸੈਸਰ ਕਿਹਾ ਜਾਂਦਾ ਹੈ ਪੰਜਵੀਂ ਜਨਰੇਸ਼ਨ ਦੇ ਵਿੱਚ ENIAC ਕੰਪਿਊਟਰ ਬਲੌਂਗਸ ਟੂ ENIAC ਦੀ ਗੱਲ ਕਰੀਏ ਤਾਂ ENIAC ਆਪਣੇ ਕੋਲ ਇੱਕ ਐਜਾ ਕੰਪਿਊਟਰ ਜਿਹੜਾ ਸਭ ਤੋਂ ਪਹਿਲਾ ਆਪਣਾ ਵਰਲਡ ਦਾ ਕੰਪਿਊਟਰ ਜਿਹੜੇ ਕਰਕੇ ਇਹਨੂੰ ਫਰਸਟ ਇਲੈਕਟ੍ਰੋਨਿਕ ਕੰਪਿਊਟਰ ਵੀ ਕਿਹਾ ਜਾਂਦਾ ਕਿਉਂਕਿ ਇਸ ਤੋਂ ਪਹਿਲਾਂ ਜਿਹੜੇ ਵੀ ਆਪਣੇ ਕੋਲ ਡਿਵੈਲਪ ਹੋਏ ਸੀ ਉਹ ਕਿਹੜੇ ਸੀ ਇਲੈਕਟ੍ਰੋਮੈਕੈਨੀਕਲ ਸੀਗੇ ਇਹ ਲਿਟਰਲੀ ਪੂਰਾ ਪੂਰਾ ਆਪਣੇ ਕੋਲ ਇਲੈਕਟ੍ਰੋਨਿਕ ਕੰਪਿਊਟਰ ਸੀਗਾ ਜਿਹੜਾ ਫਰਸਟ ਜਨਰੇਸ਼ਨ ਦੇ ਵਿੱਚ ਬਣਾਇਆ ਗਿਆ ਸੀ ਬਿਲਕੁਲ ਜੀ ਬਿਲਕੁਲ ਕੋਈ ਨਹੀਂ ਗੱਲ ਕਰ ਰਿਹਾ ਪਿਆ 1942 ਦੀ ਗੱਲ ਕਰ ਰਿਹਾ ਜਿਹੜੀ ਯੂਐਸਡੀ ਆਰਮੀ ਜਾਂ ਯੂਐਸਡੀ ਮਿਲਟਰੀ ਦੇ ਦੇ ਜਿਹਦੇ ਵਿੱਚ 18000 ਵੈਕਿਊਮ ਟਿਊਬਸ ਯੂਜ਼ ਹੋਈਆਂ ਸੀ ਕਿੰਨੀਆਂ 18000 ਵੈਕਿਊਮ ਟਿਊਬਸ ਯੂਜ਼ ਕੀਤੀਆਂ ਗਿਆ ਸੀ ਐਨਯੈਕ ਦੀ ਫੁੱਲ ਫਾਰਮ ਦੀ ਗੱਲ ਕਰੀਏ ਅ ਜੌਨ ਐਂਡ ਜੇ ਪ੍ਰੈਸਪਰ ਐਕਰਡ ਠੀਕ ਹੈ ਦੂਜਾ ਨਾਮ ਥੋੜਾ ਸਹੀ ਹੈ ਲੇਕਿਨ ਪਹਿਲੇ ਨਾਮ ਨੂੰ ਤੁਹਾਨੂੰ ਪੂਰਾ ਕਰਨਾ ਪਊਗਾ ਜੌਨ ਮੌਚਲੇ ਪਹਿਲਾ ਨਾਮ ਕਿਹੜਾ ਸੀਗਾ ਜੌਨ ਮੌਚਲੇ ਦੂਜਾ ਨਾਲ ਕਿਹੜਾ ਦੂਜਾ ਆਪਣੇ ਕੋਲ ਨਾਮ ਸੀਗਾ ਉਹ ਆਪਣੇ ਕੋਲ ਕੀ ਸੀਗਾ ਪ੍ਰੈਸਪਰ ਐਕਰਡ ਠੀਕ ਹੈ ਬਿਲਕੁਲ इलेक्ट्रॉनिक न्यूमेरिकल इंटीग्रेटर एंड कंप्यूटर बिल्कुल जी बिल्कुल इलेक्ट्रॉनिकल सॉरी इलेक्ट्रॉनिक न्यूमेरिकल इंटीग्रेटर ठीक है एंड कंप्यूटर बिल्कुल सही ओके नेक्स्ट ਕੈਥੋਡ ਰੇ ਟਿਊਬ ਇਸੇ ਫਾਰਮ ਆ ਭਾਂਜੀ ਕੈਥੋਡ ਰੇ ਕਿਹਦੀ ਫਾਰਮ ਹੈ ਕੈਥੋਡ ਰੇ ਦੀ ਗੱਲ ਕਰੀ ਤਾਂ ਮੈਕਸਿਮਮ ਚੀਜ਼ਾਂ ਤੁਹਾਨੂੰ ਕੀ ਦੇਖਣ ਨੂੰ ਮਿਲੀਆਂ ਕਿਸੇ ਦੇ ਘਰੇ ਕੋਈ ਪੁਰਾਣਾ ਕੰਪਿਊਟਰ ਸੌਰੀ ਪੁਰਾਣਾ ਟੀਵੀ ਵੀ ਪਿਆ ਹੋ ਸਕਦਾ ਠੀਕ ਹੈ ਉਹ ਵੀ ਆਪਣੇ ਕੋਲ ਕੀ ਹੈ ਸੀਆਰਟੀ ਤੇ ਬੇਸਿਕ ਆ ਜਿਹਨੂੰ ਕੀ ਕਿਹਾ ਜਾਂਦਾ ਸੀ ਕੈਥੋਡ ਰੇ ਟਿਊਬ ਕਿਹਾ ਜਾਂਦਾ ਸੀ ਜੋ ਆਪਣੇ ਕੋਲ ਕੀ ਹੈ ਮੋਨੀਟਰ ਦੀ ਫਾਰਮ ਦੇ ਵਿੱਚ ਹੈ ਕੀ ਆ ਉਹ ਮੋਨੀਟਰ ਦੀ ਫਾਰਮ ਦੇ ਵਿੱਚ ਹੈ ਹੁਣ ਮੋਨੀਟਰ ਦੀ ਗੱਲ ਕਰੀਏ ਮੋਨੀਟਰ ਆਪਣੇ ਕੋਲ ਪੰਜ ਟਾਈਪਸ ਦੇ ਮੋਨੀਟਰ ਨੇ ਕਿਰੇ ਪੰਜ ਲਗ ਲਗ ਟਾਈਪਸ ਦੇ ਮੋਨੀਟਰ ਨੇ ਜਿਹਦੇ ਵਿੱਚ ਆਪਣੇ ਕੋਲ ਸੀਆਰਟੀ ਆ ਜੂਗਾ ਠੀਕ ਹੈ ਕੈਥੋਡਿਕ ਟਿਊਬ ਆ ਜਾਂਦਾ ਐਲਈਡੀ ਆ ਜਾਂਦਾ ਠੀਕ ਹੈ ਐਲਈਡੀ ਫੁੱਲ ਫਾਰਮ ਦੀ ਕੈਨਸਲ ਕਰ ਦਿਓ ਐਲਸੀਡੀ ਦੀ ਫੁੱਲ ਫਾਰਮ ਦੀ ਅਨਸਰ ਕਰ ਦਿਓ ਉਸ ਤੋਂ ਬਾਅਦ ਆਪਣੇ ਕੋਲ ਕੀ ਆ ਜਾਂਦਾ ਓਐਲਈਡੀ ਆ ਜਾਂਦਾ ਓਐਲਈਡੀ ਆ ਜਾਂਦਾ ਤੇ ਆਪਣੇ ਕੋਲ ਲਾਸਟ ਕਿਹੜੀ ਆ ਜਾਂਦੀ ਹੈ ਪਲਾਜ਼ਮਾ ਆ ਜਾਂਦੀ ਹੈ ਇਹ ਪੰਜ ਟਾਈਪਸ ਦੀ ਆਪਣੇ ਕੋਲ ਕੀ ਆ ਮੋਨੀਟਰਸ ਦੇ ਟਾਈਪਸ ਇਹ ਟਾਈਪਸ ਓਨ ਦੀ ਬੇਸਿਸ ਆਫ ਆਪਣੇ ਕੋਲ ਕੀ ਆ ਜੂਗਾ ਕੰਪੋਨੈਂਟ ਲੇਕਿਨ ਓਨ ਦੀ ਬੇਸਿਸ ਆਫ ਕਲਰ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜੂਗਾ ਮੋਨੋਕ੍ਰੋਮ ਆ ਜਾਂਦਾ ਆਪਣੇ ਕੋਲ ਗ੍ਰ

हां मॉनिटर दी गल करिए मॉनिटर केडी जनरेशन ਦੇ ਵਿੱਚ ਆਨੇ ਸ਼ੁਰੂ ਹੋਗੇ ਸੀ ਕਿਹੜੀ ਜਨਰੇਸ਼ਨ ਦੇ ਵਿੱਚ ਮੋਨੀਟਰ ਆਨੇ ਸ਼ੁਰੂ ਹੋਗੇ ਸੀ ਹਾਂਜੀ ਇਹ ਆਨਸਰ ਕਰੋ ਪਹਿਲੀ ਜਨਰੇਸ਼ਨ ਦੂਜੀ ਜਨਰੇਸ਼ਨ ਤੀਜੀ ਜਨਰੇਸ਼ਨ ਜਾਂ ਚੌਥੀ ਜਨਰੇਸ਼ਨ ਚਾਰ ਤੁਹਾਡੇ ਕੋਲ ਆਪਸ਼ਨਾਂ ਦਿੱਤੀਆਂ ਹੈਰਿਦੇ ਦੇ ਦੁਆਰਾ ਸੈਕਿੰਡ ਜਨਰੇਸ਼ਨ ਰਾਹੁਲ ਦੇ ਦੁਆਰਾ ਫੋਰਥ ਅੰਕੁਸ਼ ਦੇ ਦੁਆਰਾ ਥਰਡ ਨੈਂਸ ਦੇ ਦੁਆਰਾ ਫਰਸਟ ਗੁਰਪ੍ਰੀਤ ਦੇ ਦੁਆਰਾ ਥਰਡ ਵਿਰਾਜ ਦੇ ਦੁਆਰਾ ਥਰਡ ਓਕੇ ਥਰਡ ਕੁਐਸਚਨ ਮਾਰਕ ਰਿਆ ਸਰ ਅਮਨਦੇਵ ਦੁਆਰਾ ਫੋਰ ਮੋਨੀਟਰ ਦੀ ਗੱਲ ਕਰੇ ਮੋਨੀਟਰ ਤੋਂ ਨੂੰ ਥਰਡ ਜਨਰੇਸ਼ਨ ਦੇ ਵਿੱਚ ਦੇਖਣ ਨੂੰ ਮਿਲੇ ਸੀਗੇ ਉਸ ਤੋਂ ਪਹਿਲਾਂ ਮੋਨੀਟਰ ਨਹੀਂ ਸੀਗੇ ਉਸ ਤੋਂ ਪਹਿਲਾਂ ਲਿਟਰਲੀ ਤੁਹਾਨੂੰ ਆਉਟਪੁੱਟ ਮਿਲਦੀਦੀ ਸੀ ਆਪਣੇ ਕੋਲ ਹਾਰਡ ਕਾਪੀ ਦੀ ਫਾਰਮ ਦੇ ਵਿੱਚ ਨੈਕਸਟ ਯੂਆਈ ਯੂਐਲਐਸਆਈ ਆਪਾਂ ਆਲਰੇਡੀ ਕਰ ਚੁੱਕੇ ਹਾਂ ਠੀਕ ਆ ਬਹੁਤ ਜ਼ਿਆਦਾ ਈਜ਼ੀ ਹੋਊਗਾ ਇਹ ਤਾਂ ਤੁਹਾਨੂੰ ਆਨਸਰ ਕਰਨਾ ਹੀ ਸੌਖ ਠੀਕ ਹੈ ਅ ਕਿੱਥੇ ਹੈ ਅਲਟਰਾ ਲਾਰਜ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਇੰਟੀਗ੍ਰੇਸ਼ਨ ਬਿਲਕੁਲ ਹੀ ਬਿਲਕੁਲ ਰਾਈਟ ਆਨਸਰ ਦੀ ਗੱਲ ਕਰੀਏ অপਸ਼ਨ ਸੀ ਅਲਟਰਾ ਲਾਰਜ ਸਕੇਲ ਇੰਟੀਗ੍ਰੇਸ਼ਨ ਇਜ਼ ਦੀ ਰਾਈਟ ਆਨਸਰ which is অপশন ਸੀ not অপশন ਡੀ ਹਾਂਜੀ ਯੂਨੀਆਕ ਯੂਨੀਆਕ ਦੀ ਗੱਲ ਕਰੀਏ ਕਾਫੀ ਇੰਟਰਸਟਿੰਗ ਹੈ ਯੂਨੀਆਕ ਯੂਨੀਆਕ ਇੰਟਰਸਟਿੰਗ ਕਿਉਂ ਹੈ ਕਿਉਂਕਿ ਇਹ ਵਰਲਡ ਦਾ ਸਭ ਤੋਂ ਪਹਿਲਾ ਇਹ ਜਾਂ ਕੰਪਿਊਟਰ ਸੀ ਜਿਹੜਾ ਜਨਰਲ ਪਰਪਸਲੀ ਜਨਰਲ ਪਰਪਸ ਲਈ ਬਣਾਇਆ ਗਿਆ ਸੀ ਤੇ ਜਨਰਲ ਜਨਰਲ ਪਰਪਸ ਲਈ ਯੂਜ਼ ਕੀਤਾ ਜਾਂਦਾ ਸੀ ਮਤਲਬ ਮੈਂ ਹੋਗੇ ਤੁਸੀਂ ਹੋਗੇ ਇਹ ਪਰਸਨ ਇਹਨਾਂ ਨੂੰ ਯੂਜ਼ ਕਰ ਸਕਦੇ ਸੀ ਯੂਨੀਆਗ ਦੀ ਫੁੱਲ ਫਾਰਮ ਆਪਣੇ ਕੋਲ ਕਿਸੀ ਯੂਨੀਵਰਸਲ ਆਟੋਮੈਟਿਕ ਕੰਪਿਊਟਰ ਬਿਲਕੁਲ ਸਹੀ ਸਾਰਾ ਨੇ ਬਿਲਕੁਲ ਸਹੀ ਆਨਸਰ ਦਿੰਦਾ ਹੈ ਠੀਕ ਹੈ ਲੇਕਿਨ ਜਿਵੇਂ ਕਿ ਤੁਹਾਨੂੰ ਆਡੀ ਦਿੱਸਿਆ ਸੀ ਕਿ ਵਰਡ ਅਗਰ ਮੇਰੇ ਕੋਲ ਲਿਖਿਆ ਆ ਜਾਏ ਕੰਪਿਊਟਰ ਤੇ ਵਰਡ ਅਗਰ ਮੇਰੇ ਕੋਲ ਲਿਖਿਆ ਜਾਏ ਕੈਲਕੂਲੇਟਰ ਦੋਨਾਂ ਦਾ मीनिंग ਸੇਮ ਹੈ ਫਿਰ ਉਰੇ ਮੈਂ ਕੰਪਿਊਟਰ ਤੇ ਆਨਸਰ ਕਿਉਂ ਕੀਤਾ ਕਿਉਂਕਿ ਅਗਰ ਮੈਂ ਗੱਲ ਕਰਾ ਅੱਜ ਦੇ ਟਾਈਮ ਪੀਰੀਅਡ ਦੀ ਤਾਂ ਕੰਪਿਊਟਰ ਦੀ ਜਿਹੜੀ ਐਵੋਲੂਸ਼ਨ ਸੀਗੀ ਉਹ ਕੈਲਕੂਲੇਟਰ ਤੋਂ ਸਟਾਰਟ ਹੋਈ ਸੀ ਅਬੈਕਸ ਤੋਂ ਸਟਾਰਟ ਹੋਈ ਸੀ ਉਸ ਤੋਂ ਪਹਿਲਾਂ ਮਤਲਬ ਉਹਨੋਂ ਕੈਲਕੂਲੇਟਰ ਹੀ ਸੀਗੇ ਤਾਂ ਇਸ ਕਰਕੇ ਅੱਜ ਦੀ ਟਾਈਮ ਦੇ ਵਿੱਚ ਉਸ ਕੈਲਕੂਲੇਟਰ ਨੂੰ ਕੰਪਿਊਟਰ ਦੀ ਈਵੋਲੂਸ਼ਨ ਕਰਕੇ ਉਹਨਾਂ ਨੂੰ ਕੰਪਿਊਟਰ ਕਿਹਾ ਜਾਂਦਾ ਹੈ ਜਿਹਦੇ ਕਰਕੇ ਤੁਸੀਂ ਆਨਸਰ ਕੰਪਿਊਟਰ ਤੇ ਮਾਰਕ ਕਰੋਗੇ ਬਟ मीनिंग ਆਫ ਕੰਪਿਊਟਰ ਐਂਡ ਕੈਲਕੂਲੇਟਰ ਇਨ ਥਿਸ ਇਸ ਸੇਮ ਇਨ दैट ਟਾਈਮ ਪੀਰੀਅਡ ਓਕੇ ਬਿਲਕੁਲ ਜੀ ਬਿਲਕੁਲ ਪ੍ਰੈਫਰੈਂਸ ਆਪਾਂ ਕੰਪਿਊਟਰ ਨੂੰ ਦੇਣੀ ਹੈ ਠੀਕ ਹੈ ਓਕੇ ਇੱਕ ਦੋ ਅਗੇ ਸੀ 1951 ਦੇ ਵਿੱਚ ਆਗੇ ਸੀ 1951 ਦੇ ਵਿੱਚ ਆਗੇ ਸੀਗੇ ਤੇ ਜਿਵੇਂ ਕਿ ਅਗਰ ਆਪਾਂ ਗੱਲ ਕਰੇ ਜான் ਮੌਚਲੇ ਤੇ ਪ੍ਰੈਸ ਪਰ ਅਕਰਡ ਉਹਨਾਂ ਦੇ ਦੁਆਰਾ ਹੀ ਇਹਨੂੰ ਬਣਾਇਆ ਗਿਆ ਸੀਗਾ ਬਿਲਕੁਲ ਸਹੀ ਬਿਲਕੁਲ ਸਹੀ ਹਾਂਜੀ ਸਮਝ ਗਏ ਜੀ ਠੀਕ ਹੈ ਜੀ ਕੋਸ਼ਿਸ਼ ਕਰਦੇ ਹਾਂ ਜਿੰਨੀ ਜ਼ਿਆਦਾ ਇਨਫੋਰਮੇਸ਼ਨ ਦੇ ਸਕਾਂ ਵਿਦ ਕੌਸ਼ਨ ਠੀਕ ਹੈ ਗੁੱਸਾ ਕਿਉਂ ਕਰਦੇ ਹੋ ਕਿੱਚ ਦਾ ਸਪੀਡ ਅੱਛਾ ਹਜੇ ਘਟ ਹੈ ਵਿਚ ਮੰਗਦੀ ਫੋਲੋਇੰਗ ਜਨਰੇਸ਼ਨ ਕੰਪਿਊਟਰਸ ਹੈਡ ਐਕਸਪੈਂਸਿਵ ਆਪਰੇਸ਼ਨ ਕੇ ਕੋਸਟ ਵੀ ਜਨਰੀ ਆਪਰੇਸ਼ਨ ਕੋਸਟ ਬਹੁਤ ਹੀ ਜ਼ਿਆਦਾ ਸੀਗੀ ਠੀਕ ਹੈ ਜਿਨ੍ਹਾਂ ਤੇ ਖਰਚਾ ਬਹੁਤ ਜ਼ਿਆਦਾ ਹੋ ਰਿਹਾ ਸੀ ਖਰਚਾ ਬਹੁਤ ਜ਼ਿਆਦਾ ਕਿਉਂ ਹੋ ਰਿਹਾ ਸੀ ਕਿਉਂਕਿ ਉਨਰ ਚ ਕੰਪੋਨੈਂਟ ਬਹੁਤ ਜ਼ਿਆਦਾ ਯੂਜ਼ ਹੁੰਦੇ ਸੀ ਕਿਦੀ ਗੱਲ ਕਰ ਰਿਹਾ ਪਹਿਲੀ ਜਨਰੇਸ਼ਨ ਦੇ ਵਿੱਚ ਪਹਿਲੀ ਜਨਰੇਸ਼ਨ ਦੇ ਕੰਪਿਊਟਰ ਸੀਗੇ ਜਿਹੜੇ ਪੂਰੇ ਕਮਰੇ ਦੇ ਵਿੱਚ ਫਿੱਟ ਹੋ ਜਾਂਦੇ ਸੀ ਮਤਲਬ 45x45 ਫੁੱਟ ਦੇ ਅਗਰ ਆਪਾਂ ਕਮਰੇ ਦੀ ਗੱਲ ਕਰੀ ਉਹਦੇ ਵਿੱਚ ਕੰਪਿਊਟਰ ਆ ਜਾਂਦਾ ਸੀ ਠੀਕ ਹੈ ਤੇ ਉਹਦੇ ਵਿੱਚ ਕੰਪੋਨੈਂਟ ਕਿੰਨੇ ਯੂਜ਼ ਕੀਤੇ ਜਾਂਦੇ ਸੀ ਤੁ ਇਵਿਦੋਂ ਦੱਸਾਸੀਨਾ ਬਿਲਕੁਲ ਜੀ ਬਿਲਕੁਲ ਉਹਦੇ ਵਿੱਚ ਜਿਹੜੀਆਂ 18000 ਤੋਂ ਜ਼ਿਆਦਾ ਵੈਕਿਊਮ ਟਿਊਬਸ ਜਿਹੜੀਆਂ ਯੂਜ਼ ਕੀਤੇ ਗਏ ਸੀ ਕੰਪੋਨੈਂਟ ਦੀ ਗੱਲ ਕਰੀਏ ਯਾਦ ਹੈ ਪਿੱਛੇ ਆਪਾਂ ਕਿਸੇ ਕਲਾਸ ਦੇ ਵਿੱਚ ਪੜਿਆ ਸੀਗਾ 18000 ਵੈਕਿਊਮ ਟਿਊਬਸ ਸੀਗੀਆਂ ਬਿਲਕੁਲ ਜੀ ਬਿਲਕੁਲ 7 ਲੱਖ ਤੋਂ ਵੀ ਜ਼ਿਆਦਾ ਕੰਪੋਨੈਂਟ ਯੂਜ਼ ਹੋਏ ਸੀ ਐਜ਼ ਕੰਪੋਨੈਂਟ ਜਿਹਦੇ ਕਰਕੇ ਦੀ ਆਪਰੇਸ਼ਨ ਕੋਸਟ ਬਹੁਤ ਹੀ ਜ਼ਿਆਦਾ ਸੀ ਓਕੇ ਅ When was the world's first laptop computer introduced in the market? World's first laptop computer question nu dhyan naal dekho question de dhyan naal focus karo ajhe 2-3 question include kite gaye ne ta dhyan naal padh ke answer karo Bilkul sahi bilkul sahi bilkul sahi Okay, okay. ਬਿਲਕੁਲ ਜੀ ਬਿਲਕੁਲ ਅਗਰ ਆਪਾਂ ਗੱਲ ਕਰੀ ਐਬਸਨ ਦੀ ਗੱਲ ਕਰੀ ਐਬਸਨ 1981 ਜੋ ਵਰਲਡ ਦਾ ਸਭ ਤੋਂ ਪਹਿਲਾ ਐਜਾ ਆਪਣੇ ਕੋਲ ਫਰਸਟ ਲੈਪਟਾਪ ਕੰਪਿਊਟਰ ਆ ਜਾਂਦਾ ਸੀਗਾ ਜਿਹੜਾ ਮਾਰਕੀਟ ਦੇ ਵਿੱਚ ਆਇਆ ਸੀ ਠੀਕ ਹੈ ਬਿਲਕੁਲ ਜੀ ਬਿਲਕੁਲ ਸਹੀ ਹੈਰੀ ਬਿਲਕੁਲ ਤੇਰੀ ਗੱਲ ਕਰੀਏ ਯੂਕੀਓ ਆਪਣੇ ਕੋਲ ਕੀਆ ਯੋਕਾਜ਼ਾਮਾ ਬਿਲਕੁਲ ਜੀ ਬਿਲਕੁਲ ਜ਼ਾਵਾ ਜ਼ਾਮਾ ਕੇ ਜ਼ਾਵਾ ਡਬਲਯੂ ਆਊਗਾ ਹਾਂ ਡਬਲਯੂ ਹੈ ਮੈਨੂੰ ਐਮ ਲੱਗ ਰਿਹਾ ਸੀ ਯੋਕਾਜ਼ਵਾ ਠੀਕ ਹੈ ਬਿਲਕੁਲ ਜੀ ਬਿਲਕੁਲ ਜਿਨਾਰੇ ਦੁਆਰਾ ਆਇਆ ਸੀ ਅੱਡਾ ਮਤਲਬ ਡਿਟੇਲ ਦੇ ਵਿੱਚ ਨਾਮ ਨਹੀਂ ਪੁੱਛਣਗੇ ਬਟ ਉਹ uh, what difference does fifth generation computer have from other generation हां जी बाकी ਜਨਰੇਸ਼ਨ ਨਾਲੋਂ ਕੀ ਡਿਫਰੈਂਸ ਹੈ ਠੀਕ ਹੈ ਸਾਇੰਟਿਫਿਕ ਕੋਡ ਦੀ ਗੱਲ ਕਰੀਏ ਟੈਕਨੋਲੋਜੀ ਐਡਵਾਂਸਮੈਂਟ ਦੀ ਗੱਲ ਕਰੀਏ ਜਾਂ ਆਬਜੈਕਟ ਓਰੀਐਂਟਡ ਪ੍ਰੋਗਰਾਮ ਹੈ ਜਾਂ 올 ਆਫ ਦੀ ਅਬਵ ਆਬਜੈਕਟ ਓਰੀਐਂਟਡ ਪ੍ਰੋਗਰਾਮਿੰਗ ਮਤਲਬ ਇਕੋ ਹੀ ਆਬਜੈਕਟ ਨੂੰ ਲੈ ਕੇ ਕੰਮ ਕਰਦਾ ਨਹੀਂ ਐਜਾ ਕੁਝ ਨਹੀਂ ਸੀਗਾ ਸਾਇੰਟਿਫਿਕ ਕੋਡ ਦੀ ਗੱਲ ਕਰੀਏ ਤਾਂ ਸਾਇੰਟਿਫਿਕ ਕੋਡ ਫੋਰਥ ਜਨਰੇਸ਼ਨ ਦੇ ਵਿੱਚ ਵੀ ਸੀਗੇ ਥਰਡ ਜਨਰੇਸ਼ਨ ਦੇ ਵਿੱਚ ਸੀਗੇ ਲੇਕਿਨ ਹਾਂ ਟੈਕਨੋਲੋਜੀਕਲ ਐਡਵਾਂਸਮੈਂਟ ਉਹ ਚ ਬਹੁਤ ਸੀ ਕਿਉਂਕਿ AI ਉਹਦੇ ਵਿੱਚ ਯੂਜ਼ ਹੋ ਰਿਹਾ ਸੀ ਫਿਫਥ ਜਨਰੇ ಸರ್کاری 옵شنز ਵਿਚ او دی ਫਾਲੋਇੰਗ ਇਸ ਸਟਿਲ ਯੂਸਫੁਲ ਫਾਰ ਐਡਿੰਗ ਨੰਬਰਸ ਅੱਜ ਵੀ ਯੂਜ਼ ਕੀਤੀ ਜਾਂਦੀ ਹੈ ਇਹਨਾਂ ਦੇ ਵਿੱਚੋਂ ਇੱਕ ਕੰਪਿਊਟਰ ਜਾਂ ਸਲੈਸ਼ ਕੈਲਕੂਲੇਟਰ ਜਿਹੜੇ ਅੱਜ ਵੀ ਯੂਜ਼ ਕੀਤੇ ਜਾਂਦੇ ਆ ਜਿਵੇਂ ਕਿ ਤੁਹਾਨੂੰ ਬਹੁਤ ਵਾਰੀ ਐਗਜ਼ਾਮਪਲ ਦੇ ਚੁਕਿਆ ਮੈਨੂੰ ਕਿਸੇ ਨੂੰ ਕਿਸੇ ਨੇ ਮੈਨੂੰ ਸਿਖਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਲੇਕਿਨ ਮੇਰੇ ਪੱਲੇ ਬਿਲਕੁਲ ਨਹੀਂ ਪਿਆ ਰਾਈਟ ਆਨਸਰ ਦੀ ਗੱਲ ਕਰੀਏ ਅਬੈਕਸ ਬਿਲਕੁਲ ਜੀ ਬਿਲਕੁਲ ਐਬੈਕਸ ਦੀ ਗੱਲ ਕਰੀ ਤਾਂ ਅੱਜ ਦੇ ਟਾਈਮ ਦੇ ਵਿੱਚ ਅਗਰ ਆਪਾਂ ਦੇਖਾ ਜਾਵੇ ਹਜੇ ਵੀ ਯੂਜ਼ ਕੀਤਾ ਜਾਂਦਾ ਐਡਿੰਗ ਕਰਨ ਦੇ ਵਿੱਚ ਸਬਟ੍ਰੈਕਸ਼ਨ ਕਰਨ ਦੇ ਵਿੱਚ ਉਹ ਇਨਵੈਂਟਡ ਪੰਜ ਦਾ ਗਾਰਡ ਹਾਂਜੀ ਤਾਰੇ ਬਣਾ ਲਓ ਇਸ ਕੁਸ਼ਨ ਦੇ ਕਿਉਂਕਿ ਬਹੁਤ ਜ਼ਿਆਦਾ ਕਨਫਿਊਜ਼ਨ ਹੋਣੀ ਹੈ ਦੋ ਆਪਸ਼ਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਆਪਣੀ ਕਨਫਿਊਜ਼ਨ ਰਹਿੰਦੀ ਹੀ ਰਹਿੰਦੀ ਹੈ ਵਾਹ ਜੀ ਵਾਹ ਗੁਰਪ੍ਰੀਤ ਸਾਰਾ ਕੁਝ ਯਾਦ ਹੈ ਇਸ਼ਲਾ ਫਿਰ ਗਲਤ ਕਰਤਾ ਸੀ ਲਾਸਟ ਟਾਈਮ ਵੀ ਹੋਇਆ ਸੀ ਮਨਸ਼ ਕੋਈ ਗੱਲ ਓਕੇ ਮੇਰੇ ਕੋਲ ਆਨਸਰ ਆ ਰਿਹਾ ਔਰੇ ਹੌਲੀ ਹਰਮਨ ਠੀਕ ਹੈ ਮੈਕਸਿਮਮ ਆਨਸਰ ਆਪਸ਼ਨ ਸੀ ਤੇ ਹੀ ਆ ਰਿਹਾ ਕਿਸੇ ਨੇ ਆਪਸ਼ਨ ਬੀ ਤੇ ਫੋਕਸ ਨਹੀਂ ਕੀਤਾ ਜੋਸਿਫ ਮਰੀ ਜੈਕਵਾਰਡ ਠੀਕ ਹੈ ਇਹਤੇ ਕਿਸੇ ਨੇ ਫੋਕਸ ਨਹੀਂ ਕੀਤਾ ਅਗਰ ਮੈਂ ਗੱਲ ਕਰਾਂ ਇਨਵੈਂਟ ਦੀ ਗੱਲ ਕਰਾਂ ਪੰਚਕਾਰਡ ਤਾਂ ਪੰਚਕਾਰਡ ਕਿਦੇ ਦੁਆਰਾ ਇਨਵੈਂਟ ਕੀਤੇ ਗਏ ਸੀ ਜੋਸੇਫ ਮਰੀ ਜੈਕਵਰਡ ਦੇ ਦੁਆਰਾ ਇਨਵੈਂਟ ਕੀਤੇ ਗਏ ਸੀ ਕਰੋ ਇਨਵੈਂਟ ਕੀਤੇ ਗਏ ਸੀ 1801 ਦੇ ਵਿੱਚ ਇਹਨਾਂ ਨੇ ਇਨਵੈਂਟ ਕਰ ਦਿੱਤੀ ਲੇਕਿਨ ਜਦੋਂ ਇਹਨਾਂ ਨੇ ਪੰਚਕਾਰਡ ਇਨਵੈਂਟ ਕੀਤੇ ਸੀ ਉਹ ਪੰਚਕਾਰਡ ਸਿਰਫ ਸਿਰਫ ਐਜ਼ ਇਨ ਪੰਚ ਇਨ ਲਈ ਯੂਜ਼ ਕੀਤੇ ਜਾਂਦੇ ਸੀ ਠੀਕ ਹੈ ਮਤਲਬ ਉਹਨਾਂ ਦਾ ਜ਼ਿਆਦਾ ਯੂਜ਼ ਨਹੀਂ ਹੁੰਦਾ ਸੀ ਲੇਕਿਨ ਇਨ ਟਰਮ ਆਫ ਕੰਪਿਊਟਰ ਦੀ ਗੱਲ ਕਰੀਏ ਤਾਂ ਕੰਪਿਊਟਰ ਦੀ ਟਰਮ ਦੇ ਵਿੱਚ ਹਰਮਨ ਹੌਲਰੀ ਨੇ ਪੰਚ ਕਾਰਡ ਦਾ ਰੀਯੂਜ਼ ਕੀਤਾ ਸੀ ਕੰਪਿਊਟਰ ਦੇ ਵਿੱਚ ਠੀਕ ਹੈ ਜਿਹਦੇ ਵਿੱਚ ਉਹਨਾਂ ਨੇ ਪੰਚ ਕਾਰਡ ਤੇ ਉਤੇ ਸਿੰਬल्स ਤੇ ਮਤਲਬ ਨੰਬਰਸ ਬਣਾਨੇ ਸ਼ੁਰੂ ਕਰ ਦਿੱਤੇ ਸੀ ਜਿਹਦੇ ਕਰਕੇ ਪੰਚ ਕਾਰਡ ਬੈਚ ਪ੍ਰੋਸੈਸਿੰਗ ਦੇ ਵਿੱਚ ਬਹੁਤ ਜ਼ਿਆਦਾ ਯੂਜ਼ ਹੁੰਦੇ ਸੀ ਕਦੋਂ ਦੀ ਗੱਲ ਕਰ ਰਹੇ ਆਪਾਂ 1890 ਦੀ ਗੱਲ ਕਰ ਰਹੇ ਆ ਰਾਈਟ ਆਨਸਰ will be ਹੌਲਡ ਇਟ ਹਰਮਨ ਇਨ ਟਰਮ ਆਫ ਕੰਪਿਊਟਰ ਦੇਖੋ ਉਰੇ ਕੁਝ ਨਹੀਂ ਲਿਖਿਆ ਹੋਇਆ ਲੇਕਿਨ ਤੁਸੀਂ ਉਸ ਅਗਰ ਐਗਜ਼ਾਮ ਦੇ ਵਿੱਚ ਕੁਐਸਚਨ ਆਵੇ ਤਾਂ ਉਹ ਥੋੜਾ ਮੈਂਸ਼ਨ ਕਰਨਗੇ ਡਿਟੇਲ ਦੇ ਵਿੱਚ ਮੈਂ ਇਸ ਲਈ ਲਿਖਿਆ ਤਾਂ ਕਿ ਤੁਹਾਨੂੰ ਦੋਨੋਂ ਆਪਸ਼ਨਾਂ ਬਾਰੇ ਦੱਸ ਦਾਂ ਠੀਕ ਹੈ ਬਿਲਕੁਲ ਜੀ ਬਿਲਕੁਲ ਪਹਿਲੀ ਜਨਰੇਸ਼ਨ ਦੇ ਵਿੱਚ ਵੈਨ ਵਾਸ ਵੈਕਿਊਮ ਟਿਊਬ ਇਨਵੈਂਟਡ ਹਾਂਜੀ ਇੰਪੋਰਟੈਂਟ ਕੁਐਸਚਨ ਤੇ ਕਿਹਦੇ ਦੁਆਰਾ ਇਨਵੈਂਟ ਕੀਤੀ ਗਈ ਸੀ ਵੈਕਿਊਮ ਟਿਊਬਸ ਬਿਲਕੁਲ ਜੀ ਬਿਲਕੁਲ ਸਹੀ ਨੈਂਸੀ ਬਿਲਕੁਲ ਬਿਲਕੁਲ 1904 ਦੇ ਵਿੱਚ ਆਪਣੇ ਕੋਲ ਜਿਹੜੀਆਂ ਵੈਕਿਊਮ ਟਿਊਬਸ ਆ ਗਈਆਂ ਸੀ ਠੀਕ ਹੈ ਲੇਕਿਨ ਵੈਕਿਊਮ ਟਿਊਬਸ ਕਰੋ ਜਾਂ ਕਿ ਯੂਸ ਹੋਣੀਆਂ ਸ਼ੁਰੂ ਹੋ ਗਈ ਸੀ 1945 46 47 ਦੇ ਵਿੱਚ ਜਦੋਂ ਆਪਣੇ ਕੋਲ ਐਨੀਆਂ ਇੱਕ ਆ ਗਿਆ ਸੀਗਾ ਠੀਕ ਹੈ ਬਿਲਕੁਲ ਜੀ ਬਿਲਕੁਲ ਲੇਕਿਨ ਕਿਹੜੇ ਪਰਸਨ ਦੇ ਦੁਆਰਾ ਬਣਾਈ ਗਈ ਸੀ ਇਹ ਕਿਹੜੇ ਪਰਸਨ ਦੇ ਦੁਆਰਾ ਬਣਾਈ ਗਈ ਸੀ ਤਾਂ ਆਪਣੇ ਕੋਲ ਕੀ ਆ ਜੂਗਾ ਜੌਨ ਐਂਬਰੋਸ ਫਲੇਮਿੰਗ किरे ए एफ ए एफ ठीक है पी ना समझ लेओ जल्दी-जल्दी ਦੇ ਵਿੱਚ ਉਹ ਕਨੈਕਟ ਹੋ ਗਿਆ ਜੌਨ ਐمبرੋਸ ਫਲੇਮਿੰਗ ਦਿਨਾਰੇ ਦੁਆਰਾ ਵੈਕਿਊਮ ਟਿਊਬਸ ਬਣਾਇਆ ਗਿਆ ਸੀ 1904 ਦੇ ਵਿੱਚ ਬਿਲਕੁਲ ਜੀ ਐਚ ਐਲ ਐਲ ਸਟੈਂਡ ਫॉर ਹਾਂਜੀ ਐਚ ਐਲ ਐਲ ਕੀ ਹੁੰਦਾ ਬਿਲਕੁਲ 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 ਇਹ ਚੈਨਲ ਦੀ ਗੱਲ ਕਰੀ ਤਾਂ ਆਪਣੇ ਕੋਲ ਕੀ ਆ ਜਾਂਦਾ ਹਾਈ ਲੈਵਲ ਲੈਂਗੁਏਜ ਹਾਈ ਲੈਵਲ ਲੈਂਗੁਏਜ ਦੇ ਨਾਲ ਐਲ 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 ਵੀ ਆ ਜਾਂਦਾ ਜਿਹਨੂੰ ਲੋ ਲੈਵਲ ਲੈਂਗੁਏਜ ਕਿਹਾ ਜਾਂਦਾ ਹੈ ਮਤਲਬ ਜਿਹੜੀ ਸੈਕਿੰਡ ਜਨਰੇਸ਼ਨ ਲੈਂਗੁਏਜ ਸੀਗੀਆਂ ਉਹ ਸਾਰੀਆਂ ਦੇ ਸਾਰੀਆਂ ਲੋ ਲੈਵਲ ਲੈਂਗੁਏਜ ਸੀਗੀਆਂ ਮਤਲਬ ਅਸੈਂਬਲੀ ਲੈਂਗੁਏਜ ਤੇ ਸਿੰਬੋਲਿਕ ਲੈਂਗੁਏਜ ਉਹਨਾਂ ਨੂੰ ਕੀ ਕਿਹਾ ਜਾਂਦਾ ਸੀ ਲੋ ਲੈਵਲ ਲੈਂਗੁਏਜ ਲੇਕਿਨ ਹਾਈ ਲੈਵਲ ਲੈਂਗੁਏਜ ਦੀ ਗੱਲ ਕਰੀ ਜਿਹੜੀਆਂ ਥਰਡ ਜਨਰੇਸ਼ਨ ਦੇ ਵਿੱਚ ਯੂਜ਼ ਕੀਤੇ ਜਾਂਦੇ ਸੀ ਉਹ ਆਪਣੇ ਕੋਲ ਕਿਹੜੀਆਂ ਸੀ ਹਾਈ ਲੈਵਲ ਲੈਂਗੁਏਜ ਸੀਗੀਆਂ ਇੱਕ ਚੀਜ਼ ਸਕਿਪ ਹੋ ਗਈ ਮੇਰੀ ਲੇਕ ਅੱਗੇ ਜੇ ਅਗ ਸਹੀ ਦਾ ਠੀਕ ਹੈ ਯੂਐਲ ਐਸਆਈ ਦਾ ਮੈਨੂੰ ਯਾਦ ਕਰਾਇਓ ਇੱਕ ਚੀਜ਼ ਤੁਹਾਨੂੰ ਦੱਸਣੀ ਰਹੀ ਗਈ ਠੀਕ ਹੈ ਓਕੇ ਨੈਕਸਟ ਵੇਅਰ ਵਾਸ ਦੀ ਫਰਸਟ ਕੰਪਿਊਟਰ ਇਨਸਟਾਲਡ ਇਨ ਇੰਡੀਆ ਇੰਡੀਆ ਦੇ ਜਿਹੜਾ ਸਭ ਤੋਂ ਪਹਿਲਾ ਕੰਪਿਊਟਰ ਸੀ ਕਿਹੜੇ ਸਾਲ ਇਨਸਟਾਲ ਕੀਤਾ ਗਿਆ ਤੇ ਕਿੱਥੇ ਇਨਸਟਾਲ ਕੀਤਾ ਗਿਆ ਦੋਨੋਂ ਇਨਫੋਰਮੇਸ਼ਨ ਟੋਟਲੀ ਬਹੁਤ ਇਹ ਹੀ ਜ਼ਿਆਦਾ ਇੰਪੋਰਟੈਂਟ ਹੈ ਕਿਹੜੀ ਜਗ੍ਹਾ ਕਿਹੜੇ ਸ਼ਹਿਰ ਤੇ ਕਿਹੜੇ ਸਾਲ ਹਾਂਜੀ ਇਹਦੇ ਵਿੱਚ ਤੁਹਾਨੂੰ ਤਿੰਨੋਂ ਹੀ ਚੀਜ਼ਾਂ ਮਿਲ ਜਾਣਗੀਆਂ ਬਿਲਕੁਲ ਜੀ ਬਿਲਕੁਲ ਓਕੇ ਕਿਸੇ ਨੇ ਸਾਲ ਵਾਰ ਨਹੀਂ ਲਿਖਿਆ ਤਾਂ ਸਾਲ ਦੇ ਵੀ ਗੱਲ ਕਰੀਏ ਰਾਈਟ ਆਨਸਰ ਇਜ਼ ਕੋਲਕਾਤਾ ਰਾਈਟ ਆਨਸਰ ਇਜ਼ ਕੋਲਕਾਤਾ ਇੰਡੀਅਨ ਸਟੈਟਿਸਟਿਕਲ ਇੰਸਟੀਚਿਊਟ ਕੋਲਕਾਤਾ ਜਿਹਦੇ ਵਿੱਚ ਇੰਸਟਾਲ ਕੀਤਾ ਗਿਆ ਸੀ ਕਿਹੜੇ ਸਾਲ ਦੀ ਗੱਲ ਕਰ ਰਹੇ ਹਾਂ ਬਿਲਕੁਲ ਜੀ ਬਿਲਕੁਲ ਸਹੀ ਹੈ ਰੀਮਾਨ ਆਪਣੇ ਕੋਲ ਕੀ ਆ ਜੂਗਾ 1955 ਦੇ ਵਿੱਚ ਕਦੋਂ 1955 ਦੇ ਵਿੱਚ ਇੰਡੀਆ ਦੇ ਦੁਆਰਾ ਜਿਹੜਾ ਇਹ ਕੰਪਿਊਟਰ ਖਰੀਦਿਆ ਗਿਆ ਸੀ ਇਸ ਇੰਸਟੀਚਿਊਸ਼ਨ ਦੇ ਦੁਆਰਾ 10 ਲੱਖ ਰੁਪਏ ਦੇ ਕੇ ਉਹ ਕੰਪਿਊਟਰ ਉਹਨਾਂ ਨੇ ਖਰੀਦਿਆ ਸੀ ਕਿੰਨੇ ਲੱਖ 10 ਲੱਖ 1955 ਦੇ ਵਿੱਚ ਦੇਖ ਲਓ 10 ਲੱਖ ਦੀ ਕੀ ਵੈਲਿਊ ਹੋਣੀ ਹੈ ਠੀਕ ਹੈ 410 ਸਟੈਂਡ ਫੋਰ ਹਾਂਜੀ 410 ਇੱਕ ਵਨ ਆਫ ਦੀ ਇੰਪੋਰਟੈਂਟ ਲੈਂਗੁਏਜ ਦੇ ਵਿੱਚ ਆ ਜਾਂਦੀ ਹੈ ਉਹਦੇ ਪਿੱਛੇ ਕੀ ਰੀਜ਼ਨ ਹੈ ਕੀ ਇਹ ਜੀ ਵਜ੍ਹਾ ਕਿ 410 ਨੂੰ ਇੰਪੋਰਟੈਂਟ ਲੈਂਗੁਏਜ ਮੰਨਿਆ ਜਾਂਦਾ ਹੈ ਬਿਲਕੁਲ 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 ਆਪਸ਼ਨ ਡੀ ਫਾਰਮੂਲਾ ਟ੍ਰਾਂਸਲੇਸ਼ਨ ਆਪਸ਼ਨ ਡੀ ਫਾਰਮੂਲਾ ਟ੍ਰਾਂਸਲੇਸ਼ਨ ਫਾਰਮੂਲਾ ਟ੍ਰਾਂਸਲੇਸ਼ਨ ਦੀ ਗੱਲ ਕਰੀਏ ਇਹਨੂੰ ਵਨ ਆਫ ਦੀ ਇੰਪੋਰਟੈਂਟ ਲੈਂਗੁਏਜ ਇਸਲੀ ਮੰਨਿਆ ਜਾਂਦਾ ਕਿਉਂਕਿ ਇਹ ਲੈਂਗੁਏਜ ਆਪਣੇ ਕੋਲ 1957 ਦੇ ਵਿੱਚ ਆ ਗਈ ਸੀ ਕਰੋ 1957 ਤੇ ਇਹ ਲੈਂਗੁਏਜ ਪਹਿਲੀ ਐਜੀ ਲੈਂਗੁਏਜ ਸੀ ਦੀ ਫਰਸਟ ਹਾਈ ਲੈਵਲ ਪ੍ਰੋਗਰਾਮਿੰਗ ਲੈਂਗੁਏਜ ਠੀਕ ਹੈ ਫਰਸਟ ਹਾਈ ਲੈਵਲ ਇਹ ਲੈਵਲ ਹੈ ਠੀਕ ਹੈ प्रोग्रामिंग लैंग्वेज ठीक है ये अपने को की जी सब तो पहली जड़ी हाई लेवल प्रोग्रामिंग लैंग्वेज थी कदो आई थी 1957 ਦੇ ਵਿੱਚ 아이 ਸੀ ਕਿਸੇ ਨੇ ਪਰਸਨ ਦੇ ਬਾਰੇ ਲਿਖਿਆ ਬਿਲਕੁਲ ਜਿਲਕੁਲ ਇਕੋ ਪਰਸਨ ਦੇ ਦੁਆਰਾ ਲਿਖਿਆ ਗਿਆ ਹੋਰ ਕਿਸੇ ਨੇ ਉਹਦਾ ਆਨਸਰ ਨਹੀਂ ਦਿੱਤਾ ਹੈਰੀ ਨੇ ਦੁਆਰਾ ਆਨਸਰ ਦਿੱਤਾ ਬਿਲਕੁਲ ਜਿਲਕੁਲ ਜான் ਬੈਕਰਸ ਪਰਸਨ ਦੀ ਗੱਲ ਕਰੇ ਤਾਂ ਆਪਣੇ ਕੋਲ ਕੀ ਆ ਜਾਊਗਾ ਜான் ਬੈਕਰ ਸੋ ਪਰਸਨ ਸੀ ਜਿਨ੍ਹਾਂ ਦੁਆਰਾ ਫਾਰਮੂਲਾ ਟ੍ਰਾਂਸਲੇਸ਼ਨ ਜਾਂ ਫੋਰਟਲੈਂਡ ਬਣਾਈ ਗਈ ਸੀ ਜੋ ਤੀਜੀ ਜਨਰੇਸ਼ਨ ਦੇ ਵਿੱਚ ਆਪਾਂ ਯੂਜ਼ ਕੀਤੀ ਹੈ ਮੈਕਸਿਮਮ ਤੋਂ ਮੈਕਸਿਮਮ ਬਿਲਕੁਲ ਸਹੀ ਰਜਿੰਦਰ ਸੀਆਈਐਸਸੀ ਦਾ ਕੀ ਮਤਲਬ ਹੈ ਹਾਂਜੀ ਸੀਆਈਐਸਸੀ ਦਾ ਕੀ ਮਤਲਬ ਹੈ অপশন বি অপশন বি অপশন বি একদম একদম রাইকার ساری গাল করে তা কমপ্লেক্স ইনস্ট্রাকশন সেট কম্পিউটার একদম একদম অপশন বি কমপ্লেক্স ইনস্ট্রাকশন সেট কম্পিউটার তা अगर मैं सीआई एसिडी गल करा ता इरे नाल इक ਹੋਰ মিলদা जुलदा ਆਪਣੇ ਕੋਲ ওয়ার্ড আ জंदा जो ਆਪਣੇ ਕੋਲ ਹੁੰਦਾ ਆ আর আই এস সি ৱাট ইজ আর আই এস সি আর আই এস সি ਦਾ ਆਪਣੇ ਕੋਲ મતલব কি ਹੁੰਦਾ রিডিউਸড ইনস্ট্রাকশন সেট কম্পিউটার কিਦੀ গাল ਕਰਦਾ আর ਆਪਣੇ ਕੋਲ উরে কি আ ਜਾਊਗਾ রিডিউਸড ਠੀਕ ਹੈ ਅਗਰ ਸਿੱਧੀ ਗੱਲ ਕਰੀਏ ਸੀ ਯੂ ਰਿਉ ਆਪਰੇ ਕੋਲ ਕੀ ਹੈ ਕੰਪਲੈਕਸ ਓਕੇ ਬਸ ਇਹ ਦੋ ਚੀਜ਼ ਇਹਨਾਂ ਦਾ ਡਿਫਰੈਂਸ ਹੈ ਵਰਡ ਦਾ ਅ which was the first commercial computer ਹਾਂਜੀ ਪਹਿਲੇ ਕਮਰਸ਼ੀਅਲ ਕੰਪਿਊਟਰ ਦੀ ਗੱਲ ਕਰ ਰਿਹਾ ਕਮਰਸ਼ੀਅਲ ਠੀਕ ਹੈ ਇਹਦੇ ਅਲੱਗ-ਅਲੱਗ ਦੋ ਤਿੰਨ ਨਾਮ ਨੇ ਠੀਕ ਹੈ ਦੋ ਤਿੰਨ ਨਾਮ ਹੀ ਤੁਹਾਨੂੰ ਦੱਸ ਦੂੰਗਾ ਕਿਉਂ ਦੋ ਤਿੰਨ ਨਾਮ ਨੇ ਕਿਉਂ ਰੱਖੇਗੇ ਅਲੱਗ-ਅਲੱਗ ਨਾਮ ਅ ਬਿਲਕੁਲ ਨਹੀਂ ਨੈਂਸੀ ਉਹ ਆਪਣੇ ਕੋਲ ਕਮਰਸ਼ੀਅਲ ਨਹੀਂ ਸੀਗਾ ਠੀਕ ਹੈ ਮਤਲਬ ਜਿਹੜਾ ਅਗਰ ਆਪਾਂ ਦੇਖਣ ਜਾਵਾਂ ਸ਼ਾਪਸ ਦੇ ਵਿੱਚ ਯੂਜ਼ ਕੀਤਾ ਜਾਵੇ ਐਜਾ ਕੰਪਿਊਟਰ ਨਹੀਂ ਸੀਗਾ ਐਨਾਲਿਟਿਕਲ ਇੰਜਨ ਠੀਕ ਹੈ ਤਾਂ ਅਗਰ ਆਪਾਂ ਗੱਲ ਕਰੀਏ ਆਪਣੇ ਕੋਲ ਕੀ ਹੈ ਫੈਰੈਂਟੀ ਮਾਰਕ 1 ਕਿਹੜਾ ਫੈਰੈਂਟੀ ਮਾਰਕ 1 ਜਿਹੜਾ ਸਭ ਤੋਂ ਪਹਿਲਾ ਆਪਾਂ ਕਮਰਸ਼ੀਅਲ ਕੰਪਿਊਟਰ ਕਿਹਾ ਜਾਂਦਾ ਸੀ ਕਿਹਾ ਜਾਂਦਾ ਸੀ ਇਹ ਕਿਹਦੇ ਦੁਆਰਾ ਬਣਾਇਆ ਗਿਆ ਸੀ ਤਾਂ ਆਪਣੇ ਕੋਲ ਕਿਹਾ ਮੈਂਚੈਸਟਰ ਇਲੈਕਟ੍ਰੋਨਿਕ ਕੰਪਿਊਟਰ ਮੈਂਚੈਸਟਰ ਇਲੈਕਟ੍ਰੋਨਿਕ ਕੰਪਿਊਟਰ ਦੀ ਕੰਪਨੀ ਸੀ ਜਿਹਦੇ ਦੁਆਰਾ ਬਣਾਇਆ ਗਿਆ ਸੀ ਜਿਹਦੇ ਕਰਕੇ ਇਹਨੂੰ ਮੈਂਚੈਸਟਰ ਠੀਕ ਹੈ ਜਿਹਦੇ ਕਰਕੇ ਇਹਨੂੰ ਮੈਂਚੈਸਟਰ ਫਰੈਂਟੀ ਵੀ ਕਿਹਾ ਜਾਂਦਾ ਹੈ ਠੀਕ ਹੈ ਮੈਂਚੈਸਟਰ ਫਰੈਂਟੀ ਇੱਕ ਇਸ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਇਹਨੂੰ ਵਿਚ ਕੰਪਿਊਟਰ ਇਜ਼ ਯੂਜ਼ਡ ਇਨ ਬੈਂਕਿੰਗ 에ਅਰਲਾਈਨਸ ਐਂਡ ਰੇਲਵੇਜ਼ ਹਾਂਜੀ ਕਿਹੜਾ ਕੰਪਿਊਟਰ ਇਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਬੈਂਕਿੰਗ ਰੇਲਵੇਜ਼ ਜਾਂ 에ਅਰਲਾਈਨਸ ਦੇ ਵਿੱਚ ਠੀਕ ਹੈ ਤੇ ਇਹ ਕੰਪਿਊਟਰ ਦਾ ਇੱਕ ਹੋਰ ਨਾਮ ਹੈ ਜਿਹਦੇ ਕਰਕੇ ਇਹ ਜਾਣਿਆ ਜਾਂਦਾ ਹੈ ਬਿਲਕੁਲ ਸਾਰਾ ਨਾ ਬਿਲਕੁਲ ਸਹੀ ਆਨਸਰ ਬਿਲਕੁਲ ਸਹੀ ਆਨਸਰ ਰਾਈਟ ਆਨਸਰ ਆਪਨੇ ਕੋਲ ਕੀ ਆ ਜੂਗਾ ਮੇਨ ਫਰੇਮ ਕੰਪਿਊਟਰ ਹੈ ਜਿਹੜੇ ਆਪਨੇ ਕੋਲ ਬੈਂਕਿੰਗ 에ਅਰਲਾਈਨਸ ਜਾਂ ਹੋਰ ਜਿਹੜੇ ਸੈਕਟਰਸ ਆ ਉਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਤਾਂ ਮੇਨ ਫਰੇਮ ਦਾ ਇੱਕ ਹੋਰ ਨਾਮ ਹੈ ਕੀ ਹੈ ਸੈਕੰਡ ਨੇਮ ਐਮ ਸੀ ਦਾ ਬਿਗ ਆਇਰਨ ਓਕੇ ਅ ਅੰਨਾ ਵੀ ਸ਼ਾਰਟ ਫਾਰਮ ਨਾਲ ਯੂਜ਼ ਕਰ ਬਿੰਨ ਕਨਫਿਊਜ਼ ਹੋ ਜਾਣਾ ਠੀਕ ਹੈ ਬਿਲਕੁਲ ਹੀ ਬਿਲਕੁਲ ਰਾਈਟ ਆਨਸਰ ਗੱਲ ਕਰੀਏ ਮੇਨ ਸੌਰੀ ਬਿਗ ਫਰੇਮ ਦੀ ਗੱਲ ਕਰੀਏ ਸੌਰੀ ਬਿਗ ਆਇਰਨ ਕੀ ਬਿਗ ਆਇਰਨ ਵੀ ਕਿਹਾ ਜਾਂਦਾ ਐਨ ਬਿਗ ਆਇਰਨ ਵੀ ਕਿਹਾ ਜਾਂਦਾ ਕਿਨੂੰ ਮੇਨ ਫਰੇਮ ਨੂੰ ਓਕੇ ਇੱਕ ਕੰਪਿਊਟਰ ਕੰਟੇਨਸ ਕੰਪਿਊਟਰ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਹੁੰਦੀਆਂ ਕੰਪਿਊਟਰ ਦੇ ਵਿੱਚ ਕੀ ਕੁਝ ਹੁੰਦਾ ਐਮਬੈਡਡ ਓਕੇ ਬੀ ਤੋਂ ਨੇਮ ਹੈ ਬਿਲਕੁਲ 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 ਕੰਪਿਊਟਰ ਦੀ ਗੱਲ ਕਰੀਏ ਸਾਰਾ 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 ਕੁਝ ਠੀਕ ਹੈ ਸੈਂਟਰਲ ਪ੍ਰੋਸੈਸਿੰਗ ਯੂਨਿਟ ਇਨਪੁਟ ਆਉਟਪੁਟ ਮੈਮਰੀ ਮਤਲਬ ਸਾਰਾ 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 ਕੁਝ ਤੁਹਾਨੂੰ ਕੰਪਿਊਟਰ ਦੇ ਵਿੱਚ ਦੇਖਣ ਨੂੰ ਮਿਲੇਗਾ ਠੀਕ ਹੈ CPU ਦੀ ਗੱਲ ਕਰੀਏ ALU ਦੇਖਣ ਨੂੰ ਮਿਲ ਜੂਗਾ CU ਦੇਖਣ ਨੂੰ ਮਿਲ ਜੂਗਾ ਰਜਿਸਟਰਸ ਮਿਲ ਦੇਖਣ ਨੂੰ ਮਿਲ ਜਣਗੇ ਇਨਪੁਟ ਆਉਟਪੁਟ ਦੀ ਗੱਲ ਕਰੀਏ ਤਾਂ ਕੀਬੋਰਡ ਆਪਣੇ ਕੋਲ ਹੋਗੇ ਮਾਊਸ ਹੋਗੇ ਪ੍ਰਿੰਟਰ ਹੋ ਗਿਆ ਮੈਮਰੀ ਦੀ ਗੱਲ ਕਰੀਏ ਤਾਂ ਆਪਣੇ ਕੋਲ RAM ROM ਇਹ ਸਾਰੀਆਂ ਚੀਜ਼ਾਂ ਆ ਜਾਂਦੀਆਂ ਜੋ ਕੰਪਿਊਟਰ ਦੇ ਵਿੱਚ ਹੁੰਦੀਆਂ ਨੇ ਸਲੈਕਟ ਦੀ ਡਿਸੀਜਨ 메ਕਿੰਗ ਐਕਸ਼ਨ ਪਰਫਾਰਮਡ ਬਾਈ ALU ਹਾਂਜੀ ALU ਦੇ ਦੁਆਰਾ ਕਿਹੜੇ ਕੁਝ एज ए ਐਕਸ਼ਨ ਪਰਫਾਰਮ ਕੀਤੇ ਜਾਂਦੇ ਹੈ ਅਗਰ ਮੈਂ ALU ਦੀ ਗੱਲ ਕਰਾਂ ਤਾਂ ALU ਆਪਣੇ ਕੋਲ ਕੀ ਹੁੰਦਾ ਹੈ ਅਰਥਮੈਟਿਕ ਐਂਡ ਲੌਜੀਕ ਯੂਨਿਟ ਕੀ ਕਿਹਾ ਜਾਂਦਾ ਹੈ ਅਰਥਮੈਟਿਕ ਐਂਡ ਲੌਜੀਕ ਯੂਨਿਟ ਕੀ ਕਿਹਾ ਜਾਂਦਾ ਹੈ ਅਰਥਮੈਟਿਕ ਮਤਲਬ ਸਾਰੀ ਸਾਰੀ ਜੋ ਮੈਥਸ ਦੇ ਨਾਲ ਡੀਲ ਕਰ ਰਿਹਾ ਹੈ ਮੈਥ ਦਾ ਮਤਲਬ ਆਪਣੇ ਕੋਲ ਕੀ ਆ ਜੂਗਾ ਕੈਲਕੂਲੇਸ਼ਨ ਦੀ ਗੱਲ ਕਰ ਰਹੇ ਹਾਂ ਠੀਕ ਹੈ ਲੋਜਿਕ ਦੀ ਗੱਲ ਕਰੀਏ ਜੋ ਤੁਸੀਂ ਰੀਜ਼ਨਿੰਗ ਦੇ ਵਿੱਚ ਲੋਜਿਕ ਲਗਾਉਂਦੇ ਹੋ ਤਾਂ ਉਹ ਆਪਣੇ ਕੋਲ ਲੋਜਿਕ ਆ ਜਾਂਦਾ ਬਸ ਇੱਕ ਚੀਜ਼ ਦਾ ਖਾਸ ਧਿਆਨ ਰੱਖਿਓ ਠੀਕ ਹੈ ਕੁਐਸਚਨ ਦੇ ਵਿੱਚ ਸਿਰਫ ਸਿਰਫ ਏ ਵੀ ਪੁੱਛਦਾ ਹੈ ਵਿਚ ਆਫ ਦੀ ਕੰਪੋਨੈਂਟ ਇਜ਼ ਨੋਨ ਫੋਰ ਪ੍ਰੋਸੈਸਿੰਗ ਠੀਕ ਹੈ ਵੀ ਜਿਹੜਾ ਪ੍ਰੋਸੈਸਿੰਗ ਕਰਦਾ ਹੈ ਠੀਕ ਹੈ ਅਗਰ ਆਪਸ਼ਨ ਦੇ ਵਿੱਚ ਆਪਣੇ ਕੋਲ CPU ਹੋਇਆ ਠੀਕ ਹੈ ਅ ਦੇਖੋ ਆਪਸ਼ਨ ਮੈਂ ਤੁਹਾਨੂੰ ਕੁਝ ਇਸ ਤਰੀਕੇ ਨਾਲ ਜਿਹਨਾਂ ਕੁਸ਼ਨ ਸਮਝ ਕੇ ਨਾ ਆਪਸ਼ਨ ਮੇਕੋਲ ਹੈ ਪਹਿਲੀ ਹੈ CPU ਦੂਜੀ ਹੈ ਮੇਕੋਲ ALU ਤੀਜੀ ਹੈ ਮੇਕੋਲ CU ਠੀਕ ਹੈ ਚੌਥੀ ਮੇਕੋਲ ਹੈ ਰਜਿਸਟਰ ਠੀਕ ਹੈ ਮੈਂ ਕੁਐਸਚਨ ਕੀ ਹੈ ਵਿਚ ਆਫ ਦੀ ਕੰਪੋਨੈਂਟ ਇਜ਼ ਯੂਜ਼ਡ ਫੋਰ ਪ੍ਰੋਸੈਸਿੰਗ ਪ੍ਰੋਸੈਸਿੰਗ ਲਈ ਕਿਹੜਾ ਕੰਪੋਨੈਂਟ ਯੂਜ਼ ਕੀਤਾ ਜਾਂਦਾ ਹੈ ਤਾਂ ਪ੍ਰੋਸੈਸਿੰਗ ਦੀ ਗੱਲ ਕਰੀਏ ALU ALU ਯੂਜ਼ ਕੀਤੀ ਕਰ ਲਈ ਕਿਤਾ ਜਾਂਦਾ ਹੈ ਪ੍ਰੋਸੈਸਿੰਗਲੀ ਮਤਲਬ ਜੋ ਵੀ ਕੰਮ ਕਰਦਾ ALU ਕਰਦਾ ਹੈ CPU ਕੀ ਕਰਦਾ ਹੈ CPU ਸਿਰਫ ਕੰਟਰੋਲ ਕਰਦਾ ਹੈ ਫਲੋ ਆਫ ਡਾਟਾ ਨੂੰ ਠੀਕ ਹੈ ਪ੍ਰੋਸੈਸ ਨਹੀਂ ਕਰਦਾ ਪ੍ਰੋਸੈਸ ਕੌਣ ਕਰ ਰਿਹਾ ਹੈ ALU ਅਰਥਮੈਟਿਕ ਦਾ ਕੰਮ ਲਗਾ ਰਿਹਾ ਹੈ ਰੀਜ਼ਨਿੰਗ ਵਾਲਾ ਕੰਮ ਕਰ ਰਿਹਾ ਹੈ ਜੋ ਵੀ ਹੋਤੇ ਡਾਟਾ ਹੈ ਬਸ ਇਸ ਚੀਜ਼ ਦਾ ਧਿਆਨ ਰੱਖੋ ਅਗਰ ਕੱਲਾ ਪ੍ਰੋਸੈਸ ਲਿਖਿਆ ਆਇਆ ਤਾਂ ਆਪਣਾ ਆਨਸਰ ALU ਹੋਊਗਾ ਅਗਰ ਪ੍ਰੋਸੈਸਿੰਗ ਨੇ ਨਾਲ ਕੰਟਰੋਲ ਲਿਖਿਆ ਆ ਗਿਆ ਮੈਨੇਜ ਲਿਖਿਆ ਆ ਗਿਆ ਤਾਂ CU ਸੋਰੀ ALU CU ਤਾਂ ਤੁਸੀਂ ਸਿੱਧਾ ਆਨਸਰ CPU ਵੀ ਲਗਾ ਸਕਦੇ ਹੋ ਠੀਕ ਹੈ ਫਿਰ CPU ਦੇ ਕੰਮ ਦੀ ਗੱਲ ਕਰੀਏ ਤਾਂ CPU ਸਾਰਾ ਕੁਝ ਕਰਦਾ ਹੈ ਤਾ ਸੀਪੀਯੂ ਦੀ ਗੱਲ ਕਰੀਏ ਤਾਂ ਸੀਪੀਯੂ ਕੀ ਕਰਦਾ ਸਾਰਾ ਕੁਝ ਹੀ ਕਰਦਾ ਹੈ ਸੀਪੀਯੂ ਏ ਐਲ ਯੂ ਦਾ ਕੰਮ ਵੀ ਕਰਦਾ ਹੈ ਸੀਪੀਯੂ ਸੀ ਯੂ ਦਾ ਕੰਮ ਵੀ ਕਰਦਾ ਹੈ ਸੀਪੀਯੂ ਮੈਮਰੀ ਦਾ ਵੀ ਕੰਮ ਕਰਦਾ ਹੈ ਸੀਪੀਯੂ ਦੇ ਅੰਦਰ ਹੀ ਆ ਗਈ ਪ੍ਰੋਸੈਸਿੰਗ ਲੇਕਿਨ ਅਗਰ ਕਿਤੇ ਇਹ ਦੋਨੋਂ ਚੀਜ਼ਾਂ ਜੁੜ ਗਈਆਂ ਮਤਲਬ ਪ੍ਰੋਸੈਸਿੰਗ ਪਲੱਸ ਮੈਨੇਜ ਆ ਗਿਆ ਪ੍ਰੋਸੈਸਿੰਗ ਪਲੱਸ ਕੰਟਰੋਲ ਆ ਗਿਆ ਤਾਂ ਆਪਣੇ ਕੋਲ ਕੀ ਆ ਜਾਊਗਾ ਆਪਣੇ ਕੋਲ ਉਹ ਸੀਪੀਯੂ ਹੀ ਆ ਜਾਊਗਾ ਤਾਂ ਉਹ ਕੀ ਹੋ ਗਿਆ ਸੀਪੀਯੂ ਗਾ ਲੇਕਿਨ ਅਗਰ ਕਿਤੇ ਪ੍ਰਕਲਾ ਪ੍ਰੋਸੈਸਿੰਗ ਹੋਊਗਾ ਤਾਂ ਆਪਣੇ ਕੋਲ ਏ ਐਲ ਯੂ ਆਊਗਾ ਠੀਕ ਹੈ ਤਾਂ ਆਪਣੇ ਕੋਲ ਉੱਰੀ ਆਨਸਰ ਕੀ ਹੈ 올 ਆਫ दी अबव इज दी राइट आंसर नेक्स्ट right which generation of computer that used cd rom हां जी cd rom ਸਭ ਤੋਂ ਪਹਿਲੀ ਵਾਰੀ ਕਦੋਂ ਯੂਜ਼ ਹੋਣੀ ਸ਼ੁਰੂ ਹੋਈ ਸੀ ਰਜਿਸਟਰ ਮੈਮਰੀ ਲਈ हां जी हां जी ਜਿਹੜੀ cpu ਦੇ ਵਿੱਚ ਮੈਮਰੀ ਹੁੰਦੀ ਹੈ ਉਹ ਰਜਿਸਟਰਸ ਹੁੰਦੀ ਹੈ ਬਿਲਕੁਲ ਸਹੀ ਮਾਨ ਮੈਨੇਜਰ ਇਨ CPU ਐਦਾਂ ਵੀ ਕਹਿ ਸਕਦੇ ਹੋ ਕੰਟਰੋਲ ਕਰਦਾ ਬਿਲਕੁਲ ਠੀਕ ਹੈ ਫੈਚ ਐਂਡ ਐਗਜ਼ੀਕਿਊਟ 3 5 2 3 ਠੀਕ ਹੈ 5G 1983 ਓਕੇ okay. ਸੀ ओके okay. सारे मतलब ऑलमोस्ट सारीया ऑप्शन आ, आ दे ਤੁਸੀਂ ਆਨਸਰ ਦੇ ਚੁੱਕੇ ਹੋ ਬਹੁਤ ਵਧੀਆ ਕੋਸ਼ਿਸ਼ ਹੈ ਆਪਾਂ ਪਹਿਲਾਂ ਵੀ ਕਰ ਚੁੱਕਿਆ ਦੇਖੋ ਇਸ ਤੋਂ ਪਹਿਲਾਂ ਆਪਾਂ ਇਹ ਦੇਖਿਆ ਜਾਵੇ ਕਿਹੜੀ ਜਨਰੇਸ਼ਨ ਦੇ ਵਿੱਚ ਪਹਿਲਾਂ ਆਪਾਂ ਇਹ ਦੇਖ ਲੈਣਾ ਕਿ ਸੀਡੀ ਰੋਮ ਕਦੋਂ ਬਣੀ ਸੀ ਸੀਡੀ ਰੋਮ ਕਦੋਂ ਮળે ਸੀ ਜਦੋਂ ਇੰਡੀਆ ਨੇ ਸਭ ਤੋਂ ਪਹਿਲਾਂ ਵਰਲਡ ਕੱਪ ਜਿੱਤਿਆ ਸੀ ਮਤਲਬ ਮੈਂ ਕਦੋਂ ਦੀ ਗੱਲ ਕਰ ਰਿਹਾ 1983 ਦੀ ਗੱਲ ਕਰ ਰਿਹਾ 1983 ਦੇ ਵਿੱਚ ਆਪਣੇ ਕੋਲ ਕੀ ਬਣ ਗਿਆ ਸੀ ਸੀਡੀ ਰੋਮ ਲੇਕਿਨ ਤੁਹਾਨੂੰ ਇਹ ਵੀ ਪਤਾ 1980 ਤੋਂ ਬਾਅਦ ਇੱਕ ਹੋਰ ਜਨਰੇਸ਼ਨ ਸ਼ੁਰੂ ਹੋ ਚੁੱਕੀ ਸੀਗੀ ਨਵੀਂ ਜਨਰੇਸ਼ਨ ਤਾਂ ਆਪਣੇ ਕੋਲ ਕੀ ਆ ਜਾਊਗਾ ਪੰਜਵੀਂ ਜਨਰੇਸ਼ਨ ਹੈ ਜਿਹੜੀ

ਸੀਰੀ ਡਾਉਟ ਦੇ ਵਿੱਚ ਤੁਸੀਂ ਸੈਮੀ ਕੰਡਕਟਰ ਮੈਮਰੀ ਯੂਜ਼ ਕਰਦੇ ਹੋ ਮੈਗਨੇਟਿਕ ਮੈਮਰੀ ਯੂਜ਼ ਕਰਦੇ ਹੋ ਜਾਂ ਮੈਮਰੀ ਰਜਿਸਟਰ ਯੂਜ਼ ਕਰਦੇ ਹੋ ਜਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਹੀਂ ਯੂਜ਼ ਕਰਦੇ ਫੋਰਥ ਆਉਸਰ ਵਿਰਾਜ ਅਗਰ ਫੋਰਥ ਜਨਰੇਸ਼ਨ ਦੀ ਗੱਲ ਕਰੀਏ 1900 ਕਹਤੋਂ ਤੋਂ ਲੈ ਕੇ 1980 ਤੱਕ ਫੋਰਥ ਜਨਰੇਸ਼ਨ ਸੀਗੀ ਠੀਕ ਹੈ ਉਹੀ ਟਰਮ ਜੋ ਆਪਾਂ ਨੂੰ ਬੁੱਕ ਦੇ ਵਿੱਚ ਲਿਖੀ ਹੋਈ ਹੈ ਲੇਕਿਨ ਹਾਂ ਆਪਾਂ ਅੱਜ ਦੀ ਜਨਰੇਸ਼ਨ ਦੇ ਵਿੱਚ ਸਟਿਲ ਫੋਰਥ ਜਨਰੇਸ਼ਨ ਆਪਾਂ ਕੰਪਿਊਟਰ ਯੂਜ਼ ਕਰ ਰਹੇ ਹਾਂ ਲੇਕਿਨ ਫਿਫਥ ਜਨਰੇਸ਼ਨ ਕੰਪਿਊਟਰ ਦੀ ਗੱਲ ਕਰੀਏ ਜੋ 1980 ਤੋਂ ਔਨਵਰਡ ਸ਼ੁਰੂ ਹੋ ਚੁੱਕੇ ਸੀ ਠੀਕ ਹੈ ਬਿਲਕੁਲ ਜੀ ਬਿਲਕੁਲ ਰਾਈਟ ਆਨਸਰ ਦੀ ਗੱਲ ਕਰੇ ਨਨ ਆਫ ਥੀਸ ਆਊਗਾ ਅਗਰ ਮੈਂ ਸੀਡੀ ਰੋਮ ਦੀ ਗੱਲ ਕਰਾਂ ਤਾਂ ਸੀ ਰੋਮ ਮੇਰੇ ਕੋਲ ਕੀ ਆਂਦਾ ਆਪਟੀਕਲ ਆ ਜਾਂਦੀ ਹੈ ਕੀ ਮੇਰੇ ਕੋਲ ਆ ਕੀ ਆਂਦਾ ਆਪਟੀਕਲ ਡਿਸਕ ਜਿਹੜੀ ਆ ਜਾਂਦੀ ਆ ਉਹ ਮੇਰੇ ਕੋਲ ਕੀ ਆ ਜਾਂਦੀ ਆ ਸੀਡੀ ਰੋਮ ਦੀ ਆ ਜਾਂਦੀ ਆ ਜਿਵੇਂ ਕਿ ਡੀਵੀਡੀ ਹੋ ਗਿਆ ਜਿਵੇਂ ਕਿ ਆਪਣੇ ਕੋਲ ਸੀਡੀ ਹੋ ਗਿਆ ਲੇਕਿਨ ਅਗਰ ਮੈਂ ਸੈਮੀ ਕੰਡਕਟਰ ਮੈਮਰੀ ਦੀ ਗੱਲ ਕਰਾਂ ਤਾਂ ਸੈਮੀ ਕੰਡਕਟਰ ਮੈਮਰੀ ਦੇ ਵਿੱਚ ਕੀ ਆਊਗਾ ਹਾਂਜੀ ਸੈਮੀ ਕੰਡਕਟਰ ਮੈਮਰੀ ਦੇ ਵਿੱਚ ਮੇਰੇ ਕੋਲ ਕੀ ਕੀ ਚੀਜ਼ਾਂ ਆਣਗੀਆਂ ਇਹਦੇ ਆਨਸਰ ਕਰੋ ਆਈ ਸੀ ਬਿਲਕੁਲ ਜੀ ਬਿਲਕੁਲ ਅਗਰ ਮੈਂ ਲਿਖਦਾ IC ਲਿਖ ਸਕਦਾ ਮੈਂ RAM ਲਿਖ ਸਕਦਾ ਮੈਂ ROM ਲਿਖ ਸਕਦਾ ਤਾਂ ਇਹ ਮੇਰੇ ਕੋਲ ਕੀ ਆਈਏਗਾ ਸੈਮੀ ਕੰਡਕਟਰ ਦੇ ਵਿੱਚ ਆਈਂਦਾ ਅਗਰ ਮੈਂ ਮੈਗਨੇਟਿਕ ਮੈਮਰੀ ਦੀ ਗੱਲ ਕਰਾਂ ਤਾਂ ਮੈਗਨੇਟਿਕ ਮੈਮਰੀ ਦੇ ਵਿੱਚ ਮੇਰੇ ਕੋਲ ਕੀ ਆਊਗਾ ਅ ਮੈਂ ਕੁਸ਼ਨ ਪੜ੍ਹਣ ਨਹੀਂ ਜਾ ਰਿਹਾ ਸੀ ਹੈਰੀ ਤੂੰ ਕੀ ਲਿਖਿਆ ਤੂੰ ਡਿਲੀਟ ਕਰਤਾ ओके okay, बिल्कुल जी बिल्कुल तो आपके को गल करिए एचडीडी आ गया ठीक है फ्लॉपी डिस्क आ गया आपके को मैग्नेटिक टेप्स आ गया तो ये सारे सारे आपके को मैग्नेटिक मेमोरी ਦੇ ਵਿੱਚ ਆ ਜਾਂਦੀਆਂ ਨੇ ਠੀਕ ਹੈ ਫਲੈਸ਼ ਡਰਾਈਵ ਵੀ ਆ ਗਿਆ ਆਪਣੇ ਕੋਲ मैग्नेटिक मेमोरी ਦੇ ਵਿੱਚ ਆ ਜਾਂਦਾ ਹੁਣ ਤਾਂ ਕੁਝ ਨਹੀਂ ਆਊਗਾ ਜਦੋਂ ਡਿਲੀਟ ਕਰਤਾ ਠੀਕ ਹੈ ਤੂੰ ਵੀ ਕੁੜੀਆਂ ਵਾਲੀ ਹਰਕਤਾਂ ਕਰਤਾ ਪਹਿਲਾਂ ਮੈਸੇਜ ਲਿਖਤਾ ਠੀਕ ਹੈ ਬਾਅਦ ਚ ਡਿਲੀਟ ਕਰਦਾ ਹਾਂ ਕੀ ਲਿਖਿਆ ਸੀ ਨਾ ਕੁਝ ਨਹੀਂ ਬਸ ਐਵੇਂ ਹੁਣ ਕੀ ਫਾਇਦਾ ਵਿਚ ਆਫ ਦੀ ਫੋਲੋਇੰਗ ਵਾਸ ਦੀ ਵਰਸ ਫਸਟ ਲੈਪਟਾਪ ਹਾਂਜੀ ਪਹਿਲਾ ਲੈਪਟਾਪ ਦੀ ਗੱਲ ਕਰ ਰਿਹਾ ਵਰਲਡ ਦੇ ਸਭ ਤੋਂ ਪਹਿਲੇ ਲੈਪਟਾਪ ਲੇਕਿਨ ਇਨ ਮਾਡਰਨ ਫਾਰਮ ਕਿਸ ਫਾਰਮ ਦੇ ਵਿੱਚ ਮਾਡਰਨ ਫਾਰਮ ਦੇ ਵਿੱਚ ਮੈਂ ਗੱਲ ਕਰ ਰਿਹਾ ਬਿਲਕੁਲ 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 ਸਹੀ ਰਾਈਟ ਆਨਸਰ ਦੀ ਗੱਲ ਕਰੀਏ ਤੋਸ਼ੀਬਾ 1100 ਤੋਸ਼ੀਬਾ 1100 1985 ਦੇ ਵਿੱਚ ਆਪਣੇ ਕੋਲ ਆ ਗਿਆ ਸੀ ਕਦੋਂ ਆ ਗਿਆ ਸੀ 1985 ਦੇ ਵਿੱਚ ਆਪਣੇ ਕੋਲ ਤੋਸ਼ੀਬਾ 1100 ਆ ਗਿਆ ਸੀਗਾ ਠੀਕ ਹੈ ਬਿਲਕੁਲ ਜੀ ਬਿਲਕੁਲ ओके uh, okay. लेकिन अगर मैं गल करा उ लिखी लिखिया फर्स्ट वर्ल्ड फर्स्ट लैपटॉप इन मॉडर्न फॉर्म लेकिन मैं वर्ल्ड से सब तो पहले लैपटॉप की गल करा तो एक अपने कोर भी तो है ऑसबोर्न वन हाँ जी ये किसी ने गल नहीं की एप्सन नहीं ऑसबोर्न वन ਬਿਲਕੁਲ ਹੀ ਬਿਲਕੁਲ ਓਸਬੋਨ ਵੰਦੀ ਵੰਦੀ ਗੱਲ ਕਰੇ ਜੋ ਐਡਮ ਓਸਬੋਨ ਦੁਆਰਾ ਬਣਾਇਆ ਗਿਆ ਸੀ ਕਦੋਂ ਬਣਾਇਆ ਗਿਆ ਸੀ ਇਹ ਇਹ ਬਣਾਇਆ ਗਿਆ ਸੀ 1981 ਦੇ ਵਿੱਚ ਇਹ ਬਣਾਇਆ ਗਿਆ ਸੀ ਲੇਕਿਨ ਜਿਹੜਾ ਓਸਬੋਨ ਵਨ ਬਣਾਇਆ ਗਿਆ ਸੀ ਨਾ ਇਹਦਾ ਸਾਈਜ਼ ਬਹੁਤ ਛੋਟਾ ਸੀ ਹਾਂ ਇਹਨੂੰ ਜ਼ਰੂਰ ਐਦਾਂ ਨਾਮ ਦਿੱਤਾ ਗਿਆ ਸੀ ਇਹਨੂੰ ਇਹਨੂੰ ਟੂ ਲੈਪਟਾਪ ਦਾ ਨਾਮ ਦਿੱਤਾ ਗਿਆ ਸੀ ਕੀ ਟਰੂ ਲੈਪਟਾਪ ਦਾ ਨਾਮ ਇਹਨੂੰ ਦਿੱਤਾ ਗਿਆ ਸੀ ਲੇਕਿਨ ਅਗਰ ਮੈਂ ਗੱਲ ਕਰਾਂ ਤੋਸ਼ੀਬਾ 1100 ਤੋਸ਼ੀਬਾ 1100 ਜਦੋਂ ਆਇਆ ਸੀ ਵਰਲਡ ਲੈਵਲ 'ਚ ਤਾਂ ਇਹ ਮਤਲਬ ਜਿਹੜੀ ਮਾਸ ਮਾਰਕੀਟ ਸੀ ਉਹਨੂੰ ਇਹਨੇ ਓਕੂਪਾਈ ਕਰ ਲਿਆ ਸੀਗਾ ਮਤਲਬ ਜਿਹੜੀ ਮਾਰਕੀਟ ਸੀਗੀ ਉਹਨੂੰ ਇਹ ਓਕੂਪਾਈ ਕਰ ਲਿਆ ਸੀ ਮਤਲਬ ਇਹ ਜਿਹੜਾ ਲੈਪਟਾਪ ਜਿਹੜੀ 올 ਮਾਰਕੀਟ ਦੇ ਵਿੱਚ ਯੂਜ਼ ਕੀਤਾ ਗਿਆ ਸੀ ਜਿਹਦੇ ਕਰਕੇ ਉਰੇ ਕੁਐਸਚਨ ਦੇ ਵਿੱਚ ਕੀ ਲਿਖਿਆ ਹੋਇਆ ਮਾਡਰਨ ਫਾਰਮ ਲਿਖਿਆ ਹੋਇਆ ਹਾਂ ਲੇਕਿਨ ਟਰੂਲ ਅਗਰ ਪੁੱਛਿਆ ਜਾਵੇ ਕਿਉ ਫਾਰਮ ਦੇ ਵਿੱਚ ਸਭ ਤੋਂ ਪਹਿਲਾ ਲੈਪਟਾਪ ਆਪਣੇ ਕੋਲ ਕਿਹੜਾ ਆਇਆ ਸੀ ਤਾਂ ਆਪਣੇ ਕੋਲ ਕੀ ਹੋ

ਵਨ ਟਾਈਮ ਹਾਂਜੀ ਓਕੇ 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 ਤੁਹਾਨੂੰ ਠੀਕ ਹੈ ਅਗਰ ਆਪਾਂ ਨਾਰਮਲੀ ਗੱਲ ਕਰੀਏ ਤਾਂ ਨਾਰਮਲੀ ਉਹਨਾਂ ਨੇ ਕੀ ਕਿਹਾ ਵੀ ਇਹ ਜਿਹੜਾ ਕੰਪੋਨੈਂਟ ਕਿਹੜਾ ਕੰਪੋਨੈਂਟ ਆ ਉਹ ਕੰਪੋਨੈਂਟ ਦਾ ਨਾਮ ਕੀ ਹੈ ਜਿਹੜਾ ਕਨਵਰਟ ਕਰਦੇ ਨੇ ਲੈਂਗੁਏਜ ਨੂੰ ਅਗਰ ਮੈਂ ਲੈਂਗੁਏਜ ਨੂੰ ਕਨਵਰਟ ਕਰਨ ਦੀ ਗੱਲ ਕਰਾਂ ਤਾਂ ਮੇਰੇ ਕੋਲ ਜਿਹੜਾ ਵਰਡ ਆ ਜਾਂਦਾ ਮੇਰੇ ਕੋਲ ਕੀ ਆ ਜਾਂਦਾ ਟਰਾਂਸਲੇਟਰ ਟਰਾਂਸਲੇਟਰ ਦੀ ਗੱਲ ਕਰੀ ਤਾਂ ਤਿੰਨ ਟਾਈਪ ਦੇ ਟਰਾਂਸਲੇਟਰ ਹੁੰਦੇ ਆ ਠੀਕ ਹੈ ਸਭ ਤੋਂ ਪਹਿਲਾ ਆਪਣੇ ਕੋਲ ਕਿਹੜਾ ਆਉਂਦਾ ਹੈ ਅਸੈਂਬਲਰ ਦੂਜਾ ਆਪਣੇ ਕੋਲ ਇੰਟਰਪ੍ਰੀਟਰ ਤੀਜਾ ਆਪਣੇ ਕੋਲ ਕੰਪਾਈਲਰ ਠੀਕ ਹੈ ਤਿੰਨ ਟਾਈਪ ਦੇ ਆਪਣੇ ਕੋਲ ਕਹਿੰਦੇ ਟ੍ਰਾਂਸਲੇਟਰ ਆ ਜਾਂਦੇ ਆ ਠੀਕ ਹੈ ਉਹਨਾਂ ਦਾ ਕੰਮ ਕੀ ਹੈ ਇਹਨਾਂ ਦਾ ਕੰਮ ਹੈ ਵੀ ਲੈਂਗੁਏਜ ਨੂੰ ਕਨਵਰਟ ਕਰਨਾ ਕਨਵਰਟ ਕਿਹੜੀ ਲੈਂਗੁਏਜ ਦੇ ਵਿੱਚ ਕਰਨਾ ਕਰਨਾ ਇਹਨਾਂ ਨੇ ਮਸ਼ੀਨ ਲੈਂਗੁਏਜ ਦੇ ਵਿੱਚ ਕਨਵਰਟ ਕਰਨਾ ਹਰ ਇੱਕ ਲੈਂਗੁਏਜ ਨੂੰ ਹੁਣ ਜਿਹੜਾ ਅਸੈਂਬਲਰ ਸੀਗੇ ਅਸੈਂਬਲਰ ਲੋ ਲੈਵਲ ਲੈਂਗੁਏਜ ਨੂੰ ਕਨਵਰਟ ਕਰਦੇ ਸੀ ਮਸ਼ੀਨ ਲੈਂਗੁਏਜ ਦੇ ਵਿੱਚ ਜਿਹੜੇ ਇੰਟਰਪ੍ਰੀਟਰ ਤੇ ਕੰਪਾਈਲਰ ਸੀਗੇ ਹਾਈ ਲੈਵਲ ਲੈਂਗੁਏਜ ਨੂੰ ਕਨਵਰਟ ਕਰਦੇ ਸੀ ਕਿਹਦੇ ਵਿੱਚ ਮਸ਼ੀਨ ਲੈਂਗੁਏਜ ਦੇ ਵਿੱਚ ਹੁਣ ਦੇਖੋ ਅਗਰ ਇੰਟਰਪ੍ਰੀਟਰ ਵੀ ਹਾਈ ਲੈਵਲ ਲੈਂਗੁਏਜ ਨੂੰ ਕਰਦਾ ਸੀ 1/1 ਕੰਮ ਕਰਦਾ ਸੀ ਮਤਲਬ 21 ਕਿ ਲਾਈਨ ਨੂੰ ਕਨਵਰਟ ਕਰਦਾ ਸੀ ਜਦੋਂ ਕੰਪਾਈਲਰ ਦੀ ਗੱਲ ਕਰੀਏ ਤਾਂ ਇੱਕੋ ਟਾਈਮ ਠੀਕ ਹੈ ਵਾਂਸ ਆਲ ਇੱਕੋ ਵਾਰੀ ਸਾਰਾ ਸਾਰਾ ਪ੍ਰੋਗਰਾਮ ਜਿਵੇਂ ਕਿ ਉਰੇ ਲਿਖਿਆ ਹੈ 1 ਟਾਈਮ ਇੱਕੋ ਵਾਰ ਦੇ ਵਿੱਚ ਸਾਰਾ ਪ੍ਰੋਗਰਾਮ ਕਨਵਰਟ ਕਰ ਦਿੰਦਾ ਸੀ ਜਿਹਦੇ ਕਰਕੇ ਆਪਣੇ ਕੋਲ ਆਨਸਰ ਕੀ ਆ ਜਾਊਗਾ অপਸ਼ਨ ਡੀ ਕੰਪਾਈਲਰ ਇਜ਼ ਦੀ ਰਾਈਟ ਆਨਸਰ ਇੰਟਰਪ੍ਰੀਟਰ ਹੈ ਕੰਪਾਈਲਰ ਠੀਕ ਹੈ ਲਾਈਨ ਬਾਈ ਲਾਈਨ ਬਿਲਕੁਲ ਜੀ ਬਿਲਕੁਲ ਠੀਕ ਹੈ ਅਸੈਂਬਲਰ ਅਸੈਂਬਲਰ ਲੈਂਗੁਏਜ ਅੱਛਾ ਠੀਕ ਹੈ ਅਸੈਂਬਲੀ ਬਿਲਕੁਲ ਜੀ ਬਿਲਕੁਲ ਅਸੈਂਬਲੀ ਲੈਂਗੁਏਜ ਲਈ ਅਸੈਂਬਲਰ ਆਪਾਂ ਯੂਜ਼ ਕਰਦੇ ਸੀ ਕਿਉਂਕਿ ਉਹ ਲੋ ਲੈਵਲ ਲੈਂਗੁਏਜ ਸੀ ਬਿਲਕੁਲ ਸਹੀ ਐਦਾਂ ਵੀ ਤੁਸੀਂ ਕਰ ਸਤਿ ਸ਼੍ਰੀ ਅਕਾਲ ਵਿਰਾਟ ਸਤਿ ਸ਼੍ਰੀ ਅਕਾਲ ਲਾਈਨ ਬਾਈ ਲਾਈ ਚੱਕ ਦੋ ਗੁਰੂ ਸਪੀਡ ਤੂੰ ਅਲੱਗ ਸੌਂਗ ਉਹਦੇ ਵਿੱਚ ਪਹੁੰਚ ਗਿਆ ਇਨ ਵਿੱਚ ਯਰ ਵਰ ਚਿਪਸ ਯੂਜ਼ਡ ਇਨਸਾਈਡ ਦੀ ਕੰਪਿਊਟਰ ਫॉर ਦੀ ਫਸਟ ਟਾਈਮ ਹਾਂਜੀ ਥੋੜਾ ਕੁਐਸਚਨ ਹੈ ਕੰਪਲਿਕੇਟਿਡ ਜਾ ਕਿਉਂਕਿ ਆਪਣੇ ਕੋਲ ਦੋ ਅਲੱਗ-ਅਲੱਗ ਸਾਲ ਆ ਜਾਂਦੇ ਉਹਨੇ ਸਭ ਤੋਂ ਪਹਿਲੀ ਵਾਰੀ ਕੀ ਪੁੱਛਿਆ ਇਹ ਸਭ ਤੋਂ ਪਹਿਲੀ ਵਾਰੀ ਜਿਹੜੀਆਂ ਚਿਪਸ ਐ ਕੰਪਿਊਟਰ ਦੇ ਵਿੱਚ ਕਦੋਂ ਯੂਜ਼ ਹੋਣੀਆਂ ਸ਼ੁਰੂ ਹੋ ਗਈਆਂ ਸੀ ਅਗਰ ਆਪਾਂ ਗੱਲ ਕਰੀਏ ਸਭ ਤੋਂ ਪਹਿਲੀ ਵਾਰੀ ਜਿਹੜੇ ਮਾਈਕਰੋ ਪ੍ਰੋਸੈਸਰ ਕਰੋ ਬਣੇ ਸੀ 1971 ਦੇ ਵਿੱਚ ਮਤਲਬ 1971 ਤੋਂ ਬਾਅਦ ਹੀ ਕਰੇ ਕੰਪਿਊਟਰ ਦੇ ਵਿੱਚ ਯੂਜ਼ ਹੋਊਗਾ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਆ ਜਾਊਗਾ 1975 ਕਦੋਂ 1975 1975 ਦੇ ਵਿੱਚ ਜਿਹੜੀ ਚਿਪ ਯੂਜ਼ ਹੋਈ ਸੀ ਤਾਂ ਆਪਣੇ ਕੋਲ ਕਿਹੜੀ ਆ ਜਾਊਗੀ ਉਹ ਇੰਟੈਲ 8008 ਜਿਹੜੀ ਯੂਜ਼ ਹੋਈ ਸੀ ਕਿਹੜੀ ਇੰਟੈਲ 8008 ਜਿਹੜੀ ਯੂਜ਼ ਹੋਈ ਸੀ ਕਿਹੜੇ ਕੰਪਿਊਟਰ ਦੇ ਵਿੱਚ ਯ 1000 8008 ਕੰਪਿਊਟਰ ਦੇ ਵਿੱਚ ਉਹਨੂੰ ਯੂਜ਼ ਕੀਤਾ ਗਿਆ ਸੀ ਲੇਕਿਨ ਇਸ ਤੋਂ ਸਿਵਾ ਇੱਕ ਹੋਰ ਆਪਣੇ ਕੋਲ ਅ ਐਦਾ ਕਹਿ ਲਓ ਕਿ ਟ੍ਰਿਕ ਜੀ ਆ ਜਾਂਦੀ ਹੈ ਕਿ ਅਗਰ ਮੈਂ ਚਿਪਸ ਦੀ ਗੱਲ ਕਰਾਂ ਕਿਉਂਕਿ ਉਰੇ ਕੀ ਲਿਖਿਆ ਚਿਪਸ ਲਿਖਿਆ ਹੈ ਤਾਂ ਇਸ ਤੋਂ ਪਹਿਲਾਂ ਵੀ 1964 ਦੇ ਵਿੱਚ ਜਿਹੜੀਆਂ ਚਿਪਸ ਬਣਾਈਆਂ ਗਈਆਂ ਸੀ 1947 ਦੇ ਵਿੱਚ ਵੀ ਜਿਹੜੇ ਚਿਪਸ ਹੈ ਜਿਹਨੂੰ ਸਭ ਤੋਂ ਪਹਿਲੀ ਵਾਰੀ ਕੰਪਿਊਟਰ ਦੇ ਵਿੱਚ ਯੂਜ਼ ਕੀਤਾ ਗਿਆ ਸੀ ਜੋ ਸੈਮੀ ਕੰਡਕਟਰ ਮਟੀਰੀਅਲ ਦੇ थ्रू ਹੀ ਬਣਿਆ ਸਕੇ ਆ ਜਿਵੇਂ ਕਿ ਅਗਰ ਆਪਾਂ ਗੱਲ ਕਰੇ ਜੈਕ ਕਿਲਬੀ ਦੇ ਦੁਆਰਾ ਬਣਾਈ ਗਈ ਸੀ ਠੀਕ ਹੈ ਤਾਂ ਉਹ ਆਈਸੀ ਜਿਹੜੇ ਬਣਾਈ ਗਈ ਸੀ ਠੀਕ ਹੈ ਤਾਂ ਉਹ ਜਿਹੜੇ ਯੂਜ਼ ਕੀਤੇ ਗਏ ਸੀ ਉਹ ਕਰੋਗ ਯੂਜ਼ ਕੀਤੇ ਗਏ ਸੀ 1947 ਦੇ ਟਾਈਮ ਯੂਜ਼ ਕੀਤੇ ਗਏ ਸੀ ਸ਼ਾਬਾਸ਼ ਜੀ ਸਾਹਿਬ ਨikhil nik emergency ਦੇ ਟਾਈਮ ਕੀ ਬਾਤ ਹੈ ਅ ਦੀ ਪ੍ਰਸੈਸਡ ਫਾਰਮ ਆਫ ਡਾਟਾ ਇਸ ਕਾਲਡ ਅਗਰ ਆਪਾਂ ਡਾਟਾ ਤੇ ਪ੍ਰੋਸੈਸ ਲਗਾ ਦਈਏ ਤਾਂ ਉਹਨੂੰ ਪ੍ਰੋਸੈਸ ਫਾਰਮ ਦੇ ਵਿੱਚ ਡਾਟਾ ਕਹਿ ਦਈਏ ਤਾਂ ਉਹ ਆਪਣੇ ਕੋਲ ਕੀ ਬਣ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਤਾਂ ਆਪਣੇ ਕੋਲ ਕੀ ਬਣ ਜਾਂਦੀ ਹੈ ਇਨਫੋਰਮੇਸ਼ਨ ਆਪਾਂ ਕੋਲ ਕੀ ਕਹਿੰਦੇ ਆ ਪ੍ਰੋਸੈਸ ਫਾਰਮ ਡਾਟਾ ਨੂੰ ਆਪਾਂ ਕੀ ਕਹਿੰਦੇ ਆ ਇਨਫੋਰਮੇਸ਼ਨ ਮਸ਼ੀਨ ਲੈਂਗਵੇਜ ਲੈਂਗੁਏਜ ਦੀ ਗੱਲ ਕਰੀਏ ਤਾਂ ਮਸ਼ੀਨ ਲੈਂਗਵੇਜ ਲੈਵਲ ਲੈਂਗੁਏਜ ਦੀ ਗੱਲ ਸੋਰੀ ਮਸ਼ੀਨ ਲੈਂਗਵੇਜ ਦੀ ਗੱਲ ਕਰੀਏ ਤਾਂ ਕੀ ਹੈ ਡਿਫਿਕਲਟ ਹੈ ਮਸ਼ੀਨ ਡਿਪੈਂਡੈਂਟ ਹੈ ਜਾਂ ਐਰਰ ਪ੍ਰੋਨ ਹੈ ਜਾਂ 올 ਆਫ ਦੀ ਅਬਵ ਹੈ ओके राइट आंसर दी गल करिया बिल्कुल ऑल ऑफ द अबव मशीन लैंग्वेज दी गल करे ता मशीन लैंग्वेज विच थोनू सारीया चीजआ ही देखन नु मिल जानगे है। सारीया चीजआ मतलब किया डिफिकल्ट टू प्रोग्राम है ठीक है प्रोग्राम करना बड़ा ਔਖਾ ਹੈ ठीक है ठीका? उस तो बाद अगर आपा गल करे ता ਆਪਣੇ ਕੋਲ ਕੀ ਆ ਜੂਗਾ हां मशीन डिपेंडेंट है मशीन इथे प्रोग्राम ते ही डिपेंड ਹੋਊਗੀ ठीक है एरर पर होना गलती कोई ना कोई हो ही ਜਾਂਦੀ ਹੈ प्रोग्राम क्रिएट करण दे विच ता सारीया ही अपने को राइट आंसर ने हां जी एंड इंटीग्रेटेड सर्किट इज हां जी इंटीग्रेटेड सर्किट दी ਗੱਲ ਕਰੀਏ ਤਾਂ ਆਪਣੇ ਕੋਲ ਕੀ ਆਇਆ ਕੰਪਾਈਲ ਸਰਕਟ ਸੌਰੀ ਕੰਪਲੀਕੇਟਿਡ ਸਰਕਟ ਆਜੂਗਾ ਠੀਕ ਹੈ ਫੈਬ੍ਰੀਕੇਟਡ ਔਨ ਟਾਈਨੀ ਸਿਲੀਕਨ ਚਿਪ ਆਜੂਗਾ ਮੋਸਟ ਕੋਸਟlier than ਸਿੰਗਲ ट्रांजिਸਟਰ ਆਜੂਗਾ ਤੇ ਆਪਣੇ ਕੋਲ ਲਾਸਟ ਐਂਡ ਇੰਟੀਗ੍ਰੇਟਿੰਗ ਡਿਵਾਈਸ ਦੇਖੋ ਦੋ ਤਿੰਨ অপਸ਼ਨ ਆ ਹੋ ਸਕਦੀਆਂ ਤੁਹਾਨੂੰ ਲੱਗ ਰਿਹਾ ਹੋਵੇ ਆਨਸਰ ਹੈ ਲੇਕਿਨ ਸਿਰਫ ਇੱਕ ਚੀਜ਼ ਜੋ ਤੁਸੀਂ ਬਾਰ-ਬਾਰ ਹਰ ਵਾਰ ਦੇਖੀ ਹੋਣੀ ਜਦੋਂ ਤੁਸੀਂ ਆਈਸੀ ਪੜਿਆ ਹੈ ਜੋ ਤੁਸੀਂ ਮਾਈਕਰੋ ਪ੍ਰੋਸੈਸਰ ਪੜਿਆ ਹੈ ਤਾਂ ਉਰੇ ਜ ਤੁਸੀਂ ਕੀ ਪੜਿਆ ਹੋਣਾ ਕਿ ਜਿਹੜਾ ਵੀ ਆਪਣੇ ਕੋਲ ਮਾਈਕਰੋ ਪ੍ਰੋਸੈਸਰ ਹੈ ਜਾਂ ਆਈਸੀ ਆ ਉਹ ਆਪਣੇ ਕੋਲ ਕੀ ਹੈ ਫੈਬ੍ਰिकेट ਕੀਤਾ ਹੋਇਆ ਤਾਂ ਆਪਣੇ ਕੋਲ ਕੀ ਆ ਜੂਗਾ ਟਾਈਨੀ ਸਿਲੀਕੋਨ ਚਿਪਸ ਜਿਨ੍ਹਾਂ ਨੂੰ ਫੈਬ੍ਰिकेट ਕੀਤਾ ਹੋਇਆ ਉਹ ਆਪਣੇ ਕੋਲ ਕੀ ਆਉਂਦੇ ਆ ਆਈਸੀ ਦੇ ਵਿੱਚ ਆ ਜਾਂਦੀਆਂ ਨੇ select the name of generation in which the nepal conduct the computer uh, conduct the computer for census in 2028 bc okay un agar aap gal kariye unhone puchya nepal ne census nu matlab census da data ya census karan layi ik computer use kita gaya si oh jehda computer use kita si unhone oh kehdi generation da computer si ga ah shayad ho gaye ya hone theek hai ਮਤਲਬ ਮੈਂ ਸਪੀਡ ਹੋਰ ਖਿੱਚਾਂ ਤੂੰ ਐਦਾ ਕਹਿਣਾ ਚਾ ਰਿਹਾ ਠੀਕ ਹੈ ਹੈਰੀ ਵੈਸੇ ਇੱਕ ਹਸਾਬ ਲਾਇਆ ਤੇਰਾ ਸਾਲ ਕੈਸਾ ਬੜਾ ਖਤਰਨਾਕ ਜਾ ਹੈ ਸਕਿਪ ਓਕੇ ਅਗਰ ਆਪਾਂ ਗੱਲ ਕਰੀਏ ਤਾਂ ਸੈਕਿੰਡ ਜਨਰੇਸ਼ਨ ਦੇ ਜਿਹੜੇ ਕੰਪਿਊਟਰ ਆ ਯੂਜ਼ ਕੀਤੇ ਗਿਆ ਸੀ ਨੇਪਾਲ ਦੇ ਦੁਆਰਾ ਜਿਹੜਾ ਵੀ ਕੰਪਿਊਟਰ ਨੇ ਯੂਜ਼ ਕੀਤਾ ਸੀ ਜਿਹਨੂੰ ਉਸ ਟਾਈਮ ਤੇ ਕੀ ਕੀਤਾ ਗਿਆ ਸੀਗਾ ਆ ਆ ਆਈਬੀਐਮ 1401 ਆਈਬੀਐਮ 1401 ਇਹ ਕੰਪਿਊਟਰ ਜਿਹੜਾ ਇਹਨਾਂ ਨੇ ਮਤਲਬ ਨੇਪਾਲ ਨੇ ਯੂਜ਼ ਕੀਤਾ ਸੀ ਸੈਂਸਸ ਦਾ ਡਾਟਾ ਕਲੈਕਟ ਕਰਨ ਲਈ 2028 ਦੇ ਸੈਂਸਸ ਦਾ 10 ਸਾਲ ਬਾਅਦ ਦੇ ਸੈਂਸਸ ਕਾਰਡ 2018 ਦੇ ਵਿੱਚ ਵੀ ਇਹਨਾਂ ਨੇ ਕੋਈ ਕੰਪਿਊਟਰ ਯੂਜ਼ ਕੀਤਾ ਸੀ ਉਹ ਵੀ ਸੈਕਿੰਡ ਜਨਰੇਸ਼ਨ ਸੀਗਾ ਠੀਕ ਹੈ 2034 ਦੇ ਵਿੱਚ ਇਹਨਾਂ ਨੇ ਆਪਣਾ ਇੱਕ ਮਤਲਬ ਉੱਥੇ ਸੈਂਟਰ ਬਣਾ ਚੁੱਕਿਆ ਹੈ ਨੇਪਾਲ ਦੇ ਵਿੱਚ ਹੀ ਹੁਣ 2038 ਦੇ ਵਿੱਚ ਵੀ ਇਹ ਅਗੇਨ ਸੈਂਸਸ ਦਾ ਡਾਟਾ ਕਲੈਕਟ ਕਰਨਗੇ ਹਾਂਜੀ ਪੈਸਕਲਾਈਨ ਦੀ ਗੱਲ ਕਰੀਏ ਠੀਕ ਹੈ ਪੈਸਕਲਾਈਨ ਜੋ ਆਪਣੇ ਕੋਲ ਕਿਹਾ ਜਾਂਦਾ ਇੱਕ ਪਾਸਕਲ ਕੰਪਿਊਟਰ ਆ ਜਾਂਦਾ ਜੋ ਬਣਾਇਆ ਗਿਆ ਸੀਗਾ ਜਾਂ ਕੈਲਕੂਲੇਟਰ ਦੀ ਗੱਲ ਕਰੋ ਠੀਕ ਹੈ ਕਦੋਂ ਬਣਾਇਆ ਗਿਆ ਸੀ ਬਿਲਕੁਲ ਜੀ ਬਿਲਕੁਲ ਸਹੀ ਤਾਂ ਆਪਣੇ ਕੋਲ ਕਿਹਾ ਜੂਗਾ 1942 ਦੇ ਵਿੱਚ ਇਹ ਬਣਾਇਆ ਗਿਆ ਸੀ ਕਿ ਦੀ ਗੱਲ ਕਰ ਰਿਹਾ ਮੈਂ ਬੇਸਿਕ ਪਾਸਕਲ ਦੀ ਗੱਲ ਕਰ ਰਿਹਾ ਕਿ ਦੀ ਗੱਲ ਕਰ ਰਿਹਾ ਜਿਨਾਂ ਦੇ ਦੁਆਰਾ ਬਣਾਇਆ ਗਿਆ ਸੀ ਪਰਸਨ ਦਾ ਨਾਮ ਹਾਂਜੀ ਪਰਸਨ ਦਾ ਨਾਮ ਲਿਖੋ ਫਟਾਫਟ ਜਿਨਾਂ ਦੇ ਦੁਆਰਾ ਬਣਾਇਆ ਗਿਆ ਸੀ ਬਲੇਸੀ ਪਾਸਕਲ ਬਿਲਕੁਲ ਜੀ ਬਿਲਕੁਲ ਬੀ ਐਲ اے ਆਈ ਐਸ ਈ ਪੀ ਐਸ ਸੀ ਐਲ ਪਾਸਕਲ ਤੈਥੋਂ ਚੱਕ ਲਓਗੇ ਤੁਸੀਂ ਨੈਕਸਟ ਵਾਂਸ ਦੀ ਯੂਜ਼ਰ ਲੋਡ ਦੀ ਲੋਡਸ ਦੀ ਅਸੈਪਟੇਬਲ ਪ੍ਰੋਗਰਾਮ ਐਂਡ ਪ੍ਰੋਵਾਈਡਸ ਨੀਡ ਡਾਟਾ ਦੀ ਕੰਪਿਊਟਰ ਡਸ ਨੋਟ ਨੀਡ ਹਿਊਮਨ ਇੰਟਰਫੇਰੈਂਸ ਥਿਸ ਫੀਚਰ ਇਜ਼ ਨੋਨ ਐਸ ਕਹਿੰਦਾ ਜਦੋਂ ਤੁਸੀਂ ਕੰਪਿਊਟਰ ਨੂੰ ਕੋਈ ਡਾਟਾ ਦਿੱਤਾ ਉਸ ਤੋਂ ਬਾਅਦ ਕੰਪਿਊਟਰ ਕਹਿੰਦਾ ਮੈਨੂੰ ਥੋੜੀ ਲੋਡ ਨਹੀਂ ਆ ਮੈਂ ਆਪੇ ਦੇਖ ਲੂੰਗਾ ਜੋ ਦੇਖਣਾ ਤਾਂ ਉਸ ਚੀਜ਼ ਨੂੰ ਮ ਕੀ ਕਿਹਾ ਜਾਂਦਾ 1642 1642 1942 ਨਹੀਂ 1642 ਸੀ ਪਿੱਛੇ ਕੀ ਲਿਖਿਆ ਹੈ 1642 ਹੈ ਮੈਂ 1942 ਬੋਲਤਾ ਗਲਤੀ ਨਾਲ ਹੋ ਸਕਦਾ ਹੈ ਅਗਰ ਮੈਨੂੰ ਧਿਆਨ ਨਹੀਂ ਹੈ ਮੈਨੂੰ ਬਿਲਕੁਲ ਵੀ ਧਿਆਨ ਨਹੀਂ ਬਿਲਕੁਲ ਬਿਲ ਜੋ ਉਹਨੂੰ ਕੀ ਕਿਹਾ ਜਾਂਦਾ ਆਟੋਮੈਟਿਕ ਕਿਹਾ ਜਾਂਦਾ ਜਦੋਂ ਕੰਪਿਊਟਰ ਕਹਿੰਦਾ ਮੈਂ ਆਪੇ ਸਾਰਾ ਕੁਝ ਦੇਖ ਲਊਗਾ ਦੀ ਪਰਪਸ ਔਰ ਰਨ ਕਮਾਂਡ ਇਨ ਸਟਾਰਟ ਮੈਨੂ ਜਿਹੜੀ ਸਟਾਰਟ ਮੈਨੂ ਦੇ ਵਿੱਚ ਜਿਹੜੀ ਰਨ ਕਮਾਂਡ ਹੁੰਦੀ ਆ ਜਾਂ ਵਿੰਡੋ ਆਰ ਕਰਕੇ ਜਿਹੜੀ ਤੁਸੀਂ ਯੂਜ਼ ਕਰਦੇ ਹੋ ਉਹ ਕਦੇ ਲਈ ਯੂਜ਼ ਕੀਤੀ ਜਾਂਦੀ ਹੈ ਉਹ ਯੂਜ਼ ਕੀਤੀ ਜਾਂਦੀ ਹੈ ਤੁਸੀਂ ਕੋਈ ਵੀ ਪ੍ਰੋਗਰਾਮ ਹੈ ਜਿਹੜਾ ਉਹ ਰਨ ਕਰ ਸਕਦੇ ਹੋ ਉਹਦੇ ਥਰੂ ਮਤਲਬ ਕੋਈ ਪ੍ਰੋਗਰਾਮ ਰਨ ਕਰ ਸਕਦੇ ਹੋ ਕਹਿੰਦਾ ਮਤਲਬ ਪ੍ਰੋਗਰਾਮ ਸਟਾਰਟ ਕਰ ਸਕਦੇ ਹੋ ਠੀਕ ਹੈ ਇੱਕ ਵਰਡ ਦੇ ਰਿਲੇਟਡ ਐਮ ਐਸ ਵਰਡ ਦੇ ਰਿਲੇਟਡ ਕੁਸ਼ਣ ਪਾ ਸਕਦਾ ਹੈ ਐਮ ਐਸ ਵਰਡ ਨੂੰ ਤੁਸੀਂ ਰਨ ਕਮਾਂਡ ਦੇ ਥਰੂ ਕਿਵੇਂ ਰਨ ਕਰ ਸਕਦੇ ਹੋ ਤਾਂ ਆਪਣੇ ਕੋਲ ਕੀ ਆ ਜਾਊਗਾ ਆਪਣੇ ਕੋਲ ਕੀ ਆ ਜਾਊਗਾ ਵਿਨ word.exe ਅਗਰ ਤੁਸੀਂ ਇਹ ਲਿਖੋਗੇ ਕਿ ਦੇ ਵਿੱਚ ਵਿੰਡੋ ਆਰ ਦੇ ਵਿੱਚ ਜਾ ਕੇ ਵਿੰਡੋ ਪਲੱਸ ਆਰ ਜਾਂ ਰਨ ਕਮਾਂਡ ਦੇ ਵਿੱਚ ਜਾ ਕੇ ਇਹ ਲਿਖੋਗੇ ਤਾਂ ਤੁਹਾਡਾ ਐਮਐਸ ਵਰਡ ਹੈ ਜਿਹੜਾ ਉਹ ਓਪਨ ਹੋ ਜਾਊਗਾ ਬਿਲਕੁਲ ਜੀ ਬਿਲਕੁਲ ASCII and EBCDIC are the popular character coding system what does EBCDIC stand for ਠੀਕ ਹੈ ਕੀ ਮਤਲਬ ਹੈ ਉਹ ਦੇਖੋ ਅਗਰ ਤੁਹਾਨੂੰ ਇਹ ਤਿੰਨ ਦਾ ਮੀਨਿੰਗ ਪਤਾ ਹੈ ਬੀ ਸੀ ਡੀ ਦਾ ਅਗਰ ਬੀ ਸੀ ਡੀ ਦਾ ਤੁਹਾਨੂੰ ਮੀਨਿੰਗ ਪਤਾ ਤਾਂ ਮਤਲਬ ਤੁਸੀਂ ਮੈਕਸਿਮਮ ਆਨਸਰ ਕਰ ਸਕਦੇ ਹੋ ਤਾਂ ਅਗਰ ਦੇਖਿਆ ਜਾਵੇ ਕਿਉਂਕਿ ਬੀ ਸੀ ਡੀ ਦੋ ਦੇ ਇੱਕ ਦੇ ਵਿੱਚ ਮਤਲਬ ਇੱਕੋ ਹੀ ਆਪਣੇ ਕੋਲ ਆਪਸ਼ਨ ਆ ਰਹੀ ਹੈ ਠੀਕ ਹੈ ਬਿਲਕੁਲ ਜੀ ਬਿਲਕੁਲ ASCII ਦੀ ਉਹਦੀ ਵੀ ਗੱਲ ਕਰਾਂਗੇ ਜੋ ਤੁਸੀਂ ਆਡੀਅੰਸ ਦੇ ਤਾਂ ਬਾਕੀ ਸਾਰੇ ਨੇ ਅਨਸਰ ਕਰ ਦਿੱਤਾ ਤਾਂ ਆਪਣੇ ਕੋਲ ਰਾਈਟ ਅਨਸਰ ਕੀ ਹੈ অপਸ਼ਨ A ਅਗਰ ਮੈਂ B C D ਦੀ ਗੱਲ ਕਰਾਂ ਤਾਂ ਬਾਈਨਰੀ ਕੋਡਡ ਡੈਸੀਮਲ ਬਾਈਨਰੀ ਕੋਡਡ ਡੈਸੀਮਲ ਤਾਂ ਬਾਈਨਰੀ ਕੋਡਡ ਡੈਸੀਮਲ ਦਾ ਐਡਵਾਂਸ ਵਰਜਨ ਆਇਆ ਸੀ ਉਸ ਤੋਂ ਬਾਅਦ ਆਪਣੇ ਕੋਲ ਈ ਲੱਗ ਗਿਆ ਮਤਲਬ ਐਕਸਟੈਂਡਡ ਉਸ ਤੋਂ ਬਾਅਦ ਲਾਸਟ ਦੇ ਵਿੱਚ ਜਿਹੜਾ ਆਈਸੀ ਆਇਆ ਉਹ ਆਪਣੇ ਕੋਲ ਕੀ ਹੈ ਇੰਟਰਚੇਂਜੇਬਲ ਕੋਡ ਜਾਂ ਇੰਟਰਚੇਂਜ ਕੋਡ ਠੀਕ ਹੈ ਉਹ ਆਪਣੇ ਕੋਲ ਕੀ ਆ ਗਿਆ ਇਹ ਆ ਗਿਆ ਹੁਣ ਏਐਸਸੀਆਈਆਈ ਦੀ ਗੱਲ ਕਰੀ ਤਾਂ ਮੇਰੇ ਕੋਲ ਕੀ ਆ ਜੂਗਾ ਅਮਰੀਕਨ ਸਟੈਂਡਰਡ ਕੋਡ ਫੋਰ ਦੀ ਇੰਟਰਚੇਂਜ ਐਂਡ ਠੀਕ ਹੈ ਆਪਣੇ ਕੋਲ ਸੌਰੀ ਇਨਫੋਰਮੇਸ਼ਨ ਇੰਟਰਚੇਂਜ ਠੀਕ ਹੈ ਉਹ ਆਪਣੇ ਕੋਲ ਆ ਗਿਆ। ਅਗਰ ਮੈਂ ASCII ਦੀ ਗੱਲ ਕਰਾਂ ਤਾਂ ਇਹ ਆਪਣੇ ਕੋਲ ਕਿਦੋਂ ਆਇਆ ਸੀ? ਇਹ ਆਪਣੇ ਕੋਲ 1963 ਦੇ ਵਿੱਚ ਆਇਆ ਸੀ। ਕੋਲ 1963 ਇਹਦੀ ਦੋ ਪਾਰਟ ਨੇ ਜਿਹਦੇ ਵਿੱਚ 7 ਬਿਟ ਤੇ 8 ਬਿਟ ਯੂਜ਼ ਕੀਤੇ ਜਾਂਦੇ ਆ। ASCII 7, ASCII 8 ਦੋ ਅਲੱਗ-ਅਲੱਗ ਟਾਈਪਸ ਆ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਨੇ। What what were the primary programming language used in second generation computer? Second generation computer ਦੇ ਵਿੱਚ ਜਿਹੜੀ ਪ੍ਰਾਇਮਰੀ ਕੋਡਿੰਗ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ ਉਹ ਕਿਹੜੀ ਸੀ? ਬਿਲਕੁਲ ਜੀ ਬਿਲਕੁਲ ਗੁਰਪ੍ਰੀਤ ਕੀ ਹੋ ਗਿਆ ਕਬੋਲ ਤੇ 410 ਤੀਜੀ ਜਨਰੇਸ਼ਨ ਦੇ ਵਿੱਚ ਆਈ ਸੀ ਰਾਈਟ ਆਨਸਰ ਇਸ অপਸ਼ਨ ਏ ਠੀਕ ਹੈ ਸੈਕਿੰਡ ਜਨਰੇਸ਼ਨ ਦੇ ਵਿੱਚ ਅਸੈਂਬਲੀ ਲੈਂਗੁਏਜ ਯੂਜ਼ ਕੀਤੀ ਜਾਂਦੀ ਸੀ ਔਰ ਇਹ ਨਾਲ ਨਾਲ ਮਸ਼ੀਨ ਲੈਂਗੁਏਜ ਵੀ ਯੂਜ਼ ਕੀਤੀ ਜਾਂਦੀ ਸੀ ਓਕੇ ਹਾਂ which is the first electronic digital computer ਹਾਂਜੀ ਸਭ ਤੋਂ ਪਹਿਲਾ ਇਲੈਕਟ੍ਰੋਨਿਕ ਡਿਜੀਟਲ ਕੰਪਿਊਟਰ ਆਪਾਂ ਪਿੱਛੇ ਵੀ ਇਹਦੇ ਬਾਰੇ ਪੜ ਚੁੱਕੇ ਹਾਂ ਆਪਾਂ ਪਿੱਛੇ ਵੀ ਇਹਦੇ ਬਾਰੇ ਪੜ ਚੁੱਕੇ ਆ ਇਹਨੂੰ ਕਵਰ ਕਰ ਚੁੱਕੇ ਆ ਬਿਲਕੁਲ 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 ਜੀਰੇ ਸਭ ਤੋਂ ਪਹਿਲੀ ਵਾਰੀ ਆਪਾਂ ਕੀ ਦੇਖਿਆ ਸੀ 18000 ਵੈਕਿਊਮ ਟਿਊਬਸ ਯੂਜ਼ ਹੋਈਆਂ ਸੀ 7 ਲੱਖ ਤੋਂ ਜ਼ਿਆਦਾ ਆਪਣੇ ਕੋਲ ਕੰਪੋਨੈਂਟਸ ਯੂਜ਼ ਹੋਏ ਸੀਗੇ ਉਹਨੂੰ ਕੀ ਕਿਹਾ ਜਾਂਦਾ ਸੀ ਐਨਆਕ ਕਦੋਂ ਆਈ ਸੀ 1942 ਦੇ ਵਿੱਚ ਆ ਚੁੱਕਿਆ ਸੀ ਐਨਆਕ ਦੀ ਬਿਲਕੁਲ ਜੀ ਬਿਲਕੁਲ ਬਿਲਕੁਲ ਸਹੀ ਬਿਲਕੁਲ ਸਹੀ ਬਿਲਕੁਲ ਸਹੀ ਠੀਕ ਹੈ ਅ ਅਜਿਤ ਕਿਉਂਕਿ ਉਹ ਇਲੈਕਟ੍ਰੋਨਿਕ ਦੀ ਗੱਲ ਕਰੀਏ ਤਾਂ ਇਲੈਕਟ੍ਰੋਨਿਕ ਇਸ ਤੋਂ ਪਹਿਲਾਂ ਆਪਣੇ ਕੋਲ ਜਿਹੜੇ ਸੀਗੇ ਤਾਂ ਆਪਣੇ ਕੋਲ ਕੀ ਸੀਗੇ ਟਰਿੰਗ ਮਸ਼ੀਨ ਇਸ ਤੋਂ ਪਹਿਲਾਂ ਆਪਣੇ ਕੋਲ ਕਿਹੜੀ ਸੀ ਟਰਿੰਗ ਮਸ਼ੀਨ ਸੀ ਜੋ ਕਿਹਦੇ ਦੁਆਰਾ ਬਣਾਈ ਗਈ ਸੀ ਐਲਨ ਟਰਿੰਗ ਦੁਆਰਾ ਬਣਾਈ ਗਈ ਸੀ ਜਿਨ੍ਹਾਂ ਨੂੰ ਫਾਦਰ ਆਫ ਮਾਡਰਨ ਕੰਪਿਊਟਿੰਗ ਵੀ ਕਿਹਾ ਗਿਆ ਜਾਂ ਫਾਦਰ ਆਫ ਮਾਡਰਨ ਕੰਪਿਊਟਰ ਵੀ ਕਿਹਾ ਗਿਆ ਐਲਨ ਟਰਿੰਗ ਦੀ ਗੱਲ ਕਰ ਰਹੇ ਹਾਂ ਐਲਨ ਟਰਿੰਗ ਜਿਹਦੇ ਦੁਆਰਾ ਟਰਿੰਗ ਮਸ਼ੀਨ ਬਣਾਈ ਗਈ ਸੀ ਉਹ ਜਿਹੜੀ ਟਰਿੰਗ ਮਸ਼ੀਨ ਸੀ ਇਹਦੇ ਵਿੱਚ ਗੀਅਰ ਯੂਜ਼ ਹੁੰਦੇ ਸੀ ਤਾਂ ਗੀਅਰ ਨੂੰ ਖਤਮ ਕਰਕੇ ਪਹਿਲੇ ਇਲੈਕਟ੍ਰਿਕ ਡਿਵਾਈਸ ਕਿ ਯੂਜ਼ ਕਰਨਾ ਸ਼ੁਰੂ ਕਰਤਾ ਸੀ ਰਿਲੇ ਸਵਿਚ ਯੂਜ਼ ਕਰਨੀ ਸ਼ੁਰੂ ਕਰ ਦਿੱਤੀ ਗਈ ਸੀ ਇਨਸਟੈਡ ਆਫ ਗੀਅਰ ਮਤਲਬ ਪ੍ਰੋਪਰ ਪ੍ਰੋਪਰ ਇਲੈਕਟ ਇਨ ਵਿਚ ਆਫ ਦੀ ਫਾਲੋਇੰਗ ਨੰਬਰ ਸਿਸਟਮ ਵਾਸ ਯੂਜ਼ਡ ਬਾਈ ਐਨੀਐਕ ਐਨੀਐਕ ਦੇ ਦੁਆਰਾ ਕਿਹੜਾ ਨੰਬਰ ਸਿਸਟਮ ਯੂਜ਼ ਕੀਤਾ ਜਾਂਦਾ ਸੀ ਬਿਲਕੁਲ 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 ਤਾਂ ਆਪਣੇ ਕੋਲ ਕੀ ਆ ਜੂਗਾ ਡੈਸੀਮਲ ਨੰਬਰ ਸਿਸਟਮ ਸਿਸਟਮ ਯੂਜ਼ ਕਿਤੇ ਜਾਂਦਾ ਸੀ ਡੈਸੀਮਲ ਨੰਬਰ ਸਿਸਟਮ ਮਤਲਬ ਜਿਹੜਾ ਬੇਸ ਕੀ ਹੈ 10 ਹੈ ਬੇਸ 10 ਦਾ ਮਤਲਬ ਕੀ ਹੈ ਇਹਦੇ ਵਿੱਚ 0 ਤੋਂ 9 ਆਪਣੇ ਕੋਲ ਜਿਹੜੀਆਂ ਡਿਜੀਟਸ ਯੂਜ਼ ਹੁੰਦੀਆਂ ਨੇ ਹੂ ਇਜ਼ ਦੀ ਫਾਦਰ ਆਫ ਇੰਟਰਨੈਟ ਹਾਂਜੀ ਫਾਦਰ ਆਫ ਇੰਟਰਨੈਟ ਕੀ ਹੈ ਫਾਦਰ ਆਫ ਇੰਟਰਨੈਟ ਦੋ ਬੰਦੇ ਨੇ ਮਿਲ ਕੇ ਬਣਾਇਆ ਸੀ ਲੇਕਿਨ ਇੱਕ ਬੰਦੇ ਦਾ ਨਾਮ ਜਿਹੜਾ ਸਭ ਤੋਂ ਜ਼ਿਆਦਾ ਚੱਲਦਾ ਹੈ ਉਹ ਨਾਮ ਤੁਸੀਂ ਉਹਦੇ ਦੱਸ ਦੋਗੇ ਲੇਕਿਨ ਦੂਜੇ ਨਾਮ ਦੀ ਗੱਲ ਕਰਾਂ ਤਾਂ ਦੂਜਾ ਨਾਮ ਆਪਣੇ ਕੋਲ ਕੀ ਹੈ ਅੱਛਾ ਜੀ ਨikhil ਕਨਵਰਜੈਂਟ ਇੱਕ ਕਲਾਸ ਦੇ ਵਿੱਚ ਸਾਰਾ ਇੱਕ ਕਨਵਰਜੈਂਟ ਨਹੀਂ ਹੋਣੀ ਉਹ ਕਿਉਂਕਿ ਡਿਸਟ੍ਰਿਕਟਾਂ ਤੁਸੀਂ ਚੱਲਣਾ ਹੈ ਵਿਨਸੈਟ ਵਿਨਸਰਵ ਦੀ ਗੱਲ ਕਰਾਂ ਤਾਂ ਆਪਣੇ ਕੋਲ ਕੀ ਆ ਜਾਂਦਾ ਫਾਦਰ ਆਫ ਉਹਨਾਂ ਨੂੰ ਇੰਟਰਨੈਟ ਕਿਹਾ ਜਾਂਦਾ ਤਾਂ ਇਹਨਾਂ ਨਾਲ ਇੱਕ ਹੋਰ ਪਰਸਨ ਸੀਗੇ ਜਿਹੜੇ ਸੀਗੇ ਆਪਣੇ ਕੋਲ ਰੋਬਰਟ ਕਾਨ ਰੋਬਰਟ ਕੇ ਐਚ ਐਨ ਠੀਕ ਹੈ ਖਾਨ ਤਾਂ ਇਹ ਆਪਣੇ ਕੋਲ ਦੋ ਪਰਸਨ ਸੀ ਜਿਨ੍ਹਾਂ ਦੇ ਦੁਆਰਾ ਮਿਲ ਕੇ ਬਣਾਇਆ ਗਿਆ ਸੀ ਅੱਛਾ ਇੰਟਰਨੈਟ ਦਾ ਬੇਸ ਕੀ ਹੈ ਇੰਟਰਨੈਟ ਕਿਹਦੇ ਉੱਤੇ ਬਣਿਆ ਹੋਇਆ ਕਿਹਦੇ ਉੱਤੇ ਟਿਕਿਆ ਹੋਇਆ ਹੈ ਇੰਟਰਨੈਟ ਬਿਲਕੁਲ ਸਹੀ ਰਿਆਸਤ ਸਰ ਨikhil ਰਜਿੰਦਰ ਹੈ ਨਹੀਂ ਇਹ ਨikhil ਨਿਕ ਅਲੱਗ ਹੈ ਠੀਕ ਹੈ ਅਪਾਰ ਨੈਟ ਅਪਾਰ ਨੈਟ ਕਦੋਂ ਆਇਆ ਸੀਗਾ 1973 ਦੇ ਵਿੱਚ ਹਨਾ 1973 ਦੇ ਵਿੱਚ ਆਇਆ ਸੀ ਅਪਾਰ ਨੈਟ ਉਨਸਕਾਰ ਦੇ ਵਿੱਚ ਉੱਥੇ ਕੁਝ ਕੰਮ ਹੋਇਆ ਸੀ ਹਾਂ ਠੀਕ ਹੈ ਇੱਕ ਹੀ ਵੈਰਾਈਟੀ ਹਾਂ ਤੁਸੀਂ ਕਹਿ ਸਕਦੇ ਹੋ ओके इंटरनेट किदे ਉਤੇ ਬੇਸ ਹੈ इंटरनेट ਕਿਦੇ ਉਤੇ ਅਧਾਰਿਤ ਹੈ ਤਾਂ ਆਪਣੇ ਕੋਲ ਕੀ ਆ ਜੂਗਾ TCP/IP ਜਿਹਦੇ ਉਤੇ ਸਾਰੇ ਦਾ ਸਾਰਾ ਇੰਟਰਨੈਟ ਟਿਕਿਆ ਹੋਇਆ ਹੈ ਠੀਕ ਹੈ TCP/IP ਆਪਣੇ ਕੋਲ ਕੀ ਆ ਜੂਗਾ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ/ਇੰਟਰਨੈਟ ਪ੍ਰੋਟੋਕੋਲ ਠੀਕ ਹੈ ਜਿਹਦੇ ਉਤੇ ਸਾਰੇ ਦਾ ਸਾਰਾ ਟਿਕਿਆ ਹੋਇਆ ਇਹਦੀ ਸਭ ਤੋਂ ਪਹਿਲੀ ਵਾਰੀ ਜਦੋਂ ਇਹਨੂੰ ਕੀਤਾ ਗਿਆ ਸੀ ਟੈਸਟ ਕੀਤਾ ਗਿਆ ਸੀ ਤਾਂ ਚਾਰ ਮਤਲਬ ਕੰਪਿਊਟਰ ਸੀ ਜਿਨ੍ਹਾਂ ਨੂੰ ਲਿੰਕ ਕੀਤਾ ਗਿਆ ਸੀ ਆਪਸ ਦੇ ਵਿੱਚ ਨੈਟਵਰਕਿੰਗ ਦੇ ਪੁਆਇੰਟ ਆਫ 뷰 ਨਾਲ ਸਰ ਰਜਿੰਦਰ ਚਾਹ ਜੋ ਵੀ ਆਇਆ ਛੱਡੋ ਆਪਾਂ ਨੂੰ ਮੈਂ ਅੰਨੀ ਟੈਨਸ਼ਨ ਲੈਣੀ ਛੱਡ ਦਿੱਤੀ ਹੈ ਠੀਕ ਹੈ ਓਕੇ हां जी व्हिच ऑपरेटिंग सिस्टम यूज्ड इन द थर्ड जनरेशन हां जी तीसरी जनरेशन कंप्यूटर ਦੇ ਵਿੱਚ ਕਿਹੜਾ অপারেটিং সিস্টেম ਯੂਜ਼ ਕੀਤਾ ਗਿਆ ਸੀ ਠੀਕ ਹੈ ਜਿਹੜਾ ਆਪਾਂ ਪਿੱਛੇ ਕੁਐਸਚਨ ਪੁੱਛਿਆ ਸੀ ਗਿਆ ਸੀ ਨਾ ਵੀ অপারেটিং সিস্টেম ਕਿਹੜੀ ਜਨਰੇਸ਼ਨ ਦੇ ਵਿੱਚ ਆਣੇ ਸ਼ੁਰੂ ਹੋਗੇ ਸੀ ਤਾਂ ਦੇਖੋ ਹੁਣ ਕੁਐਸਚਨ ਦੇਖੋ অপারেটিং সিস্টেম 3ਜੀ ਜਨਰੇਸ਼ਨ ਦੇ ਵਿੱਚ ਜਿਹੜੇ ਆਣੇ ਸ਼ੁਰੂ ਹੋ ਗਏ ਸੀ ਉਹ ਕਿਹੜੇ অপারেটিং সিস্টেম ਸੀਗਾ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਆ ਜਾਊਗਾ ਆਪਸ਼ਨ ਸੀ ਠੀਕ ਹੈ ओएस स्लैश 360 ਸੈਟ অপারেটিং সিস্টেম स्लैश 360 ਹੁਣ ਇਹਦਾ ਤੀਜੀ ਜਨਰੇਸ਼ਨ ਦੀ ਹੈ ਅਗਰ ਮੈਂ ਪਹਿਲੀ ਜਨਰੇਸ਼ਨ ਦੀ ਗੱਲ ਕਰਾਂ ਕਿ ਪਹਿਲੀ ਜਨਰੇਸ਼ਨ ਦੇ ਵਿੱਚ ਜਿਹੜੇ অপারেটিং ਸਿਸਟਮ ਕਿਹੜੇ ਸੀ ਹੁਣ ਪਹਿਲੀ ਜਨਰੇਸ਼ਨ ਦੇ ਵਿੱਚ ਮੇਰੇ ਕੋਲ ਕੀ ਆ ਜੂਗਾ 1950 1950 ਤੇ 1956 ਇਹ ਮੇਰੇ ਕੋਲ 2 ਸਾਲ ਆ ਜਾਂਦੇ ਜਿਹਦੇ ਵਿੱਚ ਮੈਕਸਿਮਮ ਕਨਫਿਊਜ਼ਨ ਹੁੰਦੀ ਹੈ ਕਿ ਸਭ ਤੋਂ ਪਹਿਲਾ ኦਪਰੇਟਿੰਗ ਸਿਸਟਮ ਕਿਹੜਾ ਸੀ ਮੈਕਸਿਮਮ ਬੱਚੇ ਜਿਹੜਾ ਆਨਸਰ ਕਰਦੇ ਆ 1956 ਦੀ ਗੱਲ ਕਰਿਆ ਜਿਹਦੇ ਵਿੱਚ ਮੇਰੇ ਕੋਲ ਕਹਿੰਦਾ ਜੀ ਐਮ ਐਮ ਐਨ ਏ ਏ ਇਨਪੁਟ ਆਉਟਪੁਟ ਠੀਕ ਹੈ ਇਹ ਅਨਸਰ ਕਰਦੇ ਆ ਵੀ ਸਭ ਤੋਂ ਪਹਿਲਾ ኦਪਰੇਟਿੰਗ ਸਿਸਟਮ ਸੀ ਨਹੀਂ 1950 ਦੇ ਵਿੱਚ ਵੀ ਸਭ ਤੋਂ ਪਹਿਲਾ ኦਪਰੇਟਿੰਗ ਸਿਸਟਮ ਆਇਆ ਸੀ ਜਿਹਨਾਂ ਨਾਮ ਕਿ ਸੀ ਸਿੰਗਲ ਸਟ੍ਰੀਮ ਬੈਚ ਪ੍ਰੋਸੈਸਿੰਗ ਸਿਸਟਮ ਠੀਕ ਹੈ ਜਿਹੜਾ ਇਹ ਨਾਮ ਸੀ ਜਿਹੜਾ 1950 ਦੇ ਵਿੱਚ ਆਇਆ ਸੀ ਕਿਉਂਕਿ ਉਹ ਸਿਰਫ ਤੇ ਸਿਰਫ ਬੈਚ ਪ੍ਰੋਸੈਸ ਕਰਦਾ ਸੀ 1950 ਦੇ ਵਿੱਚ 1956 ਦੇ ਵਿੱਚ ਕਿਹੜਾ ਆਇਆ ਸੀ ਆਪਣੇ ਕੋਲ ਆਵਲਾ ਜੀ ਐਮ ਐਨ ਏ ਜਿਹੜਾ ਤੁਸੀਂ ਮੈਕਸਿਮਮ ਟਾਈਮ ਤੇ ਅਨਸਰ ਕਰਦੇ ਹੋ ਐਲਗੋਰਿਦਮ ਐਂਡ ਫਲੋ ਚਾਰਟ ਹੈਲਪਸ ਐਲਗੋਰਿਦਮ ਤੇ ਫਲੋ ਚਾਰਟ ਦੀ ਗੱਲ ਕਰੀਏ ਸਰ ਮੈਨੂੰ ਕਿਉਂ ਇੱਥੇ ਵੈਰਾਈਟੀਆਂ ਲੱਗਦੀਆਂ ਕਲਾਸ 'ਚ ਠੀਕ ਹੈ ਹੈਰੀ ਤੂੰ ਵੀ ਤਾਂ ਹੋ ਸਕਦਾ ਇੱਕ ਉਹਦੇ ਦਾ ਬਹੁਤ ਵੈਰਾਈਟੀਆਂ ਨੇ ਬਿਲਕੁਲ 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 ਰਾਈਟ ਆਨਸਰ ਦੀ ਗੱਲ ਕਰ ਤਾਂ ਆਪਣੇ ਕੋਲ ਕੀ ਹੈ ਸਿੰਪਲੀਫਾਈ ਕਰ ਦਿੰਦਾ ਪ੍ਰੋਗਰਾਮ ਨੂੰ ਤੇ ਕੰਪਲੀਟਲੀ ਤੇ ਆਪਾਂ ਕਲੀਅਰਲੀ ਸਮਝ ਸਕਦੇ ਹਾਂ ਜਿਹੜੀ ਵੀ ਆਪਰੇ ਕੋਲ ਪ੍ਰੋਗਰਾਮ ਹੈ ਵਿਦ ਦੀ ਹੈਲਪ ਆਫ ਫਲੋ ਚਾਰਟ ਠੀਕ ਹੈ ਐਲਗੋਰਿਦਮ ਬਾਕੀ ਨੂੰ ਸੋਲਵ ਕਰ ਦਿੰਦਾ ਓਕੇ ਨੈਕਸਟ कंपाइलर इसे ट्रांसलेटिंग प्रोग्राम देखो कंपायलर की आपकी सी ना कंपाइलर अपने को एक ट्रांसलेटिंग प्रोग्राम है ठीक है तो कंपाइलर ट्रांसलेटिंग प्रोग्राम की गल करिए तो अपने को सारियाँ अपने ऑप्शंस आ जाने जान ने ਬਿਲਕੁਲ 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 ਅਗਰ ਕੰਪਾਈਲਰ ਦੀ ਗੱਲ ਕਰੇ ਕੀ ਕਾਦਾ ਸਟਾਰਟਡ ਕਾਦਾ ਇਨਸਟਰਕਸ਼ਨ ਨੂੰ ਕਿਨੂੰ ਹਾਈ ਲੈਵਲ ਲੈਂਗੁਏਜ ਨੂੰ ਮਸ਼ੀਨ ਲੈਂਗੁਏਜ ਮਸ਼ੀਨ ਲੈਂਗੁਏਜ ਵਿੱਚ ਕਨਵਰਟ ਕਰਦਾ ਆਪਾਂ ਦੇਖਿਆ ਸੀ ਪਿੱਛੇ ਪੜਿਆ ਸੀ ਬਿਲਕੁਲ ਜੀ ਬਿਲਕੁਲ ਸਹੀ ਹੈ ਇੰਟਾਇਰ ਸੋਰਸ ਪ੍ਰੋਗਰਾਮ ਨੂੰ ਸਾਰੇ ਨੂੰ ਸਾਰੇ ਨੂੰ ਇੰਟਾਇਰ ਸੋਰਸ ਨੂੰ ਕਨਵਰਟ ਕਰ ਦਿੰਦਾ ਬਿਲਕੁਲ ਸਹੀ ਇਟ ਇਜ਼ ਨਾਟ ਇਨਵੋਲਡ ਇਨ ਪ੍ਰੋਗਰਾਮ ਐਗਜ਼ੀਕਿਊਸ਼ਨ ਨਹੀਂ ਪ੍ਰੋਗਰਾਮ ਐਗਜ਼ੀਕਿਊਟ ਨਹੀਂ ਕਰਦਾ ਉਹ ਫਰਦਰ ਆਪਣੇ ਕੋਲ ਕਿਰਾ ਪ੍ਰੋਸੈਸਰ ਦਾ ਹੀ ਕੰਮ ਹੈ ਤਾਂ ਆਪਾਂ ਇਹ ਸਿਰਫ ਸਿਰਫ ਕੀ ਕਰਦਾ ਕਨਵਰਟ ਕਰਦਾ ਠ ਬਾਈਟ ਕੰਸਿਸਟ ਆਫ ਬਾਈਟ ਕਿਨੂੰ ਮਿਲ ਕੇ ਬਣੀ ਹੁੰਦੀ ਹੈ ਠੀਕ ਹੈ ਅਗਰ ਮੈਂ ਸਭ ਤੋਂ ਛੋਟੀ ਯੂਨਿਟ ਦੀ ਗੱਲ ਕਰਾਂ ਤਾਂ ਆਪਣੇ ਕੋਲ ਕੀ ਆਿੰਦਾ ਬਿਟ ਆਇਂਦਾ ਬਿਟ ਤੋਂ ਬਾਅਦ ਆਪਣੇ ਕੋਲ ਕੀ ਆਿੰਦਾ ਨਿੱਬਲ ਆਿੰਦਾ ਨਿੱਬਲ ਤੋਂ ਬਾਅਦ ਆਪਣੇ ਕੋਲ ਕੀ ਆਿੰਦਾ ਬਾਈਟ ਆ ਜਾਂਦੀ ਹੈ ਹੁਣ ਬਾਈਟ ਦੀ ਗੱਲ ਕਰੀਏ ਤਾਂ ਬਾਈਟ ਆਪਣੇ ਕੋਲ ਕੀ ਆਿੰਦਾ ਟੋਟਲ ਆਫ ਟੋਟਲ 8 ਬਿਟ ਦੀ ਬਣੀ ਹੁੰਦੀ ਹੈ ਅਗਰ ਮੈਂ ਬਿਟ ਦੀ ਗੱਲ ਕਰਾਂ ਬਿਟ ਦੇ ਵਿੱਚ ਮੇਰੇ ਕੋਲ 0 ਤੇ 1 ਆਿੰਦਾ ਜੋ ਮੇਰੇ ਕੋਲ ਬਾਈਨਰੀ ਫਾਰਮ ਦੇ ਵਿੱਚ ਆਿੰਦਾ ਹੈ ਅਗਰ ਮੈਂ 4 ਬਿਟ ਦੀ ਗੱਲ ਕਰਾਂ 4 ਬਿਟ ਮੇਰੇ ਕੋਲ ਕੀ ਆਿੰਦਾ ਨਿੱਬਲ ਆਿੰਦਾ ਹੈ ਠੀਕ ਹੈ ਉਸ ਤੋਂ कहा जाता है बिल्कुल 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 विच द फॉलोइंग स्टेटमेंट इज वैलिड हाँ जी देखो लेडी अगस्ता लिखे है या लेडी एडा लवलेस लिखे है मीनिंग सेम ही है मीनिंग सेम ही है अगस्ता लवलेस इज द फुल नेम ठीक है एडा मतलब थोड़ा मतलब ओनू कहा गया 올올올 파ੜਤ ਲੋ ਪਹਿਲਾਂ ਹੀ 올 ਕਰੀ ਜਾਨੇ ਉਹ ਵੀ ਪੁਰਾਣਾ ਕੁਐਸਚਨ ਤੁਹਾਨੂੰ ਯਾਦ ਸੀਗਾ ਉਹੀ ਰਿਪੀਟ ਹੋ ਗਿਆ ਤਾਂ 올 ਕਰ ਦੋ ਠੀਕ ਹੈ ਅਗਸਤਾਂ ਦੀ ਗੱਲ ਕਰੀਏ ਸਭ ਤੋਂ ਪਹਿਲੇ ਪ੍ਰੋਗਰਾਮ ਸੀਗੇ ਬਿਲਕੁਲ ਸਹੀ ਹੈ ਠੀਕ ਹੈ ਡਾਕਟਰ ਕਿ ਜਿਸੀ ਲਾਰਡ ਬਾਇਰਨ ਦੇ ਡਾਕਟਰ ਸੀਗੇ ਜੋ ਕਿ ਸੀਗਾ ਇੱਕ ਆਪਣੇ ਕੋਲ ਪੋਇਟ ਸੀਗੇ ਇੰਗਲਿਸ਼ ਪੋਇਟ ਸੀ ਮਤਲਬ ਉਹ ਯੂਐਸ ਦੇ ਯੂਕੇ ਦੇ ਸੀਗੇ ਅ ਪ੍ਰੋਗਰਾਮਿੰਗ ਲੈਂਗੁਏਜ ਡਵੈਲਪਡ ਬਾਈ ਯੂਐਸ ਠੀਕ ਹੈ ਹੁਣ ਐਡਾ ਦੀ ਗੱਲ ਕਰੀਏ ਐਡਾ ਆਪਣੇ ਕੋਲ ਕੀ ਹੈ ਇੱਕ ਪ੍ਰੋਗਰਾਮਿੰਗ ਲੈਂਗੁਏਜ ਹੈ ਜਿਹੜੀ ਯੂਐਸ ਡਿਫੈਂਸ ਦੇ ਦੁਆਰਾ ਬਣਾਈ ਗਈ ਸੀ ਉਸ ਪ੍ਰੋਗਰਾਮਿੰਗ ਲੈਂਗੁ ਜੋ ਕੀੜੇ ਤੇ ਮਤਲਬ ਅਗਰ ਆਪਾਂ ਦੇਖਿਆ ਜਾਵੇ ਕੀ ਕਹਿੰਦੇ ਉਹਨੂੰ ਕਿਸੇ ਨੂੰ ਕੀ ਕਰਦੇ ਆਪਾਂ ਵਰਡ ਨਹੀਂ ਯੂਜ਼ ਕਰਦੇ ਵੀ ਉਸ ਪਰਸਨ ਨੂੰ ਉਹ ਸਨਮਾਨਿਤ ਕਰਨ ਲਈ ਠੀਕ ਹੈ ਲੇਡੀ ਐਡਾ ਲਵਲੇਸ ਨੂੰ ਸਨਮਾਨਿਤ ਕਰਨ ਲਈ ਤਾਂ ਇੱਕ ਪ੍ਰੋਗਰਾਮੀ ਲੈਂਗੁਏਜ ਦਾ ਨਾਮ ਐਡਾ ਰੱਖਿਆ ਗਿਆ ਸੀ ਜੋ ਯੂਐਸ ਡਿਫੈਂਸ ਦੇ ਦੁਆਰਾ ਬਣਾਈ ਗਈ ਸੀ ਤਾਂ ਆਪਨੇ ਕੋ ਰਾਈਟ ਆਨਸਰ ਕੀ ਆ ਜਾਊਗਾ ਆਪਸ਼ਨ ਡੀ 올 ਆਫ दी ਅਬਵ ਟੂ ਕਾਈਂਡਸ ਆਫ ਮੇਨ ਮੈਮਰੀ ਹਾਂਜੀ ਮੇਨ ਮੈਮਰੀ ਦੋ ਟਾਈਪ ਦੀ ਹੁੰਦੀ ਹੈ ਠੀਕ ਹੈ तो मेन मैमरी के टाइप की होंगी तो अपने को आजा प्राइमरी से सकेंडरी दो टाइप की मैमरी होंगी अपने को डेडिकेट बिल्कुल जी बिल्कुल एनालिटिकल इंजन भी उन्हें प्रोग्राम बनाया ठीक है जी ਅਗਰ ਆਪਾਂ ਮੈਮਰੀ ਦੀ ਗੱਲ ਕਰੀਏ ਤਾਂ ਦੋ ਟਾਈਪ ਦੀ ਹੁੰਦੀ ਹੈ ਪ੍ਰਾਇਮਰੀ ਤੇ ਸੈਕੰਡਰੀ ਪ੍ਰਾਇਮਰੀ ਨੂੰ ਮੇਨ ਮੈਮਰੀ ਵੀ ਕਿਹਾ ਜਾਂਦਾ ਠੀਕ ਮੇਨ ਮੈਮਰੀ ਦੀ ਗੱਲ ਕਰੇ ਤਾਂ ਆਪਣੇ ਕੋਲ ਕਿਹਿੰਦੀ ਹੈ ਰੈਮ ਤੇ ਰੋਮ ਆ ਜਾਂਦੀ ਹੈ ਅਗਰ ਮੈਂ ਰੋਮ ਦੀ ਗੱਲ ਕਰਾਂ ਅਗਰ ਮੈਂ ਰੋਮ ਦੀ ਗੱਲ ਕਰਾਂ ਅਗਰ ਮੈਂ ਰੈਮ ਦੀ ਗੱਲ ਕਰਾਂ ਠੀਕ ਹੈ ਦੋਨਾਂ ਦੇ ਵਿੱਚ ਇੱਕ ਪਰਮਾਨੈਂਟ ਹੁੰਦੀ ਹੈ ਇੱਕ ਆਪਣੇ ਕੋਲ ਟੈਂਪਰੇਰੀ ਹੁੰਦੀ ਹੈ ਮਤਲਬ ਇੱਕ ਵੋਲਟਾਈਲ ਹੁੰਦੀ ਹੈ ਇੱਕ ਆਪਣੇ ਕੋਲ ਨੋਨ ਵੋਲਟਾਈਲ ਹੁੰਦੀ ਹੈ ਹਾਂਜੀ ਨੋਨ ਵੋਲਟਾਈਲ ਤੇ ਵੋਲਟਾਈਲ ਕਿਹਨੂੰ ਕਿਹਨੂੰ ਕਿਹਾ ਜਾਂਦਾ ਬਿਲਕੁਲ ਜੀ ਬਿਲਕੁਲ ਰੈਮ ਦੀ ਗੱਲ ਕਰੀਏ ਟੈਂ ਠੀਕ ਹੈ ਰੋਮ ਦੀ ਗੱਲ ਕਰੀਏ ਤਾਂ ਪਰਮਾਨੈਂਟ ਠੀਕ ਹੈ ਹੁਣ ਵੋਲੇਟਾਈਲ ਤੇ ਨੋਨ ਵੋਲੇਟਾਈਲ ਕਿਹਨੂੰ ਕਿਹਾ ਜਾਂਦਾ ਹੈ ਬਿਲਕੁਲ ਜੀ ਬਿਲਕੁਲ ਸਹੀ ਅਗਰ ਰੈਮ ਦੀ ਗੱਲ ਕਰੇ ਜਿਹਨੂੰ ਕੀ ਕਹਿੰਦਾ ਵੋਲੇਟਾਈਲ ਕਿਹਾ ਜਾਂਦਾ ਹੈ ਮਤਲਬ ਜੋ ਕਿ ਇਹ ਟੈਂਪੋਰਰੀ ਹੈ ਮਤਲਬ ਨੋਨ ਪਰਮਾਨੈਂਟ ਹੈ ਰੋਮ ਦੀ ਗੱਲ ਕਰੇ ਜਿਹਨੂੰ ਕੀ ਕਿਹਾ ਜਾਂਦਾ ਹੈ ਨੋਨ ਵੋਲੇਟਾਈਲ ਕਿਹਾ ਜਾਂਦਾ ਹੈ ਅਗਰ ਮੈਂ ਰੈਮ ਦੀ ਗੱਲ ਕਰਾਂ ਤਾਂ ਰੈਮ ਇੱਕਦੋ 2 ਆ ਜਾਂਦੀ ਹੈ ਜਿਹਦੇ ਵਿੱਚ ਮੇਰੇ ਕੋਲ ਕੀ ਹੁੰਦਾ ਸਟੈਟਿਕ ਰੈਮ ਤੇ ਡਾਇਨਾਮਿਕ ਰੈਮ ਯਾ ਮੇਰੇ ਕੋਲ ਦੋ ਆ ਜਾਂਦੀ ਹੈ ਸਟੈਟਿਕ ਗ੍ਰਾਮ ਤੇ ਡਾਇਨਾਮਿਕ ਗ੍ਰਾਮ ਜਿਹੜੇ ਸਭ ਤੋਂ ਵਧੀਆ ਉਹ ਆਪਣੇ ਕੋਲ ਕਿਹੜੀ ਆ ਸਟੈਟਿਕ ਗ੍ਰਾਮ ਬਹੁਤ ਜ਼ਿਆਦਾ ਵਧੀਆ ਠੀਕ ਹੈ ਜਿਹੜੀ ਬਹੁਤ ਜ਼ਿਆਦਾ ਐਕਸਪੈਂਸਿਵ ਹੈ ਡਾਇਨਾਮਿਕ ਵੀ ਗ੍ਰਾਮ ਉਹਨੀ ਜ਼ਿਆਦਾ ਵਧੀਆ ਨਹੀਂ ਹੈ ਤੇ ਉਹਨੀ ਜ਼ਿਆਦਾ ਐਕਸਪੈਂਸਿਵ ਨਹੀਂ ਹੈ ਉਸ ਤੋਂ ਬਾਅਦ ਅਗਰ ਮੈਂ ਰੋਮ ਦੀ ਗੱਲ ਕਰ ਰਿਹਾ ਤਾਂ ਰੋਮ ਦੇ ਵਿੱਚ ਮੇਰੇ ਕੋਲ ਤਿੰਨ ਚੀਜ਼ ਆ ਜਾਂਦੀਆਂ ਕੀ ਆ ਜਾਂਦੀ ਹੈ ਪੀ ਰੋਮ ਈ ਪੀ ਰੋਮ ਤੇ ਈ ਈ ਪ੍ਰੋ ਇਹ ਮੇਰੇ ਕੋਲ ਤਿੰਨ ਟਾਈਪਸ ਆ ਜਾਂਦੀਆਂ ਕਿਹਦੀਆਂ ਅੱਗੇ ਰੋਮ ਦੀਆਂ ਜੋ ਆਪਣੇ ਕੋਲ ਕੀ ਹੈ ਰੀਡ ਓਨਲੀ ਮੈਮਰੀ ਠੀਕ ਹੈ ਜਿਹੜੀ ਬਿਲਕੁਲ ਕੀ ਬਿਲਕੁਲ ਪਰਮਾਨੈਂਟ ਹੁੰਦੀ ਹੈ ਜਿਹਨੂੰ ਤੁਸੀਂ ਇਰੇਸ ਨਹੀਂ ਕਰ ਸਕਦੇ ਠੀਕ ਹੈ ਜੋ ਸਭ ਤੋਂ ਪਹਿਲੇ ਸੀ ਉਸ ਤੋਂ ਬਾਅਦ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਆ ਜਾਂਦੀ ਹੈ ਉਸ ਤੋਂ ਬਾਅਦ ਇਰੇਸ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਆ ਜਾਂਦੀ ਹੈ ਉਸ ਤੋਂ ਬਾਅਦ ਇਲੈਕਟ੍ਰਿਕ ਪ੍ਰੋਗਰਾਮੇਬਲ ਰੀਡ ਸੌਰੀ ਇਲੈਕਟ੍ਰੋਨਿਕ ਰੀਸ ਇਰੇਜ਼ੇਬਲ ਪ੍ਰੋਗਰਾਮੇਬਲ ਰੀਡ ਓਨਲੀ ਮੈਮਰੀ ਆ ਜਾਂਦੀ ਹੈ ਠੀਕ ਹੈ ਇਹ ਤਿੰਨ ਟਾਈਪ ਦੀ ਆਪਣੇ ਕੋਲ ਮੈਮਰੀ ਆ ਜਾਂਦੀਆਂ ਨੇ ਓਕੇ ਠੀਕ ਹੈ ਚਲੋ ਨੈਕਸਟ ਦੀ एएलयू ऑफ ए कंप्यूटर रिस्पोंड टू कमांड्स ਕਮਿੰਗ ਫਰਮ एएलयू ਕਿਨੂੰ ਰਿਸਪੌਂਡ ਕਰਦਾ ਜਿਹੜੇ ਕਮਾਂਡਸ ਉਹਨੂੰ ਭੇਜੂਗਾ ਠੀਕ ਹੈ एएलयू ਉਹਨੂੰ ਹੀ ਰਿਸਪੌਂਡ ਕਰੂਗਾ ਹੁਣ ਕਮਾਂਡਸ ਕੌਣ ਭੇਜੂਗਾ ਕਿਨੂੰ ਪਤਾ ਹੋਊਗਾ ਵੀ ਕਿਹੜੀ ਚੀਜ਼ ਭੇਜਣੀ ਆ ਕਿਹੜੀ ਚੀਜ਼ ਨਹੀਂ ਭੇਜਣੀ ਕਿਹੜੀ ਲੋਡ ਆ ਕਿਹੜੀ ਲੋਡ ਨਹੀਂ ਹੈ ਮਤਲਬ ਕੋਈ ਐਹਜੀ ਚੀਜ਼ ਜਿਹੜੀ ਕੰਟਰੋਲ ਕਰਦੀ ਹੈ ਜਿਹੜੀ ਐਹਜੀ ਚੀਜ਼ ਜਿਹੜੀ ਮੈਨੇਜ ਕਰਦੀ ਹੈ ਤਾਂ ਉਹ ਚੀਜ਼ ਕਹੋਨਾ ਆਪਣੇ ਕੋਲ ਜੋ ਮੈਨੇਜ ਕਰਦਾ ਹੈ ਜੋ ਕੰਟਰੋਲ ਕਰਦਾ ਹੈ ਤਾਂ ਆਪਣੇ ਕੋਲ ਕੀ ਹੋ ਜਾਏਗਾ ਕੰਟਰੋਲ ਸੈਕਸ਼ਨ ਕੌਨ ਕੰਟਰੋਲ ਸੈਕਸ਼ਨ ਜਿੰਨੇ ਦੇਖਣਾ ਕਿ ਡਾਟਾ ਦਾ ਫਲੋ ਕਿਵੇਂ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਜਿੰਨੇ ਮੈਨੇਜ ਕਰਨਾ ਸਾਰਾ ਕੁਝ ਉਹ ਕੰਟਰੋਲ ਯੂਨਿਟ ਕੰਟਰੋਲ ਸੈਕਸ਼ਨ ਜਿੰਨੇ ਡਾਟਾ ਅੱਗੇ ਪੇਜਣਾ ਕਿਨੂੰ ਏ ਐਲ ਯੂ ਨੂੰ ਓਕੇ ਨੈਕਸਟ ਵਿਚ ਆਫ ਦੀ ਫੋਲੋਇੰਗ ਆਈਸੀ ਇਸ ਯੂਜ਼ਡ ਇਨ ਦੀ 3 ਜਨਰੇਸ਼ਨ ਓਕੇ ਚਲੋ 3 ਜਨਰੇਸ਼ਨ ਦੀ ਗੱਲ ਕਰ ਰਹੇ ਆਪਾਂ ਆਈਸੀ ਦੀ ਗੱਲ ਕਰਾਂ ਇੰਟੀਗ੍ਰੇਟਿਡ ਸਰਕਟ ਦੀ ਗੱਲ ਕਰ ਰਹੇ ਠੀਕ ਹੈ ਬਿਲਕੁਲ 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 ਹੁਣ ਦੇਖੋ ਤੁਸੀਂ VLSI ਪੜ ਲਿਆ ULSI ਪੜ ਲਿਆ ਜੇ ਅਗਰ ਦੋਨੇ ਸੇਮ ਲੱਗ ਰਹੇ ਹੈ ਠੀਕ ਹੈ ਇਹਨੂੰ ਮੈਂ ਕਰ ਦਿੰਦਾ VL ਇਹ ਆਪਣੇ ਕੋਲ ਕੀ ਹੈ VL ਠੀਕ ਹੈ ਓਕੇ ਹੁਣ ਅਗਰ VLSI ਦੀ ਗੱਲ ਕਰੀਏ ਜੋ 4th ਜਨਰੇਸ਼ਨ ਦੇ ਵਿੱਚ ਸੀ ULSI ਦੀ ਗੱਲ ਕਰੇ ਜੋ ਆਪਣੇ ਕੋਲ KDC 5th ਜਨਰੇਸ਼ਨ ਦੇ ਵਿੱਚ ਸੀ ਹੁਣ ਇਹਨਾਂ ਤੋਂ ਪਹਿਲਾਂ ਵੀ ਕੁਝ ਸੀਗਾ ਜਿਨ੍ਹਾਂ ਨੂੰ ਆਪਾਂ ਕੀ ਕਹੇ ਦਿੰਦੇ LSI ਕਿਹਾ ਜਾਂਦਾ ਸੀ ਜਾਂ ਐਮਐਸਆਈ ਕਿਹਾ ਜਾਂਦਾ ਸੀ ਜਾਂ ਐਸਐਸਆਈ ਕਿਹਾ ਜਾਂਦਾ ਸੀਗਾ ਠੀਕ ਹੈ ਹੁਣ ਇਹਦੇ ਵਿੱਚ ਅਗਰ ਦੇਖਿਆ ਜਾਵੇ ਸਭ ਤੋਂ ਛੋਟੀ ਟਰਮ ਆਪਣੇ ਕੋਲ ਕੀ ਆ ਜੂਗੀ ਐਸਐਸਆਈ ਆ ਜੂਗੀ ਜਿਹਨੂੰ ਕੀ ਕਹਿੰਦੇ ਸਮਾਲ ਸਕੇਲ ਇੰਟੀਗ੍ਰੇਸ਼ਨ ਉਸ ਤੋਂ ਬਾਅਦ ਆ ਜਾਂਦੀ ਐਮਐਸਆਈ ਜਿਹਨੂੰ ਮੀਡੀਅਮ ਸਕੇਲ ਇੰਟੀਗ੍ਰੇਸ਼ਨ ਕਿਹਾ ਜਾਂਦਾ ਸੀ ਉਸ ਤੋਂ ਬਾਅਦ ਐਲਐਸਆਈ ਜਿਹਨੂੰ ਲਾਰਜ ਸਕੇਲ ਇੰਟੀਗ੍ਰੇਸ਼ਨ ਕਿਹਾ ਜਾਂਦਾ ਸੀ ਠੀਕ ਹੈ ਕਿਉਂਕਿ ਅਗਰ ਲਾਰਜ ਸਕੇਲ ਇੰਟੀਗ੍ਰੇਸ਼ਨ ਦੀ ਗੱਲ ਕਰੀਏ ਤਾਂ ਚੌਥੀ ਜਨਰੇਸ਼ਨ ਦੇ ਵਿੱਚ ਉਹੀ ਚੀਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਵੈਰੀ ਲਾਰਜ ਸਕੇਲ ਤੇ ਇੰਟੀਗ੍ਰੇਸ਼ਨ ਕਰਨੀ ਠੀਕ ਹੈ ਤਾਂ ਉਸ ਤੋਂ ਬਾਅਦ ਅਗਰ ਨੇ ਯੂਸ ਹੋਣੀ ਸ਼ੁਰੂ ਹੋ ਗਿਆ ਸੀ ਸਮਾਲ ਸਕੇਲ ਇੰਟੀਗ੍ਰੇਸ਼ਨ ਤੇ ਮੀਡੀਅਮ ਸਕੇਲ ਇੰਟੀਗ੍ਰੇਸ਼ਨ ਮਤਲਬ ਤੀਜੀ ਜਨਰੇਸ਼ਨ ਦੇ ਵਿੱਚ ਆਪਣੇ ਕੋਲ ਕੀ ਸੀ ਆਈਸੀ ਆਈਸੀ ਕਿਵੇਂ ਬਣਿਆ ਸੀਗਾ ਜਿਹੜੇ ਆਪਣੇ ਕੋਲ ट्रांजਿਸਟਰ ਸੀਗੇ ट्रांजਿਸਟਰ ਦੀ ਆਪਾਂ ਇੰਟੀਗ੍ਰੇਸ਼ਨ ਕਰਨੀ ਸ਼ੁਰੂ ਕਰਤੀ ਸੀ ਜਿਹਦੇ ਕਰਕੇ ਮੇਕਲ ਕੀ ਬਣਨੇ ਸ਼ੁਰੂ ਹੋ ਗਏ ਸੀ ਆਈਸੀ ਬਣਨੇ ਸ਼ੁਰੂ ਹੋ ਗਏ ਸੀ ਮਤਲਬ ट्रांजਿਸਟਰ ਦੀ ਜਿਹੜੋ ਇੰਟੀਗ੍ਰੇਸ਼ਨ ਕਰਨੀ ਸੀ ਉਹ ਜਿਹੜੀ ਸੀ ਪਹਿਲਾਂ ਸਮਾਲ ਸਕੇਲ ਤੇ ਮੀਡੀਅਮ ਸਕੇਲ ਤੇ ਵਿੱਚ ਇੰਟੀਗ੍ਰੇਸ਼ਨ ਕਰਨੀ ਸ਼ੁਰੂ ਹੋਈ ਸੀ ਤੀਜੀ ਜਨਰੇਸ਼ਨ ਦੇ ਵਿੱਚ ਓਕੇ ठीक है जी चलो ऑफ बीच फॉलोइंग आर इनपुट डिवाइस हाँ जी कि इन्होंने इनपुट डिवाइस ने बिल्कुल जी बिल्कुल इनपुट की गल करिए मनीटर आउटपुट है प्रिंटर आउटपुट है पलोटर आउटपुट है तो पिछले अपने को बजेगा स्कैनर है जो सिर्फ तो सिर्फ इनपुट देता है हाँ जी स्कैनर टीम टाइप के अपना कल भी देखे सी ਸਕੈਨਰ 3 ਟਾਈਪ ਦੇ ਸੀ ਰਿਪੀਟ ਕਰ ਲੀਏ ਉਹ ਤਿੰਨੋਂ ਟਾਈਪਸ ਕਿਹੜੀਆਂ ਸੀਗੀਆਂ ਸਕੈਨਰ ਦੀਆਂ ਮੈਨੂੰ ਵੀ ਪਤਾ ਚੱਲ ਜੂਗਾ ਤੁਹਾਨੂੰ ਕਿੰਨਾ ਕਾ ਜ਼ਿਆਦਾ ਕੱਲ ਤੁਸੀਂ ਗੱਪਾਂ ਮਾਰੀਆਂ ਸੀ ਦੋ ਤਿੰਨ ਠੀਕ ਹੈ ਬਿਲਕੁਲ ਜੀ ਬਿਲਕੁਲ ਪਹਿਲੇ ਦੀ ਗੱਲ ਕਰੀ ਤਾਂ ਆ ਮੇਰੇ ਕੋਲ ਕੀ ਆ ਜੂਗਾ ਫਲੈਟ ਬੈਡ ਸਕੈਨਰ ਫਲੈਟ ਬੈਡ ਸਕੈਨਰ ਦੀ ਗੱਲ ਕਰੀ ਜੋ ਇੰਡਸਟਰੀ ਦੇ ਵਿੱਚ ਮਤਲਬ ਜਿੱਥੇ ਲਾਰਜ ਸਕੇਲ ਤੇ ਵਰਕ ਹੋ ਰਿਹਾ ਜਿੱਥੇ ਬਹੁਤ ਜ਼ਿਆਦਾ ਹਾਈ ਰੈਜ਼ੋਲੂਸ਼ਨ ਚਾਹੀਦੀ ਹੈ ਪ੍ਰਿੰਟਿੰਗ ਲਈ ਉੱਥੇ ਯੂਜ਼ ਕੀਤਾ ਜਾਂਦਾ ਸੀ ਓਕੇ ਤਾਂ ਉਸ ਤੋਂ ਬਾਅਦ ਆਪਣੇ ਕੋਲ ਹੋਰ ਕੀ ਆ ਜਾਂਦਾ ਸੀ ਤਿੰਨ ਟਾਈਪ ਸਕੈਨ ਸਕੈਨਰਸ ਡਰ अच्छा जी थी। चलो ठीक है एक ਆਪਣੇ ਕੋਲ ਕਿਹੜਾ ਆ ਜਾਂਦਾ ਸੀ ਹੈਂਡ ਹੈਲਡ ਹੈਂਡ ਹੈਲਸ ਕੇ ਅੰਦਰ ਕਿਹੜੇ ਹੁੰਦੇ ਸੀ ਜਿਹੜੇ ਆਪਾਂ ਮਤਲਬ ਗਰੋਸਰੀ ਸ਼ਾਪਸ ਤੇ ਮਾਲਸ ਦੇ ਵਿੱਚ ਦੇਖਦੇ ਆ ਉਹ ਆਪਣੇ ਕੋਲ ਹੈਂਡ ਹੈਲਡ ਆ ਜਾਂਦਾ ਸੀ ਉਸ ਤੋਂ ਬਾਅਦ ਇੱਕ ਹੈ ਜਾਂ ਬਚ ਗਿਆ ਜਿਹੜਾ ਕੱਲ ਵੀ ਤੁਹਾਨੂੰ ਨਹੀਂ ਪਤਾ ਸੀ ਤੇ ਅੱਜ ਵੀ ਤੁਸੀਂ ਕੋਈ ਕੋਈ ਹੀ ਆਨਸਰ ਕਰ ਰਿਹਾ ਉਹਦਾ ਠੀਕ ਹੈ ਓਕੇ ਓਕੇ ਬਿਲਕੁਲ ਜੀ ਬਿਲਕੁਲ ਆਪਣੇ ਕੋਲ ਦੂਜਾ ਆਪਣੇ ਕੋਲ ਕਿਹੜਾ ਆ ਜਾਂਦਾ ਸੀ ਡਰਮਸ ਸਕੈਨਰ ਡਰਮਸ ਕਹਿੰਦੇ ਜਿਹੜੇ ਆਫਿਸ ਹੋਗੇ ਇੰਸਟੀਟਿਊਸ਼ਨ ਹੋਗੇ ਉਹਨਾਂ ਦੇ ਵਿੱਚ ਯੂਜ਼ ਹੁੰਦਾ ਸੀ ਮਤਲਬ ਕੱਲ ਹੁਣ ਕਲੀਅਰ ਹੈ which of the following is a layer uh, sorry lever that can be move in several direction to control the movement of an image on a computer monitor or a similar screen haan ji ik lever di tarah jinu use kita janda hai theek hai jivein ke aapna last time vi gal kiti si ohde aapna uh, gal kiti si uh, helicopter de handle di gal kiti si theek hai gaddi re, gear de gears di gal kiti si jo lever di tarah moves ho kar dinda kise directions tu bilkul ji bilkul right answer aapne kol kiya janda hai right answer aapne kol aainda joystick अच्छा एम आई डी आई की सीगा एम आई डी आई की सी ए भी आप पढ़ा स्यूजिकल इंस्ट्रूमेंट डिजिटल इंटरफेस म्यूजिकल इंस्ट्रूमेंट डिजिटल इंटरफेस एम आई डी आई चलो डैश कंटेंस एज कनेक्टर्स डैट आर यूज टू एनेबलिंग कम्युनिकेशन बिटवीन द मदरबोर्ड एंड डिफरेंट कार्ड ਉਹ ਮਦਰਬੋਰਡ ਤੇ ਕੋਈ ਹੋਰ ਕਾਰਡ ਦੇ ਵਿੱਚ ਆਪਾਂ ਕੀ ਕਰ ਰਹੇ ਆ ਕਮਿਊਨੀਕੇਸ਼ਨ ਕਰਨੀ ਹੈ ਠੀਕ ਹੈ ਮਦਰਬੋਰਡ ਤੇ ਕੋਈ ਹੋਰ ਕਾਰਡ ਦੇ ਵਿੱਚ ਤਾਂ ਆਪਾਂ ਕਿਸ ਚੀਜ਼ ਦੀ ਯੂਜ਼ ਕਰਾਂਗੇ ਆਪਾਂ ਕੀ ਕਰ ਰਹੇ ਆ ਮਤਲਬ ਮਦਰਬੋਰਡ ਤੋਂ ਆਪਾਂ ਹੋਰ ਵੱਡੇ ਲੈਵਲ ਤੇ ਜਾ ਰਹੇ ਆ ਮਤਲਬ ਮਦਰਬੋਰਡ ਨੂੰ ਆਪਾਂ ਕੀ ਕਰ ਰਹੇ ਆ ਐਕਸਪੈਂਡ ਕਰ ਰਹੇ ਆ ਮਤਲਬ ਮੈਂ ਕਿਹਦੀ ਗੱਲ ਕਰ ਰਿਹਾ ਐਕਸਪੈਂਸ਼ਨ ਕਾਰਡ ਦੀ ਗੱਲ ਕਰ ਰਿਹਾ ਬਿਲਕੁਲ ਜੀ ਬਿਲਕੁਲ ਮੈਂ ਕਿਹਦੀ ਗੱਲ ਕਰ ਰਿਹਾ ਐਕਸਪੈਂਸ਼ਨ ਕਾਰਡ ਦੀ ਗੱਲ ਕਰ ਰਿਹਾ ਜਦੋਂ ਮੈਂ ਐਕਸਪੈਂਸ਼ਨ ਕਾਰਡ ਯੂਜ਼ ਕਰੂੰਗਾ ਮੈਂ ਬਾਕੀ ਡਿਵਾਈਸਿਜ਼ ਐਡ ਕਰੂੰਗਾ ਤਾਂ ਮਦਰਬੋਰਡ ਕੀ ਕਰੂਗੀ ਬਾਕੀ ਡਿ ਉਹ ਵਾਟ ਇਜ਼ ਦੀ ਅਨਦਰ ਨੇਮ ਫੋਰ ਇਟ ਡਾਟ ਮੈਟ੍ਰਿਕਸ ਹਾਂਜੀ ਡਾਟ ਮੈਟ੍ਰਿਕਸ ਦਾ ਹੋਰ ਕੀ ਨਾਮ ਹੈ ਗੁਰਪ੍ਰੀਤ ਆ ਕਿਹੜਾ ਸਿੰਬਲ ਬਣਾਇਆ ਬਸ ਦਾ ਅੱਛਾ ਆਹ ਓਕੇ ਓਕੇ ਕਿਸੇ ਨੇ ਮਤਲਬ ਉਰੇ ਆਨਸਰ ਨਹੀਂ ਕੀਤਾ ਕਿਸੇ ਨੇ ਲਾਈਨ ਪ੍ਰਿੰਟਰ ਤੇ ਆਨਸਰ ਹੀ ਨਹੀਂ ਦਿੱਤਾ ਲਾਈਨ ਐਂਡ ਕੈਰੈਕਟਰ ਅੱਛਾ ਜੀ ਰਾਈਟ ਆਨਸਰ ਦੀ ਗੱਲ ਕਰੇ ਡੋਟ ਮੈਟ੍ਰਿਕਸ ਡੋਟ ਮੈਟ੍ਰਿਕਸ ਦਾ ਅਦਰ ਨਾਮ ਕੀ ਹੈ ਤਾਂ ਆਪਣੇ ਕੋਲ ਕੀ ਆ ਜਾਊਗਾ ਇੰਪੈਕਟ ਪ੍ਰਿੰਟਰ ਕਿਹਾ ਜਾਂਦਾ ਹੈ ਇੰਪੈਕਟ ਪ੍ਰਿੰਟਰ ਕਿਉਂ ਕਿ ਕਿਹਾ ਜਾਂਦਾ ਕਿਉਂਕਿ ਜਿਹੜਾ ਰੀਬਨ ਹੈ ਜਿਹੜਾ ਡਰਮ ਹੈ ਉਹ ਆਪਣੇ ਕੋਲ ਕੀ ਜਾਂਦਾ ਪੇਜ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਆਂਦਾ ਹੈ ਜਿਹਦੇ ਕਰਕੇ ਅਗਰ ਮੈਂ ਪ੍ਰਿੰਟਰਸ ਦੀ ਗੱਲ ਕਰਾਂ ਤਾਂ ਪ੍ਰਿੰਟਰਸ ਮੇਰੇ ਕੋਲ ਦੋ ਟਾਈਪ ਦੇ ਵਿੱਚ ਆ ਜਾਂਦੇ ਜਿਹਦੇ ਵਿੱਚ ਮੇਰੇ ਕੋਲ ਕੀ ਜਾਂਦਾ ਇੰਪੈਕਟ ਪ੍ਰਿੰਟਰ ਤੇ ਨੋਨ ਇੰਪੈਕਟ ਪ੍ਰਿੰਟਰ ਆ ਜਾਂਦੇ ਆ ਠੀਕ ਹੈ ਇੰਪੈਕਟ ਪ੍ਰਿੰਟਰ ਦੀ ਗੱਲ ਕਰਾਂ ਇੰਪੈਕਟ ਪ੍ਰਿੰਟਰ ਫਰਦਰ ਦੋ ਟਾਈਪ ਦੇ ਵਿੱਚ ਹੁੰਦੇ ਆ ਜਿਹਦੇ ਵਿੱਚ ਮੇਰੇ ਕੋਲ ਕਿਹਨਾਂ ਕੈਰੈਕਟਰ ਪ੍ਰਿੰਟਰ ਤੇ ਲਾਈਨ ਪ੍ਰਿੰਟਰ ਅਗਰ ਮੈਂ ਕੈਰੈਕਟਰ ਪ੍ਰਿੰਟਰ ਦੀ ਗੱਲ ਕਰਾਂ ਕੈਰ ਹੈਟ੍ਰਿਕ ਸਪ੍ਰਿੰਟਰ ਦੂਜਾ ਮੇਕਲ ਕਹਿੰਦਾ ਡੇਜ਼ੀ ਵੀਲ ਪ੍ਰਿੰਟਰ ਠੀਕ ਹੈ ਅਗਰ ਮੈਂ ਲਾਈਨ ਪ੍ਰਿੰਟਰ ਦੀ ਗੱਲ ਕਰਾਂ ਰਾਈਲ ਪ੍ਰਿੰਟਰ ਮੇਕਲ ਤਿੰਨ ਟਾਈਪ ਦੇ ਹੁੰਦੇ ਆ ਜਿਹਦੇ ਵਿੱਚ ਮੇਕਲ ਕਿਹੜਾ ਕਹਿੰਦਾ ਡਰਮ ਪ੍ਰਿੰਟਰ ਚੇਨ ਪ੍ਰਿੰਟਰ ਤੇ ਇੱਕ ਹੋਰ ਆਪਣੇ ਕੋਲ ਕਿਹੜਾ ਹੁੰਦਾ ਸੀ ਡਰਮ ਪ੍ਰਿੰਟਰ ਚੇਨ ਪ੍ਰਿੰਟਰ ਅ ਇੱਕ ਹੋਰ ਵੀ ਆਪਣੇ ਕੋਲ ਹੁੰਦਾ ਸੀ ਅ ਬੈਂਡ ਬੈਂਡ ਪ੍ਰਿੰਟਰ ਬੀਤੇ ਬੀਤੇ ਬੈਂਡ ਪ੍ਰਿੰਟਰ ਠੀਕ ਹੈ ਅਗਰ ਮੈਂ ਨੋਨ ਇੰਪੈਕਟ ਪ੍ਰਿੰਟਰ ਦੀ ਗੱਲ ਕਰਾਂ ਨੋਨ ਇੰਪੈਕਟ ਪ੍ਰਿੰਟਰ ਦੇ ਵਿੱਚ ਮੇਰੇ ਕੋਲ ਕੌਣ ਕੌਣ ਆ ਜਾਂਦਾ ਸੀ ਮੇਰੇ ਕੋਲ ਇਨਕ ਜੈਟ ਪ੍ਰਿੰਟਰ ਆ ਜਾਂਦੇ ਸੀ ਮੇਰੇ ਕੋਲ ਲੇਜ਼ਰ ਪ੍ਰਿੰਟਰ ਆ ਜਾਂਦੇ ਸੀ ਮੇਰੇ ਕੋਲ ਥਰਮਲ ਪ੍ਰਿੰਟਰ ਆ ਜਾਂਦੇ ਸੀ ਠੀਕ ਹੈ ਜੀ ਬਿਲਕੁਲ ਜੀ ਥੈਂਕ ਯੂ ਥੈਂਕ ਯੂ ਠੀਕ ਹੈ ਓਕੇ ਓਕੇ ਮੋਸਟਲੀ ਯੂਸ ਸਭ ਤੋਂ ਜ਼ਿਆਦਾ ਜਿਹੜੇ ਯੂਸ ਹੁੰਦੇ ਆ ਆਪਣੇ ਕੋਲ ਲੇਜ਼ਰ ਪ੍ਰਿੰਟਰ ਯੂਸ ਨੇ ਬਿਲਕੁਲ ਜੀ ਬਿਲਕੁਲ ਸਹੀ ਜੋ ਆਪਣੇ ਕੋਲ ਗੁਰਪ੍ਰੀਤ ਦੇ ਦੁਆਰਾ ਕਿਹਾ ਗਿਆ ਹੈ which of the following is primarily responsible for converting input into meaningful output information haan ji normal data nu jado main information banan da ta niche ne likho ke di a ji cheeza jehdi use kitti jandi hai haan ji bilkul 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 right answer will be cpu de dwara use kitti jandi hai theek hai cpu ki karda hai jehda normal data hunda ohnu information de vich convert kar dinda hai which of the following pers, uh, pro uh, ਪ੍ਰੋਡਿਊਸਸ ਦੀ ਬੈਸਟ ਕੁਆਲਿਟੀ ਗ੍ਰਾਫਿਕ ਰੀਪ੍ਰੋਡਕਸ਼ਨ ਬੈਸਟ ਕੁਆਲਿਟੀ ਗ੍ਰਾਫਿਕਸ ਦੀ ਗੱਲ ਕਰ ਰਿਹਾ ਬੈਸਟ ਕੁਆਲਿਟੀ ਬੈਸਟ ਕੁਆਲਿਟੀ ਦੀ ਜਰੂਰੀ ਆਪਾਂ ਗੱਲ ਕਰਾਂਗੇ ਰਾਈਟ ਆਨਸਰ ਆਪਾਂ ਨੂੰ ਕੀ ਸਾਹਮਣੇ ਆਊਗਾ ਲੇਜ਼ਰ ਆਪਣੇ ਕੋਲ ਸਾਹਮਣੇ ਰਾਈਟ ਆਨਸਰ ਆ ਜਾਊਗਾ ਲੇਕਿਨ ਅਗਰ ਆਪਸ਼ਨਸ ਦੇ ਵਿੱਚ ਪਲੋਟਰ ਨਾ ਹੋਵੇ ਲੇਕਿਨ ਜਦੋਂ ਤੁਹਾਡੇ ਆਪਸ਼ਨ ਦੇ ਵਿੱਚ ਪਲੋਟਰ ਹੈ ਤਾਂ ਪਲੋਟਰ ਤੋਂ ਉੱਤੇ ਕੋਈ ਵੀ ਚੀਜ਼ ਨਹੀਂ ਹੈ ਲੇਜ਼ਰ ਵੀ ਉਨਾ ਵਧੀਆ ਨਹੀਂ ਹੈ ਜਿੰਨਾ ਵਧੀਆ ਆਪਣੇ ਕੋਲ ਪਲੋਟਰ ਹੈ ਠੀਕ ਹੈ ਦੈਨ ਪਲੋਟਰ ਇਜ਼ ਦੀ ਰਾਈਟ ਆਨਸਰ डैश यूजेस ए लाइट टच इंडिकेटर टू चूज ऑब्जेक्ट ऑन ए प्रेजेंटेशन स्क्रीन हां जी प्रेजेंटेशन दी स्क्रीन दी ਗੱਲ ਕਰ ਰਿਹਾ ਜਿਵੇਂ ਆਹ প্রেਜੈਂਟੇਸ਼ਨ ਸਕਰੀਨ ਹੈ ਉਹਦੇ ਵਿੱਚ ਆਪਾਂ ਲਾਈਟ ਟੱਚ ਦਾ ਕੁਝ ਐਜਾ ਆਪਾਂ ਇੰਡੀਕੇਟਰ ਯੂਜ਼ ਕਰਦੇ ਆ ਜਿਹਦੇ ਨਾਲ ਆਪਾਂ ਕੀ ਕਰ ਸਕਦੇ ਆ ਆਬਜੈਕਟ ਨੂੰ ਚੂਜ਼ ਕਰ ਸਕਦੇ ਆ ਮੈਂ ਕੀ ਦੀ ਗੱਲ ਕਰ ਰਿਹਾ ਬਿਲਕੁਲ ਜੀ ਬਿਲਕੁਲ ਸਹੀ ਮੈਂ ਗੱਲ ਕਰ ਰਿਹਾ ਲਾਈਟ ਪੈਨ ਦੀ ਮੈਂ ਕੀ ਦੀ ਗੱਲ ਕਰ ਰਿਹਾ ਲਾਈਟ ਪੈਨ ਦੀ ਆਪਾਂ ਗੱਲ ਕਰ ਰਹੇ ਹਾਂ which of the following devices can perform both input and output function dono input te output function kon perform kar kar sakda hai inna de no, vichon okay bilkul 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 communication devices di gal kare jivein apne kol ki aa gaya apne jivein tusi headphone use karde ho theek hai jide vich tusi sun bhi sakde ho te apna bol bhi sakde ho communication devices mobiles di vi gal kar sakde hai communication devices de vich aj any physical component of a computer system that can see and touch you know dekh sakde ho jinu touch kar sakde ho matlab tangible hai matlab main kidi gal kar reha matlab main cpu di gal kar reha jinu apan dekh vi sakde ha te touch vi kar sakde ha theek hai okay lekin tusi kuch hor answer kar re ho tusi koi hor answer kyon kar re ho ki reason hai ਅਗਰ ਦੇਖਣ ਤੇ ਟੱਚ ਕਰਨ ਦੀ ਗੱਲ ਹੈ ਤਾਂ ਪੈਰੀਫੇਰਲ ਡਿਵਾਈਸ ਆ ਜਾਂਦੇ ਜਿਹੜੇ ਆਕਸਿਲਰੀ ਡਿਵਾਈਸ ਆ ਜਾਂਦੇ ਉਹਨਾਂ ਨੂੰ ਵੀ ਤਾਂ ਆਪਾਂ ਦੇਖ ਸਕਦੇ ਹਾਂ ਉਹਨਾਂ ਨੂੰ ਤਾਂ ਆਪਾਂ ਟੱਚ ਕਰ ਸਕਦੇ ਹਾਂ ਤਾਂ ਜਿਹੜੇ ਵੀ ਇਨਪੁਟ ਡਿਵਾਈਸਿਸ ਹੋਣ ਜਿਹੜੇ ਵੀ ਆਉਟਪੁਟ ਡਿਵਾਈਸਿਸ ਹੋਣ ਚਾਹੇ ਆਪਾਂ ਉਹ ਦੇਖ ਸਕਦੇ ਹਾਂ ਤੇ ਟੱਚ ਕਰ ਸਕਦੇ ਹਾਂ ਸਾਡੇ ਦੇ ਸਾਰੇ ਐਟ ਦੀ ਐਂਡ ਕਿਹਦੇ ਅੰਦਰ ਆ ਰਹੇ ਹੈ ਹਾਰਡਵੇਅਰ ਦੇ ਅੰਦਰ ਆ ਰਹੇ ਨੇ ਬਿਲਕੁਲ ਜੀ ਬਿਲਕੁਲ which of the following are the most common input devices ਹਾਂਜੀ ਮੋਸਟ ਕਾਮਨ ਇਨਪੁਟ ਡਿਵਾਈਸਿਸ ਦੀ ਮੈਂ ਗੱਲ ਕਰ ਰਿਹਾ ਹਾਂ ਬਹੁਤ ਆਰ ਕਵਰਿੰਦੀ ਹਾਰਡਵੇਅਰ ਬਿਲਕੁਲ 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 ਮੋਸਟ ਕਾਮਨ ਇਨਪੁਟ ਡਿਵਾਈਸਸ ਐਸ ਨਿਕਲ ਤੇ ਆਪਣੇ ਕੋਲ ਹੈ ਦੀ ਦੁਆਰਾ ਕਿਹਾ ਗਿਆ ਰਾਈਟ ਆਨਸਰ ਇਜ਼ ਸਕੈਨਰ ਐਂਡ ਮੋਨੀਟਰ ਹਾਂਜੀ ਮੈਂ ਨਾਰਮਲ ਪਰਸਨ ਆ ਮੇਰਾ ਨਾਰਮਲ ਕਰ ਰਹਾ ਮੇਰੇ ਕੋਲ ਸਕੈਨਰ ਹੋਣ ਦੇ ਕਿੰਨੇ ਕੇ ਚਾਂਸਸ ਆ ਹਾਂਜੀ ਸਕੈਨਰ ਹੋਣ ਦੇ ਮੇਰੇ ਕੋਲ ਕਿੰਨੇ ਕੇ ਚਾਂਸਸ ਆ ਤੇਰੇ ਘਰ ਸਕੈਨਰ ਹੈਗਾ ਹੈ ਉਨੇ ਨੇ ਕਿਹਾ ਮੋਸਟ ਕਾਮਨ ਯੂਜ਼ਡ ਰਾਈਟ ਆਨਸਰ ਇਜ਼ ਮਾਊਸ ਐਂਡ ਕੀਬੋਰਡ ਕਾਦੇ ਲਈ ਇਨਪੁਟ ਕਰਨ ਲਈ ਮਾਊਸ ਐਂਡ ਕੀਬੋਰਡ ਲੇਕਿਨ ਅਗਰ ਮੈਂ ਇਹੀ ਆਪਸ਼ਨ ਉਰੇ ਤੁਹਾਨੂੰ ਦੇਦਾ ਇੱਥੇ ਲਿਖਦਾ ਮਾਊਸ ਉਰੇ ਲਿਖਦਾ ਕੀਬੋਰਡ ਉਰੇ ਲਿਖਦਾ ਮੋਨੀਟਰ ਉਰੇ ਲਿਖਦਾ ਮੈਂ ਸਕੈਨਰ ਤਾਂ ਮੋਸਟ ਕਾਮਨ ਦੇ ਵਿੱਚ ਤੁਸੀਂ ਕੀ ਆਨਸਰ ਕਰੋਗੇ ਠੀਕ ਹੈ ਅਗਰ ਮੋਸਟ ਕਾਮਨ ਇਨਪੁਟ ਡਿਵਾਈਸਸ ਦੇ ਵਿੱਚ ਤੁਹਾਡੇ ਕੋਲ ਆਪਸ਼ਨ ਹੈ ਮਾਊਸ ਕੀਬੋਰਡ ਮੋਨੀਟਰ ਤੇ ਸਕੈਨਰ ਤਾਂ ਆਪਣੇ ਕੋਲ ਰਾਈਟ ਆਨਸਰ ਕੀ ਆ ਜਾਊਗਾ ਕੀਬੋਰਡ ਇਜ਼ ਦੀ ਰਾਈਟ ਆਨਸਰ ਠੀਕ ਹੈ ਅਗਰ ਕੀਬੋਰਡ ਕੱਲਾ ਤੁਹਾਡੇ ਕੋਲ ਆਪਸ਼ਨ ਦੇ ਵਿੱਚ ਪਿਆ ਤੇ ਇਨਪੁਟ ਡਿਵਾਈਸ ਦੀ ਗੱਲ ਕੀਤੀ ਹੈ ਤਾਂ ਹਮੇਸ਼ਾ ਤੁਸੀਂ ਕੀਬੋਰਡ ਹੀ ਆਨਸਰ ਕਰੋਗੇ ਠੀਕ ਹੈ ਕਿਉਂਕਿ ਬਿਨਾ ਕੀਬੋਰਡ ਤੋਂ ਠੋੜਾ ਕੰਪਿਊਟਰ ਕਦੇ ਵੀ ਸਟਾਰਟ ਨਹੀਂ ਹੁੰਦਾ ਬਿਨਾ ਮਾਊਸ ਤੋਂ ਠੋੜਾ ਕੰਪਿਊਟਰ ਸਟਾਰਟ ਹੋ ਜਾਂਦਾ ਹੈ ਮਾਊਸ ਤੇ ਕੀਬੋਰਡ ਬੇਸਿਕ ਹੈ ਜਿਹੜੀਆਂ ਚੀਜ਼ਾਂ ਜਿਹੜੀਆਂ ਚਾਹੀਦੀਆਂ ਕੰਪਿਊਟਰ ਨੂੰ Which of the following devices has a cylindrical drum called photoreceptor va ji va haan ji eh question jaro kitta si odo vi tonu kya si one of most important question de vich aa janda if question comes most common sharing then what will be we tick most common sharing sharing ਸ਼ੇਅਰਿੰਗ ਦੇ ਵਿੱਚ ਆਪਸ਼ਨਸ ਦੇ ਮੈਨੂੰ ਕੀ ਪਤਾ ਹੁਣ ਸ਼ੇਅਰਿੰਗ ਦੇ ਵਿੱਚ ਤੂੰ ਕੀ ਗੱਲ ਕਰ ਰਿਹਾ ਕਿਸ ਤਰੀਕੇ ਨਾਲ ਤੂੰ ਸ਼ੇਅਰ ਕਰਨ ਦੀ ਗੱਲ ਕਰ ਰਿਹਾ ਬਿਲਕੁਲ ਜੀ ਬਿਲਕੁਲ ਜਿਵੇਂ ਕਿ ਤੁਸੀਂ ਆਨਸਰ ਕਰ ਰਹੇ ਆ ਜਿਹੜਾ ਆਪਣੇ ਕੋਲ ਸਿਲੰਡਰਿਕਲ ਡਰਮ ਹੈ ਮਤਲਬ ਮੈਂ ਕਿਹਦੀ ਗੱਲ ਕਰ ਰਿਹਾ ਫੋਟੋ ਰੀਸੈਪਟਰ ਦੀ ਗੱਲ ਕਰ ਰਿਹਾ ਮਤਲਬ ਲੇਜ਼ਰ ਬੀਮ ਦੇ ਵਿੱਚ ਜਿਹੜੀ ਆਪਣੇ ਕੋਲ ਬੀਮ ਹੁੰਦੀ ਹੈ ਜਿਹੜੀ ਆਪਣੇ ਕੋਲ ਬੀਮ ਪੈਂਦੀ ਹੈ ਉਹ ਬੀਮ ਪੈਂਦੀ ਹੈ ਕਿੱਥੇ ਪੈਂਦੀ ਹੈ ਜਿਹੜੀ ਫੋਟੋ ਰੀਸੈਪਟਰ ਹੈ ਠੀਕ ਹੈ ਉਹਨੂੰ ਹੀ ਬੋਲਿਆ ਜਾਂਦਾ ਜਿਹਦੇ ਉੱਤੇ ਮਤਲਬ ਬੀਮ ਹੈ ਜਿੱਥੇ ਉੱਤੇ ਫਿਕਸ ਕੀਤੀ ਜਾਂਦੀ ਹੈ ਜਿਹੜੀ ਆਪਣੀ ਬੀਮ ਬਾਅਦ ਚੋ ਪੇਪਰ ਦੇ ਨਾਲ ਪੇਪਰ ਦੇ ਉੱਤੇ ਸੋਰੀ ਛਾਪੀ ਜਾਂਦੀ ਹੈ ਠੀਕ ਹੈ ਜਿਹਦੇ ਕਰਕੇ ਉਹਨੂੰ ਕੀਤਾ ਜਾਂਦਾ ਠੀਕ ਹੈ ਸ਼ੇਅਰ ਜੇ ਕਿ ਇਨਪੁਟ ਦੀ ਫਾਰਮ ਦੇ ਵਿੱਚ ਸ਼ੇਅਰ ਕਰ ਰਿਹਾ ਕਿਉਂਕਿ ਪ੍ਰਿੰਟਰ ਦੀ ਗੱਲ ਕਰਾਂ ਮੈਂ ਮੋਨੀਟਰ ਦੀ ਗੱਲ ਕਰਾਂ ਕੀਬੋਰਡ ਦੀ ਗੱਲ ਕਰਾਂ ਪੈਨ ਡਰਾਈਵ ਦੀ ਗੱਲ ਕਰਨ ਲੈ ਆਉਟਪੁੱਟ ਫਿਰ ਤਾਂ ਆਪਣੇ ਕੋਲ ਮੋਨੀਟਰ ਆਊਗਾ ਫਿਰ ਆਪਣੇ ਕੋਲ ਮੋਨੀਟਰ ਆਊਗਾ ਜੇ ਤੁ ਸ਼ੇਅਰਿੰਗ ਦੀ ਫਾਰਮ ਦੇ ਵਿੱਚ ਗੱਲ ਕਰਿਆ ਦੈਨ ਰਾਈਟ ਆਂਸਰ ਵਿਲ ਬੀ ਮੋਨੀਟਰ ਠੀਕ ਹੈ ਪ੍ਰਿੰਟਰ ਵੀ ਨਹੀਂ ਆਊਗਾ ਪੈਨ ਡਰਾਈਵ ਵੀ ਨਹੀਂ ਆਊਗਾ ਨਾ ਚਲੋ ਜੀ ਨੈਕਸਟ ਆਪਨੇ ਕੋ ਇਹ ਚੀਜ਼ ਦਾ ਇੱਕ ਧਿਆਨ ਰੱਖਿਓ ਜਿਹੜਾ ਸਿਲੰਡਰਿਕਲ ਡਰਮ ਹੈ ਸਿਲੰਡਰਿਕਲ ਡਰਮ ਨੂੰ ਹੀ ਫੋਟੋ ਰਿਸੈਪਟਰ ਬੋਲਿਆ ਜਾਂਦਾ ਹੈ ਕਿ ਨੂੰ ਸਿਲੰਡਰਿਕਲ ਡਰਮ ਨੂੰ ਫੋਟੋ ਰਿਸੈਪਟਰ ਬੋਲਿਆ ਜਾਂਦਾ ਇਸ ਚੀਜ਼ ਦਾ ਧਿਆਨ ਰੱਖਿਓ ਡੈਸ਼ ਇਸ ਅ ਲਾਈਟ ਸੈਂਸਿਟਿਵ ਡਿਵਾਈਸ 댓 ਕਨਵਰਸ ਡਰਾਇੰਗ ਪ੍ਰਿੰਟਰ ਟੈਕਸਟ ਐਂਡ ਅਦਰ ਇਮੇਜਸ ਇਨਟੂ ਡਿਜੀਟਲ ਫਾਰਮ ਆਫ ਸਟੋ ਡਿਜੀਟਲ ਫਾਰਮ ਐਂਡ ਸਟੋਰਸ ਇਨ ਕੰਪਿਊਟਰ ਮੈਮਰੀ ਬਟ ਆਨਸਰ ਇਜ਼ ਪ੍ਰਿੰਟਰ ਵਾਜੀਵਾ ਅਗੇਨ ਕੁਐਸਚਨ ਤੇ ਡਿਪੈਂਡ ਕਰਦਾ ਕੁਐਸਚਨ ਤੇਰਾ ਅਗੇਨ ਕੀ ਸੀਗਾ ਅ ਇਫ ਕੁਐਸਚਨ ਕਮਸ ਮੋਸਟ ਕਾਮਨ ਸ਼ੇਡਿੰਗ ਦੈਨ ਵਟ ਵਿਲ ਬੀ ਦੀ ਆਨਸਰ ਵਟ ਵਿਲ ਵੀ ਟਿਕ ਹੁਣ ਜੇ ਇਹਦੇ ਵਿੱਚ ਕੁਐਸਚਨ ਦੇ ਵਿੱਚ ਇਦਾਂ ਲਿਖਿਆ ਹੋਵੇ ਆਬਜੈਕਸ਼ਨ ਪਾ ਦੇ ਬਿਲਕੁਲ ਜੀ ਬਿਲਕੁਲ ਆਬਜੈਕਸ਼ਨ ਪੈਂਦੀ ਹੈ ਕਿਉਂਕਿ ਸ਼ੇਅਰਿੰਗ ਦੇ ਵਿੱਚ ਉਹਨਾਂ ਨੇ ਇਹ ਤਾਂ ਨਹੀਂ ਕਿਹਾ ਕਿ ਉਹਨਾਂ ਨੇ ਹਾਰਡ ਕਾਪੀ ਦੀ ਗੱਲ ਕੀਤੀ ਹੈ ਸੌਫਟ ਕਾਪੀ ਦੀ ਗੱਲ ਕੀਤੀ ਹੈ ਕਿਉਂਕਿ ਅਗਰ ਮੈਂ ਆਪਣੇ ਘਰੇ ਗੱਲ ਕਰਾਂ ਮੇਰੇ ਕੋਲ ਤਾਂ ਪ੍ਰਿੰਟਰ ਹੈ ਨਹੀਂ ਤੂੰ ਮੋਸਟ ਕਾਮਨ ਵੀ ਲਿਖਿਆ ਉੱਤੋਂ ਕਵੈਸਚਨ ਦੇ ਵਿੱਚ ਉੱਤੋਂ ਸ਼ੇਅਰਿੰਗ ਵੀ ਲਿਖਿਆ ਆ ਆਉਟਪੁੱਟ ਦੀ ਫਾਰਮ ਦੇ ਵਿੱਚ ਤੂੰ ਗੱਲ ਕਰ ਰਿਹਾ ਤਾਂ ਮੋਨੀਟਰ ਹੀ ਆਊਗਾ ਨਹੀਂ 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 ਇੱਥੇ ਡਿਸਕਸ ਕਰ ਲੈ ਵੀਰੇ हां जी नेक्स्ट क्वेश्चन की सिगा लाइसेंसेड डिवाइस दैट कन्वर्ट अच्छा जेड़ा कन्वर्ट कर दे है, जो भी आपके को ड्राइंग है जो भी आपके को टेक्स्ट है जो भी आपके को इमेजेस है उनू डिजिटल फॉर्म दे विच कन्वर्ट कर인다 है ते बाद चो उनू आपा सेव भी कर सकदे हां स्टोर भी कर सकदे हां मतलब मैं कीदी गल कर रहा स्कैनर दी गल कर रहा ठीक है बाकी सारीया चीजा बारकोड स्कैन कर सकदे लेकिन स्टोर नहीं कर सकदे ओएमआर स्कैन कर सकदे स्टोर नहीं कर सकदे प्लॉटर ट्रांसफर हो ही नहीं सकदा वैसे क्योंकि स्टोर करंदा क्योंकि प्लॉटर आपके को की कर रहा है आउटपुट दे रहा है इन दी फॉर्म ऑफ प्रिंटर व्हिच ऑफ दी फॉलोइंग devices convert bit my images of a character to equivalent to ascii uh, sorry ascii ssi uh, code chalo to nu bas hasan da moka chahida hor da kuch ho, ho jaye ਹਾਂ ਬਿਲਕੁਲ ਜੀ ਬਿਲਕੁਲ ਰਾਈਟ ਆਨਸਰ ਮੇਕਲ ਕੀਤਾ ਜਾਏਗਾ OCR OCR ਦੀ ਫੁੱਲ ਫਾਰਮ ਦੀ ਗੱਲ ਕਰੇ ਤਾਂ ਮੇਕਲ ਕੀਤਾ ਜਾਊਗਾ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ ਕੀ ਆਪਟੀਕਲ ਕੈਰੈਕਟਰ ਰਿਕੋਗਨੀਸ਼ਨ OMR ਦੀ ਫੁੱਲ ਫਾਰਮ ਕੀ ਹੁੰਦੀ ਹੈ ਤੁਹਾਨੂੰ ਪਤਾ ਹੀ ਹੋਊਗਾ ਬਹੁਤ ਈਜ਼ੀ ਹੈ which ਹਜੇ ਕੁਝ ਪਰਸਨ ਜਿਹੜੇ ਡੇਲੀ ਨਹੀਂ ਆਉਂਦੇ ਕਲਾਸਿਸ ਦੇ ਵਿੱਚ ਉਹਨਾਂ ਨੂੰ ਵੀ ਪਤਾ ਰਜਿੰਦਰ ਕੌਣ ਹੈ ਠੀਕ ਹੈ ਗੱਲਾਂ ਤੋਂ ਹੀ ਲੱਗ ਗਿਆ ਚਲੋ ਜੀ नैक्स क्वेश्चन एक कंप्यूटर डिवाइस मेनली यूज टू प्रोवाइड हार्ड कॉपी हाँ जी हार्ड कॉपी की गल की है ना उ हार्ड कॉपी लिखा हो आउटपुट की फॉर्म के बिल्कुल जी बिल्कुल हार्ड कॉपी की गल करिए मेरे को आ प्रिंटर ठीक है बाकी हार्ड कॉपी नहीं दे प्रोवाइड कर दे अपने को ठीक है थैंक यू हैरी ओके नैक्सट ट्रांसफॉर्मेशन ऑफ इनपुट इनटू आउटपुट देखो ट्रांसफॉर्म कह इनपुट टू आउटपुट अगर मैं कन्वर्ट करना हो कि द्वारा कन्वर्ट किया जाए इनपुट टू आउटपुट कि द्वारा कन्वर्ट किया जाए मतलब इनपुट अपने को एक रो डाटा रो डाटा से कुछ काम हो रहा है जिस तो बाद अपने को बनती है आउटपुट बनती है तो कि द्वारा किया जाता बिल्कुल जी बिल्कुल सही अपने को आजगा सी पी यू के द्वारा किया जाता है नैक्सट विच रिफॉलिंग प्रिंटर आर नॉन इम्पैक्ट प्रिंटर नॉन इम्पैक्ट प्रिंटर हूँ ही पूरा टेबल बनाया से हूँ ही पूरी लिस्ट की आपको और आप नॉन इंपैक्ट प्रिंटर की गल की तो अपने को आजा ले लेजर प्रिंटर नॉन इंपैक्ट है बिल्कुल सही ड्रम प्रिंटर ड्रम प्रिंटर अपने को इमेट के आएंता है जो अपने को फरदर कि आया इस लाइन के आया इस ठीक है बबल जैट प्रिंटर अगेन अपने कोन इम्पैक्ट के आएगा बिल्कुल सही डेजी व्हील अपने को आएगा करैक्टर आएं ठीक है इंकजैक्ट प्रिंटर जो अपने को इंकजैट प्रिंटर अपने को इंपैक्ट के सॉरी नॉन इंपैक्ट के आएंता डॉट मैट्रिक्स अगेन अपने को ਇੰਪੈਕਟ ਦੇ ਵਿੱਚ ਆ ਜਾਂਦਾ ਠੀਕ ਹੈ ਅਗਰ ਮੈਂ ਲੇਜ਼ਰ ਪ੍ਰਿੰਟਰ ਤੇ ਇਨਕਜੈਕਟ ਪ੍ਰਿੰਟਰ ਦੀ ਗੱਲ ਕਰਾਂ ਦੋਨੋਂ ਹੀ ਆਪਣੇ ਕੋਲ ਕਿਹਦੇ ਵਿੱਚ ਨੇ ਨੋਨ ਇੰਪੈਕਟ ਪ੍ਰਿੰਟਰ ਦੇ ਵਿੱਚ ਨੇ ਮਤਲਬ ਦੋਨੋਂ ਹੀ ਆਪਣੇ ਕੋਲ ਰਾਈਟ ਆਨਸਰ ਨੇ ਹੁਣ ਇੱਕ ਚੀਜ਼ ਆ ਧਿਆਨ ਰੱਖੋ ਬੱਬਲ ਜੈਟ ਪ੍ਰਿੰਟਰ ਦਾ ਹੁਣ ਤੁਸੀਂ ਨਾਮ ਸੁਣਿਆ ਹੋਣਾ ਤਾਂ ਬੱਬਲ ਜੈਟ ਪ੍ਰਿੰਟਰ ਕੀ ਹੈ ਇਨਕਜੈਕਟ ਪ੍ਰਿੰਟਰ ਦੀ ਹੀ ਟਾਈਪ ਹੈ ਬੱਬਲ ਜੈਟ ਪ੍ਰਿੰਟਰ ਇਨਕਜੈਕਟ ਪ੍ਰਿੰਟਰ ਦੀ ਹੀ ਟਾਈਪ ਹੈ which is today's most common usb flash drive हां जी आजकल टाइम दी ਗੱਲ ਕਰੇ ਤਾਂ ਸਭ ਤੋਂ ਕੋਮਨ ਜਿਹੜੀ usb flash drive ਆ ਉਹ ਆਪਣੇ ਕੋਲ ਕੀ ਹੈ ਪੈਨ ਡਰਾਈਵ ਕੀ ਕਿਹਾ ਜਾਂਦਾ ਹੈ ਪੈਨ ਡਾਈਵ ਨੂੰ ਫਲੈਸ਼ ਡਰਾਈਵ ਵੀ ਕਿਹਾ ਜਾਂਦਾ ਹੈ ਪੈਨ ਡਾਈਵ ਨੂੰ ਕੀ ਕਿਹਾ ਜਾਂਦਾ ਹੈ ਫਲੈਸ਼ ਡਰਾਈਵ ਵੀ ਕਿਹਾ ਜਾਂਦਾ ਹੈ ਅੱਜ ਕੱਲ ਜੋ ਮੋਸਟ ਕਾਮਨਲੀ ਯੂਜ਼ ਹੁੰਦੀ ਹੈ what is light pen हां जी light pen ਕੀ ਹੈ ਲਾਈਟ ਪੈਨ ਦੀ ਗੱਲ ਕਰੇ ਤਾਂ ਲਾਈਟ ਪੈਨ ਕਿੱਥੇ ਯੂਜ਼ ਕੀਤਾ ਜਾਂਦਾ ਹੈ ਲਾਈਟ ਪੈਨ ਯੂਜ਼ ਕੀਤਾ ਜਾਂਦਾ ਜਾਂਦਾ ਕੁਝ ਐਜੀ ਸਕਰੀਨ ਜਿਹੜੀ ਸਿਮਿਲਰ ਹੋਵੇ ਮੋਸਟਲੀ ਸੀਆਰਟੀ ਸਕਰੀਨ ਤੇ ਯੂਜ਼ ਕੀਤਾ ਜਾਂਦਾ ਲਾਈਟ ਪੈਨ ਦੀ ਲਾਈਟ ਪੈਨ ਦੀ ਗੱਲ ਕਰੇ ਤਾਂ ਆਪਣੇ ਕੋਲ ਕੀ ਹੈ ਇਨਪੁਟ ਦੇ ਰਿਹਾ ਆਉਟਪੁਟ ਦੇ ਰਿਹਾ ਲਾਈਟ ਪੈਨ ਆਪਾਂ ਨੂੰ ਕੀ ਦੇ ਰਿਹਾ ਹੈ ਇਨਪੁਟ ਦੇ ਰਿਹਾ ਕਿਉਂਕਿ ਆਪਾਂ ਲਾਈਟ ਪੈਨ ਦੇ ਥਰੂ ਕੀ ਕਰ ਸਕਦਾ ਹੈ ਲਿਖ ਸੁ ਆਪਟੀਕਲ ਇਨਪੁਟ ਡਿਵਾਈਸ ਆਪਣੇ ਕੋਲ ਕੀ ਹੈ ਲਾਈਟ ਪੈਨ ਹੈ ਇਹ 바ਰ ਕੋਡ ਰੀਡਰ ਇਜ਼ ਅ ਐਗਜ਼ਾਮਪਲ ਆਫ ਹਾਂਜੀ 바ਰ ਕੋਡ ਰੀਡਰ ਕੀ ਹੈ ਬਾਰਕੋਡ ਰੀਡਰ ਬਾਰੇ ਤੁਹਾਨੂੰ ਆਪਾਂ ਪਹਿਲਾਂ ਵੀ ਦੱਸਿਆ ਸੀਗਾ ਕਿ ਨਾ ਬਾਰਕੋਡ ਰੀਡਰ ਦੀ ਗੱਲ ਕਰੀਏ ਮੈਂ ਸਿਰਫ ਕੀ ਕਰ ਸਕਦਾ ਡਾਕੂਮੈਂਟ ਨੂੰ ਸਕੈਨ ਕਰ ਸਕਦਾ ਲੇਕਿਨ ਸਕੈਨ ਹੋਈ ਚੀਜ਼ ਨੂੰ ਨਾ ਤਾਂ ਮੈਂ ਸੇਵ ਕਰ ਸਕਦਾ ਨਾ ਮੈਂ ਉਹਦਾ ਪ੍ਰਿੰਟ ਕਰ ਸਕਦਾ ਠੀਕ ਹੈ ਦੈਨ ਰਾਈਟ ਆਨਸਰ ਵਿਲ ਬੀ ਕੀ ਹੋ ਜਾਊਗਾ ਇਨਪੁਟ ਡਿਵਾਈਸ ਦੀ ਤਰ੍ਹਾਂ ਆਪਾਂ ਇਹਨੂੰ ਕੀ ਕਰਾਂਗੇ ਸੇਵ ਕਰਾਂਗੇ ਲੇਜ਼ਰ ਪ੍ਰਿੰਟਰ ਦੀ ਗੱਲ ਕਰੀਏ ਤਾਂ ਲੇਜ਼ਰ ਪ੍ਰਿੰਟਰ ਕਿਹਨੂੰ ਬਿਲੋਂਗ ਕਰਦਾ ਆਪਾਂ ਹੁਣ ਇਹ ਚੀਜ਼ਾਂ ਪੜ੍ਹ ਕੇ ਹਟਿਆ ਲੇਜ਼ਰ ਪ੍ਰਿੰਟਰ ਕਿਹਦੇ ਵਿੱਚ ਆ ਜਾਂਦਾ ਇੰਪੈਕਟ ਪ੍ਰਿੰਟਰ ਦੇ ਵਿੱਚ ਆ ਜਾਂਦਾ ਠੀਕ ਹੈ ਵੀ ਆਓ ਇੰਪੈਕਟ ਪ੍ਰਿੰਟਰ ਜਾਂ ਦੂਜੇ ਪਾਸੇ ਕੀ ਕਹਿੰਦਾ ਪੂਰੇ ਦਾ ਪੂਰਾ ਪੇਜ ਇੱਕੋ ਵਾਰੀ ਪ੍ਰਿੰਟ ਕਰ ਦਿੰਦਾ ਤਾਂ ਆਪਸ਼ਨ ਦੇ ਵਿੱਚ ਆਪਣੇ ਕੋਲ ਕੀ ਹੈ ਪੇਜ ਪ੍ਰਿੰਟਰ ਹੈ इकट्ठा पेज प्रिंट कादा ना लाइन कादा ना कैरेक्टर कादा ना वर्ड कादा ठीक है जी ओके वर्ट टाइप्स ऑफ डिवाइसेस इज ए डिजिटल कैमरा डिजिटल कैमरा की बात करी डिजिटल कैमरा किस तरह का डिवाइस है ਉਹ ਦੇਖੋ ਡਿਜੀਟਲ ਕੈਮਰਾ ਕਿਉਂਕਿ ਆਪਣੇ ਕੋਲ ਆਪਸ਼ਨ ਆਇਆ ਨਹੀਂ ਆਇਆ ਕਿਉਂਕਿ ਜਿਵੇਂ ਆ ਸਾਹਮਣੇ ਡਿਜੀਟਲ ਕੈਮਰਾ ਪਿਆ ਹੈ ਐਟ ਅ ਟਾਈਮ ਇੱਕ ਹੀ ਕਰਦਾ ਮੇਰੀ ਇਨਪੁਟ ਲੈ ਜਾਂਦਾ ਤੋਨੂੰ ਕਿਧਰੇ ਆਉਟਪੁੱਟ ਦੇ ਦਿਆ ਤਾਂ ਡਿਜੀਟਲ ਕੈਮਰਾ ਨੂੰ ਇਨਪੁਟ ਆਉਟਪੁੱਟ ਡਿਵਾਈਸਿਸ ਦੀ ਤਰ੍ਹਾਂ ਵੀ ਕਨਸੀਡਰ ਕੀਤਾ ਜਾਂਦਾ ਲੇਕਿਨ ਮੋਸਟਲੀ ਡਿਜੀਟਲ ਕੈਮਰਾ ਪਹਿਲਾਂ ਇਨਪੁਟ ਦਿੰਦਾ ਠੀਕ ਹੈ ਫਿਰ ਆਉਟਪੁੱਟ ਦਿੰਦਾ ਪਹਿਲਾਂ ਆਪਣੇ ਕੋਲ ਇਨਪੁਟ ਆਂਦੀ ਹੈ ਫਿਰ ਆਪਣੇ ਕੋਲ ਆਉਟਪੁਟ ਆਂਦੀ ਹੈ ਠੀਕ ਹੈ ਜਿਹਦੇ ਕਰਕੇ ਇਨਪੁਟ ਦੇ ਵਿੱਚ ਚੱਕਰ ਦੇ ਵਿੱਚ ਉਹਨੂੰ ਪਹਿਲਾਂ ਕਨਸਿਡਰ ਕੀਤਾ ਜਾਂਦਾ ਦੀ ਆਉਟਪੁਟ ਕੁਆਲਿਟੀ ਆਫ ਅ ਪ੍ਰਿੰਟਰ ਇਜ਼ ਮੈਜ਼ਰਡ ਬਾਈ ਆਉਟਪੁਟ ਕੁਆਲਿਟੀ ਆਫ ਪ੍ਰਿੰਟਰ ਪ੍ਰਿੰਟਰ ਦੀ ਆਉਟਪੁਟ ਕੁਆਲਿਟੀ ਕਿਵੇਂ ਮੈਜ਼ਰ ਕੀਤੀ ਜਾਂਦੀ ਹੈ ਪ੍ਰਿੰਟਰ ਦੀ ਜਿਹੜੀ ਆਉਟਪੁਟ ਕੁਆਲਿਟੀ ਆ ਉਹਦੇ ਮਤਲਬ ਕਿਤੀ ਜਾਂਦੀ ਹੈ ਵੀ 1 ਇੰਚ ਦੇ ਵਿੱਚ ਕਿੰਨੀ 1 ਇੰਚ ਦੇ ਵਿੱਚੋਂ ਕਿੰਨੀ ਡੋਟਸ ਦੇ थ्रू ਕੰਮ ਕਰ ਸਕਦਾ ਜਾਂ ਕੰਕਾ ਪ੍ਰਿੰਟ ਕਰ ਰਿਹਾ ਤਾਂ ਆਪਣੇ ਕੋਲ ਕੀ ਕਹਿੰਦੇ ਡੀ ਡੀਪੀਆਈ ਜਿਹਨੂੰ ਕੀ ਕਹਿੰਦਾ ਡੋਟਸ ਪਰ ਇੰਚ ਐਦਾਂ ਹੀ ਆਪਣੇ ਕੋਲ ਇੱਕ ਹੋਰ ਚੀਜ਼ ਆਂਦੀ ਆ ਪੀਪੀਆਈ ਪੀਪੀਆਈ ਦੀ ਗੱਲ ਕਰੀ ਤਾਂ ਪੀਪੀਆਈ ਕੀ ਦੀ ਮੈਜ਼ਰ ਕਰਦਾ ਵੀ ਕਿਰੀ ਰੈਜ਼ੋਲੂਸ਼ਨ ਕਿੰਨੀ ਜਾਲੀ ਵਧੀਆ ਤਾਂ ਆਪਣੇ ਕੋਲ ਕੀ ਆ ਮੋਨੀਟਰ ਦੀ ਗੱਲ ਕਰ ਰਹੇ ਆ ਵੀ 1 ਇੰਚ ਦੇ ਵਿੱਚ ਕਿੰਨੇ ਪਿਕਸਲ ਆ ਪਿਕਸਲ ਪਰ ਇੰਚ ਤਾਂ ਆਪਣੇ ਕੋਲ ਕੀ ਕਹਿੰਦਾ ਮੋਨੀਟਰ ਦੀ ਰੈਜ਼ੋਲੂਸ਼ਨ ਦੇ ਵਿੱਚ ਆਿੰਦਾ ਜਿੰਨੇ ਆਪਣੇ ਕੋਲ ਪਿਕਸਲ ਦੇ ਵਿੱਚ ਘੱਟ ਸੌਰੀ 1 ਇੰਚ ਦੇ ਵਿੱਚ ਜਿੰਨੇ ਘੱਟ ਪਿਕਸਲ ਹੋਣਗੇ ਉਹਨਾਂ ਵਧੀਆ ਤੁਹਾਡਾ ਕੀ ਹੋਊ होगा ओके ओके ऑफ द फॉलोइंग डिवाइसिस हार्ड कॉपी डिवाइस हां जी हार्ड कॉपी डिवाइस की गल की उन्हें कि हार्ड कॉपी इकजैक्ट प्रिंटर हां जी हार्ड कॉपी मिल जूगी एलसीडी मोनीटर ने नहीं मिलूगी एलसी डी प्रोजेक्टर हार्ड कॉपी है मोनीटर है, Monitor है? ਨਹੀਂ ਮਿਲੂਗੀ ਹਾਰਡ ਕਾਪੀ ਡੇਜ਼ੀ ਵਿਲ ਪ੍ਰਿੰਟਰ ਹਾਂਜੀ ਹਾਰਡ ਕਾਪੀ ਮਿਲ ਜੂਗੀ ਐਲਈਡੀ ਮੋਨੀਟਰ ਨਹੀਂ ਜੀ ਨਹੀਂ ਹਾਰਡ ਕਾਪੀ ਨਹੀਂ ਮਿਲੂਗੀ ਮਤਲਬ ਬੱਬਲ ਜੈਟ ਪ੍ਰਿੰਟਰ ਤੇ ਲੇਜ਼ਰ ਪ੍ਰਿੰਟਰ ਦੋਨੋਂ ਹੀ ਤੁਹਾਨੂੰ ਹਾਰਡ ਕਾਪੀ ਪ੍ਰੋਵਾਈਡ ਕਰ ਦੇਣਗੇ ਹਾਂਜੀ ਜੀਪੀਯੂ ਜੀਪੀਯੂ ਕੀ ਚੀਜ਼ ਹੈ ਕਿੰਨੇ ਕਿ ਰਹਿ ਗਏ 10 15 ਕੁਐਸਚਨ ਰਹਿ ਗਏ ਮੈਨੂੰ ਐਦਾ ਫਟਾਫਟ ਆਪਾਂ 10 ਮਿੰਟ ਦੇ ਵਿੱਚ ਖਤਮ ਕਰ ਦਈਏ ਠੀਕ ਹੈ ਹੁੰਦਾ ਕਿਉਂਕਿ ਇਨਪੁਟ ਆਉਟਪੁੱਟ ਦੇ ਰਿਲੇਟਡ ਠੀਕ ਆਪਾਂ ਹੋਰ ਸਪੀਡ ਕਿਚਦੇ ਆਂ ਜੀਪੀਯੂ ਦੀ ਗੱਲ ਕਰੀ ਤਾਂ ਆਪਣੇ ਕੋਲ ਕੀ ਹੈ ਨਾ ਗ੍ਰਾਫਿਕ ਪ੍ਰੋਸੈਸਿੰਗ ਯੂਨਿਟ ਇੱਕ ਐਸੀ ਚੀਜ਼ ਹੈ ਜੋ ਕਿ ਕਰਦਾ ਹੈ ਗ੍ਰਾਫਿਕ ਨੂੰ ਪ੍ਰੋਸੈਸ ਕਰਦਾ ਹੈ ਗ੍ਰਾਫਿਕਸ ਦੀ ਗੱਲ ਕਰੀਏ ਜੋ ਵੀਡੀਓਜ਼ ਦੇ ਵਿੱਚ ਹੁੰਦੇ ਆ ਜੋ ਗੇਮਿੰਗਸ ਦੇ ਵਿੱਚ ਹੁੰਦੇ ਆ ਜੋ ਮੂਵੀਜ਼ ਦੇ ਵਿੱਚ ਜਿਹੜੇ ਵੀ ਗ੍ਰਾਫਿਕਸ ਆ ਉਹਨਾਂ ਨੂੰ ਪ੍ਰੋਸੈਸ ਕਰਦਾ ਹੈ ਓਕੇ ਚਲੋ ਜੀ ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਕੀ ਆਇਆ ਸੀਪੀਯੂ ਕਿਵੇਂ ਮੈਜ਼ਰ ਕੀਤਾ ਇਹਨਾਂ ਦੇ ਦੇਖੋ ਇਹਨਾਂ ਦਾ ਥੋੜਾ ਖਾਸ ਤਰੀਕੇ ਨਾਲ ਧਿਆਨ ਦੇਣਾ ਕਰੰਟਲੀ ਜੋ ਆਪਣੇ ਕੋ ਸਪੀਡ ਚੱਲਦੀ ਹੈ ਉਸ ਅਕੋਰਡਿੰਗ ਆਨਸਰ ਦਵਾਂਗੇ ਸੀਪੀਯੂ ਦੀ ਅਗਰ ਆਪਾਂ ਜਨਰਲੀ ਗੱਲ ਕਰੀਏ ਤਾਂ ਇਹਨੂੰ ਹਰਸ ਦੇ ਵਿੱਚ ਮੈਜ਼ਰ ਕੀਤਾ ਜਾਂਦਾ ਸੀਪੀਯੂ ਦੀ ਅਗਰ ਆਪਾਂ ਜਨਰਲੀ ਗੱਲ ਕਰੀਏ ਤਾਂ ਇਹਨੂੰ ਹਰਸ ਦੇ ਵਿੱਚ ਮੈਜ਼ਰ ਕੀਤਾ ਜਾਂਦਾ ਹਰਸ ਨੂੰ ਹੋਰ ਕੀ ਕਿਹਾ ਜਾਂਦਾ ਹਰਸ ਨੂੰ ਕਿਹਾ ਜਾਂਦਾ ਕਲੋਕ ਸਪੀਡ ਕਲੋਕ ਸਪੀਡ ਦਾ ਕੀ ਮਤਲਬ ਹੁੰਦਾ ਵੀ ਕਿੰਨੀਆਂ ਇਨਸਟਰਕਸ਼ਨ ਕੈਰੀ ਕਰ ਸਕਦਾ ਕਿੰਨੀਆਂ ਇਨਸਟਰਕਸ਼ਨ ਸੀਪੀਯੂ ਕੈਰੀ ਕਰ ਸਕਦਾ ਉਹਨੂੰ ਆਪਾਂ ਕੀ ਕਹਿੰਦੇ ਕਲੋਕ ਸਪੀਡ ਕਹਿੰਦੇ ਲੇਕਿਨ ਅਗਰ ਆਪਾਂ ਕਰੰਟਲੀ ਟਾਈਮ ਦੀ ਗੱਲ ਕਰੀਏ ਤਾਂ ਆਪਣੇ ਕੋਲ ਕੀ ਆ ਜਾਊਗਾ ਜਿਹੜੇ ਗੀਗਾ ਬਾਈਟਸ ਹੈ ਇਹੇ ਯੂਸ ਹੋ ਰਹੀ ਹੈ CPU ਦੇ ਵਿੱਚ इवन के इवन ਮੈਗਾ ਹਰਟਸ ਵੀ ਆ ਜਿਹੜੀ ਯੂਸ ਕੀਤੀ ਜਾਂਦੀ ਹੈ ਮੈਗਾ ਹਰਟਸ ਪਹਿਲਾਂ ਯੂਸ ਕੀਤੀ ਜਾਂਦੀ ਸੀ ਜਿਹੜੀ ਲੇਕਿਨ ਅੱਜ ਕੱਲ ਦੇ CPU ਰੇਟਸ ਤੁਹਾਨੂੰ ਗੀਗਾ ਹਰਟਸ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਇਸ ਕਰਕੇ ਇਸ ਚੀਜ਼ ਦਾ ਧਿਆਨ ਦੇਣਾ ਜ਼ਰੂਰੀ ਹੈ ਐ ਐਕਸਪਲੇਨੇਸ਼ਨ ਰਹਿਣ ਦੋ ਕੁਝ ਕੁਸ਼ਚਨ ਨੇ ਜਿਨ੍ਹਾਂ ਦੇ ਵਿੱਚ ਆਪਣੇ ਕੋਲ ਐਕਸਪਲੇਨੇਸ਼ਨ ਬੰਦ ਹੀ ਹੈ ਡਰਮ ਪ੍ਰਿੰਟਰ ਬਿਲੋਂਗ ਟੂ ਵਿਚ ਆਫ ਦੀ ਫਾਲੋਇੰਗ ਕੈਟਾਗਰੀ ਹਾਂਜੀ ਡਰਮ ਪ੍ਰਿੰਟਰ ਬਾਰੇ ਆਪਾਂ ਪਿੱਛੇ ਰੀਸੈਂਟਲੀ ਪੜਿਆ ਸੀਗਾ ਠੀਕ ਹੈ ਗ੍ਰਾਮ ਪ੍ਰਿੰਟਰ ਦੀ ਗੱਲ ਕਰੀ ਤਾਂ ਉਹ ਕਿਹੜੀ ਕੈਟਾਗਰੀ ਦੇ ਵਿੱਚ ਆ ਜਾਂਦਾ ਠੀਕ ਹੈ ਤਾਂ ਆਪਣੇ ਕੋਲ ਆ ਜਾਂਦਾ ਲਾਈਨ ਪ੍ਰਿੰਟਰ ਦੇ ਵਿੱਚ ਜਿਹਦੇ ਵਿੱਚ ਆਪਾਂ ਕੀ ਕਰਦੇ ਆ ਪੇਪਰ ਨਾਲ ਕੰਟੈਕਟ ਕੀਤਾ ਜਾਂਦਾ ਠੀਕ ਹੈ ਤਾਂ ਆਪਣੇ ਕੋਲ ਕੀ ਆ ਜੂਗਾ ਲਾਈਨ ਪ੍ਰਿੰਟਰ ਨਹੀਂ ਜੀ ਨਹੀਂ ਓਕੇ ਨੈਕਸਟ ਦੇਖੋ ਆਪਣੇ ਕੋਲ ਕੀਆ QR ਕੋਡ QR ਕੋਡ ਦੀ ਗੱਲ ਕਰ ਰਿਹਾ ਜਿਹਨੂੰ ਆਪਾਂ ਕੀ ਕਹਿੰਦੇ ਆ ਕਵਿਕ ਰਿਸਪੌਂਸ ਕਹਿੰਦੇ ਆ ਕਵਿਕ ਰਿਸਪੌਂਸ ਦੀ ਗੱਲ ਕਰੀਏ ਤਾਂ ਕਵਿਕ ਰਿਸਪੌਂਸ ਸਭ ਤੋਂ ਪਹਿਲਾਂ ਕਿਹਦੇ ਦੁਆਰਾ ਬਣਾਇਆ ਗਿਆ ਸੀ ਜਾਪਾਨ ਦੀ ਕੋਟੋ ਮੋਬਾਈਲ ਕੰਟਰੀ ਸੀ ਜਿਨ੍ਹਾਂ ਦੇ ਦੁਆਰਾ ਇਹ ਬਣਾਏ ਗਏ ਸੀ ਤਾਂ ਇਹ ਕਦੋਂ ਬਣਾਏ ਗਏ ਸੀ ਇਹ 1994 ਦੇ ਵਿੱਚ ਬਣਾਏ ਗਏ ਸੀ ਇਹਨੂੰ ਆਪਾਂ 2 ਡਾਈਮੈਂਸ਼ਨਲ ਮੈਟ੍ਰਿਕਸ ਵੀ ਕਿਹਾ ਜਾਂਦਾ ਹੈ ਕਿ 2 ਡਾਈਮੈਸ਼ਨਲ ਮੈਟ੍ਰਿਕਸ 바ਰ ਕੋਡ ਵੀ ਕਿਹਾ ਜਾਂਦਾ ਇਸ ਤੋਂ ਸਿਵਾ ਇਹਨੂੰ ਜਪਾਨੀਸ ਮੈਟ੍ਰਿਕਸ 바ਰ ਕੋਡ ਵੀ ਕਿਹਾ ਜਾਂਦਾ ਹੈ ਠੀਕ ਹੈ ਜਪਾਨੀਸ ਮੈਟ੍ਰਿਕਸ 바ਰ ਕੋਡ ਵੀ ਕਿਹਾ ਜਾਂਦਾ ਹੈ एम आई सी आर एम आई सी आर ਦੀ ਗੱਲ ਕਰੀਏ ਮੋਸਟਲੀ ਬੈਂਕਿੰਗ ਦੇ ਵਿੱਚ ਯੂਜ਼ ਕਿੰਦਾ ਕੀਤਾ ਜਾਂਦਾ ਠੀਕ ਹੈ ਚੈਕ ਜਿਹੜੇ ਚੈਕ ਹੁੰਦੇ ਆ ਚੈਕ ਦੇ ਨੀਚੇ ਇੱਕ ਨੰਬਰ ਲਿਖਿਆ ਹੁੰਦਾ ਜਿਹਨੂੰ ਕੀ ਕਹਿੰਦਾ ਹੈ एम आई सी आर ਮੈਗਨੇਟਿਕ ਇਨਕ ਕਰੈਕਟਰ ਰਿਕੋਗਨੀਸ਼ਨ ਮੈਗਨੇਟਿਕ ਇਨਕ ਕਰੈਕਟਰ ਰਿਕੋਗਨੀਸ਼ਨ ਠੀਕ ਹੈ ਬਿਲਕੁਲ ਜੀ ਬਿਲਕੁਲ অপਸ਼ਨ ਏ ਫਰਦਰ ਓਐਮਆਰ ਦੀ ਗੱਲ ਕਰੇ ਤਾਂ ਆਪਣੇ ਕੋਲ ਕੀ ਆ ਜੋ ਤੁਹਾਨੂੰ ਉਹ ਨਹੀਂ ਤੁਹਾਨੂੰ ਪਹਿਲਾਂ ਹੀ ਤੁਹਾਨੂੰ ਦੱਸਿਆ ਪੁੱਛਿਆ ਸੀਗਾ ਠੀਕ ਆ ਆਪਟੀਕਲ ਮਾਰਕ ਰਿਕੋਗਨੀਸ਼ਨ ਆਪਣੇ ਕੋਲ ਰਾਈਟ ਆਨਸਰ ਆ ਜਾਂਦਾ ਓਐਮਆਰ ਦਾ ਠੀਕ ਹੈ ਆ ਆ ਇਨਪੁਟ ਡਿਵਾਈਸਿਸ ਇਹਨਾਂ ਦੀ ਗੱਲ ਕਰੀਏ ਇਹਨਾਂ ਚੋ ਇਨਪੁਟ ਡਿਵਾਈਸਿਸ ਕੀ ਹੈ ਟਰੈਕ ਬੋਲ ਦੀ ਗੱਲ ਕਰੀਏ ਇਨਪੁਟ ਹੋ ਰਹੀ ਹੈ ਸਕੈਨਰ ਦੀ ਗੱਲ ਕਰੀਏ ਇਨਪੁਟ ਹੋ ਰਹੀ ਹੈ ਟੱਚ ਸਕਰੀਨ ਦੀ ਗੱਲ ਕਰੀਏ ਇਨਪੁਟ ਹੋ ਰਹੀ ਹੈ ਐਮ ਆਈ ਸੀ ਆਰ ਦੀ ਗੱਲ ਕਰੀਏ ਇਨਪੁਟ ਹੋ ਰਹੀ ਹੈ ਮਤਲਬ ਸਾਰੇ ਸਾਰੇ ਆਪਣੇ ਕੋਲ ਕੀ ਨੇ ਇਨਪੁਟ ਨੇ ਅ ਨੋਟ ਐਂਡ ਨੋਟ ਐਨ ਆਉਟਪੁੱਟ ਡਿਵਾਈਸ ਜਿਹੜਾ ਆਉਟਪੁੱਟ ਨਹੀਂ ਹੈ ਮੋਨੀਟਰ ਆਉਟਪੁੱਟ ਦੇ ਰਿਹਾ ਹਾਂਜੀ ਦੇ ਰਿਹਾ ਪ੍ਰਿੰਟਰ ਆਉਟਪੁੱਟ ਦੇ ਰਿਹਾ ਦੇ ਰਿਹਾ ਹੈਡਫੋਨ ਆਪਾਂ ਨੂੰ ਆਉਟਪੁੱਟ ਦੇ ਰਿਹਾ ਸਪੀਕਰ ਦੇ ਥਰੂ ਦੇ ਰਿਹਾ ਸਪੀਕਰ ਆਉਟਪੁੱਟ ਦੇ ਰਿਹਾ ਦੇ ਰਿਹਾ ਸਕੈਨਰ ਆਪਣਾ ਕੀ ਕਰਦਾ ਇਨਪੁੱਟ ਕਰਦਾ ਹੈ ਸਕੈਨਰ ਕੀ ਕਰਦਾ ਇਨਪੁੱਟ ਕਰਦਾ ਬਿਲਕੁਲ ਉਸ ਤੋਂ ਬਾਅਦ ਵਟ ਪ੍ਰਿੰਟਰ ਯੂਜ਼ਡ ਇਨ ਏਟੀਐਮ ਹਾਂਜੀ ਏਟੀਐਮ ਮਸ਼ੀਨਸ ਦੇ ਵਿੱਚ ਕਿਹੜਾ ਪ੍ਰਿੰਟਰ ਯੂਜ਼ ਕੀਤਾ ਜਾਂਦਾ ਤਾਂ ਜਿਵੇਂ ਕਿ ਪਿੱਛੇ ਇੱਕ ਬੱਚੇ ਨੇ ਆਨਸਰ ਦਿੱਤਾ ਸੀ ਤਾਂ ਆਪਣੀ ਕੋ ਰਾਈਟ ਆਨਸਰ ਕੀ ਆ ਜੂਗਾ ਥਰਮਲ ਪ੍ਰਿੰਟਰ ਹੈ ਜਿਹੜਾ ਯੂਜ਼ ਕੀਤਾ ਜਾਂਦਾ ਏਟੀਐਮ ਦੇ ਵਿੱਚ ਕਿਉਂਕਿ ਜਿਹੜੇ ਵੀ ਥਰਮਲ ਪ੍ਰਿੰਟਰ ਹੁੰਦੇ ਆ ਉਹਨਾਂ ਦਾ ਤੁਸੀਂ ਧਿਆਨ ਰੱਖਿਓ ਔਰ ਇਹ ਪੇਜ ਹੈ ਜਿਹੜੇ ਅਲੱਗ ਹੁੰਦੇ ਆ ਜਿਵੇਂ ਫੈਕਸ ਮਸ਼ੀਨ ਹੈ ਜਿਹੜੀ ਫੈਕਸ ਮਸ਼ੀਨ ਆ ਉਹਦੇ ਵਿੱਚ ਵੀ ਥਰਮਲ ਪ੍ਰਿੰਟਰ ਹੀ ਯੂਜ਼ ਹੁੰਦਾ ਹੈ ਫੈਕਸ ਮਸ਼ੀਨ ਦੇ ਵੀ ਜਿਹੜੇ ਮਤਲਬ ਪੇਜੀਸ ਆ ਉਹ ਡਿਫਰੈਂਟ ਹੁੰਦੇ ਆ ਬਸ ਉਥੋਂ ਤੁਹਾਨੂੰ ਆ वट काइड ऑफ डिवाइस आर हैडफोन एंड स्पीकर हूँ ही आप पढ़ के उठे हैंडफोन एंड स्पीकर की गल करिए दोनों आप दे रहे आउटपुट दे रहे ठीक है तो अपने को आ गया बिल्कुल सही गुरप्रीत बिल्कुल सही आउटपुट डिवाइस देू एस बी की गल करिए यू एस बी नया जाता है यूनिवर्सल बस पोर्ट किया जाता की क्या यूनीवर्स सॉरी बस स्पोर्ट की कह दिया अच्छा यू एस बी यूनिवर्सल सीरीयल बस सॉरी यूनिवर्सल सीरीयल बस अपने कोप्शन डी ਅਗਰ ਆਪਾਂ USB ਦੀ ਗੱਲ ਕਰੀਏ ਤਾਂ ਕਰੰਟਲੀ ਇਹ ਰਿਲੇਟਡ ਕੁਝ ਕੁਐਸਚਨ ਬਣ ਸਕਦੇ ਆ ਕਿ USB ਦੇ ਕਿਹੜੇ ਕਿਹੜੇ ਟਾਈਪਸ ਨੇ USB A ਹੋ ਜਾਂਦੀ ਹੈ USB B ਹੋ ਜਾਂਦੀ ਹੈ USB C ਆ ਜਾਂਦੀ ਹੈ ਠੀਕ ਹੈ USB ਮਾਈਕਰੋ B ਵੀ ਆ ਜਾਂਦੀ ਹੈ USB ਮਾਈਕਰੋ C ਵੀ ਆ ਜਾਂਦੀ ਹੈ ਠੀਕ ਹੈ USB 2.0 USB 3.0 ਐਦਾਂ ਅਗਰ ਦੇਖਿਆ ਜਾਵੇ 10-15 ਟਾਈਪਸ ਨੇ USB ਦੀਆਂ ਠੀਕ ਹੈ ਲੇਕਿਨ ਅਗਰ ਥੋੜਾ ਧਿਆਨ ਦਿੱਤਾ ਜਾਵੇ ਤਾਂ USB ਦੀ ਸਪੀਡ ਦੇ ਉੱਤੇ ਵੀ ਕੁਐਸਚਨ ਪੁੱਛੇ ਜਾ ਸਕਦੇ ਆ ਤਾਂ ਐਦਾਂ ਮਤਲਬ ਤਾਂ ਸਪੀਡ ਤਾਂ ਅੱਜਕੱਲ ਕਾਫੀ ਹੋਣ ਲੱਗੀ 100 MBPS ਤੱਕ ਦੀ ਸਪੀਡ ਆਣ ਲੱਗੀ USB ਦੇ ਵਿੱਚ ਓਕੇ ਤਾਂ ਇਹ ਮਤਲਬ ਅੰਨਾ ਤਾਂ ਨਹੀਂ ਅੰਨਾ ਤਾਂ ਨਹੀਂ ਪੁੱਛੂਗਾ ਵੀ ਟਾਈਪਸ ਕਿੰਨੇ ਨੇ ਹਾਂ USB A B C 1.0 2.0 3.0 ਇਹਦੇ ਰਿਲੇਟਡ ਕੁਝ ਕੁਐਸਚਨ ਬਣ ਸਕਦੇ ਇਹਦੇ ਵਿਚ ਆਫ ਦੀ ਫੋਲੋਇੰਗ ਇਸ ਨੋਟ ਐਨ ਇੰਟੀਗ੍ਰੇਟਿਡ ਪਾਰਟ ਆਫ ਕੰਪਿਊਟਰ ਸਿਸਟਮ ਹਾਂਜੀ ਜੋ ਕੰਪਿਊਟਰ ਸਿਸਟਮ ਦਾ ਇੰਟੀਗ੍ਰੇਟਿਡ ਪਾਰਟ ਨਹੀਂ ਹੈ ਮਤਲਬ ਜਿਹੜਾ ਕੈਬਿਨੇਟ ਆ ਮਤਲਬ ਜਿਹੜਾ ਸਿਸਟਮ ਹੁੰਦਾ ਉਹਦੇ ਵਿੱਚ ਇਨਕਲੂਡਡ ਨਹੀਂ ਹੈ ਇੱਕ ਅਲੱਗ ਤੋਂ ਆਪਣੇ ਕੋਲ ਚੀਜ਼ ਆ ਜਾਂਦੀ ਹੈ ਜੋ ਆਪਣੇ ਕੋਲ ਕੀ ਕਹਿੰਦੇ ਆ ਯੂਪੀਐਸ ਜਿਹਨੂੰ ਆਪਾਂ ਕੀ ਕਿਹਾ ਜਾਂਦਾ ਅਨ ਇੰਟਰਪਟਿਡ ਪਾਵਰ ਸਪਲਾਈ ਹਾਂਜੀ ਅਗਰ ਆਪਾਂ ਗੱਲ ਕਰੀਏ which is known as the middle button of the third mouse button ਜਿਹੜਾ ਮਾਊਸ ਦੇ ਵਿੱਚ ਇੱਕ ਤੀਜਾ ਬਟਨ ਹੁੰਦਾ ਜਿਹੜਾ ਮਿਡਲ ਬਟਨ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਹੈ ਮਿਡਲ ਬਟਨ ਦੀ ਗੱਲ ਕਰੀਏ ਤਾਂ ਆਪਨੇ ਕੋਲ ਕੀ ਆਂਦਾ ਸਕਰੋਲ 휠 ਨੂੰ ਆਪਾਂ ਕੀ ਕਹਿੰਦੇ ਆ ਮਿਡਲ ਬਟਲ ਕਹਿ ਦਿੰਨੇ ਹਾਂ which of the following is video capturing device ਜਿਹੜਾ ਵੀਡੀਓ ਨੂੰ ਕੈਪਚਰ ਕਰ ਲੈਂਦਾ ਜਿਵੇਂ ਮੇਰੇ ਸਾਹਮਣੇ ਇਹ ਕੈਮਰਾ ਪਿਆ ਹੈ ਕੈਮਰਾ ਕੀ ਕਰ ਰਿਹਾ ਵੀਡੀਓ ਨੂੰ ਕੈਪਚਰ ਕਰ ਰਿਹਾ ਤਾਂ ਆਪਾਂ ਅਗਰ ਕੁਐਸਚਨ ਦੀ ਗੱਲ ਕਰੀਏ ਆਪਸ਼ਨ ਦੇ ਵਿੱਚ ਆਪਨੇ ਕੋਲ ਪ੍ਰੋਜੈਕਟ ਕੀ ਕਰਦਾ ਵੀਡੀਓ ਨੂੰ ਪ੍ਰੋਜੈਕਟ ਕਰਦਾ ਕਿਸੇ ਹੋਰ ਤੇ ਮੋਨੀਟਰ ਕੀ ਕਰਦਾ ਆ ਆਉਟਪੁੱਟ ਦਿੰਦਾ ਆ ਵੀਡੀਓ ਦੀ ਠੀਕ ਆ ਸਕੈਨਰ ਕੀ ਕਰਦਾ ਆ ਜੋ ਡਾਕੂਮੈਂਟ ਨੂੰ ਡਿਜੀਟਲ ਸਕੈਨ ਕਰਦਾ ਆ ਇਨਪੁੱਟ ਦੀ ਫਾਰਮ ਦੇ ਵਿੱਚ ਲੇਕਿਨ ਵੀਡੀਓ ਨੂੰ ਕੈਪਚਰ ਕਰਨ ਕਰਦਾ ਆ ਵੈਬਕੈਮ ਵੀਡੀਓ ਨੂੰ ਕੈਪਚਰ ਕਰ ਰਿਹਾ ਹੈ ਵਿਚ ਆਫ ਦੀ ਫੋਲੋਇੰਗ ਡਿਵਾਈਸ ਇਸ ਅ ਵਿਜੂਅਲ ਡਿਸਪਲੇ ਯੂਨਿਟ ਜਿਹੜੀ ਇਟਸੈਲਫ ਵਿਜੂਅਲ ਡਿਸਪਲੇ ਯੂਨਿਟ ਆ ਜਿਵੇਂ ਕਿ ਤੁਹਾਡੇ ਮੋਬਾਈਲ ਦੀ ਸਕਰੀਨ ਜਿਵੇਂ ਕਿ ਤੁਹਾਡੇ ਲੈਪਟਾਪ ਦੀ ਸਕਰੀਨ ਜਿਵੇਂ ਕਿ ਤੁਹਾਡੇ ਕੰਪਿਊਟਰ ਦੇ ਮੋਨੀਟਰ ਉਹ ਕੀ ਆ ਤੁਹਾਨੂੰ ਜਿਹੜੀ ਵਿਜੂਅਲ ਦੇ ਰਿਹਾ ਹੈ ਠੀਕ ਹੈ ਜੋ ਕੀ ਕਰ ਰਿਹਾ ਤੁਹਾਨੂੰ ਵਿਜ਼ੂਅਲ ਦੇ ਰਿਹਾ ਮਤਲਬ ਆਪਣੇ ਕੋ ਰਾਈਟ ਆਨਸਰ ਹੋ ਰਿਹਾ ਕਿ ਆ ਜਾਊਗਾ ਮੋਨੀਟਰ ਮੋਨੀਟਰ ਤੁਹਾਨੂੰ ਕੀ ਦੇ ਰਿਹਾ ਵਿਜ਼ੂਅਲ ਆਉਟਪੁੱਟ ਦੇ ਰਹੇ ਨੇ ਆਉਟਪੁੱਟ ਡਿਵਾਈਸਿਸ ਆਫ ਅ ਕੰਪਿਊਟਰ ਵਿਚ ਇਜ਼ ਯੂਜ਼ਡ ਬਾਏ ਐਪਲੀਕੇਸ਼ਨ दैट ਇਨਕਲੂਡ ਡਰਾਇੰਗ ਗ੍ਰਾਫਿਕਸ మేਕਿੰਗ ਮੈਪਸ ਪਲੋਟਿੰਗ ਸਿਵਲ ਇੰਜੀਨੀਅਰਿੰਗ ਡਰਾਇੰਗਸ ਐਂਡ ਮਸ਼ੀਨਿੰਗ ਕੰਪੋਨੈਂਟ हां जी कुछ एज ही चीज जिधे थ्रू आपा नु आउटपुट मिल रही है एप्लीकेशन दी आउटपुट भी कुछ इस तरह दी मिल रही है जो काफी हाई लेवल ते है ठीक है मतलब जीदी प्रिंट आउट या अगर देखा जावे बड़े पडर ते कर रहे हैं जिधे वे जमे ਤੁਸੀਂ ਮੈਥਸ ਤੋਂ ਆਈਡੀਆ ਲਗਾ ਸਕਦੇ ਹੋ ਸਿਵਲ ਇੰਜੀਨੀਅਰਿੰਗ ਡਰਾਇੰਗਸ ਤੋਂ ਆਈਡੀਆ ਲਗਾ ਸਕਦੇ ਹੋ मतलब मैं की कर रहा प्लॉटर निकाल कर है जिमे फॅक्स हो गया ए0 हो गया ए3 हो गया अगेन ए0 ए1 ए2 ए3 a4 ਇਹਨਾਂ ਦੇ ਸਾਈਜ਼ਸ ਤੇ ਧਿਆਨ ਰੱਖ ਲਿਓ ਕਦੇ ਵੀ ਕੁਝ ਵੀ ਕੁਚਨ ਬਣ ਸਕਦਾ ਹੈ ਓਕੇ ਇਟ ਇਜ਼ ਅ ਸਮਾਲ ਵਾਈਰਲੈਸ ਹੈਂਡ ਹੈਲਡ ਹਾਂਜੀ ਹੈਂਡ ਹੈਲਡ ਡਿਵਾਈਸ ਦੀ ਗੱਲ ਕਰ ਰਿਹਾ ਡੈਟਸ ਯੂਜ਼ ਫੋਰ ਸਕੈਨ ਜਿਹੜਾ ਸਕੈਨ ਲਈ ਯੂਜ਼ ਕੀਤਾ ਜਾਂਦਾ ਮਤਲਬ ਸਕੈਨਰ ਦੇ ਵਿੱਚ ਆਪਾਂ ਹੈਂਡ ਹੈਲਡ ਦੀ ਗੱਲ ਕਰ ਰਿਹਾ ਹੈਂਡ ਹੈਲਡ ਦੀ ਅਗਰ ਮੈਂ ਗੱਲ ਕਰ ਰਿਹਾ ਮਤਲਬ ਕਿੱਥੇ ਯੂਜ਼ ਕੀਤਾ ਜਾਊਗਾ ਮਾਲਸ ਦੇ ਵਿੱਚ ਠੀਕ ਹੈ ਸ਼ਾਪਿੰਗ ਮਾਲਸ ਠੀਕ ਹੈ ਗਰੋਸਰੀ ਸ਼ਾਪਸ ਉਹਨਾਂ ਦੇ ਵਿੱਚ ਯੂਜ਼ ਕੀਤਾ ਜਾਂਦਾ ਤਾਂ ਉਹ ਕਦੇ ਲਈ ਯੂਜ਼ ਕੀਤਾ ਜਾਂਦਾ ਆਪਣਾ ਸਕੈਨ ਕਰਨ ਲਈ ਕਿਨੂੰ ਸਕੈਨ ਕਰਨ ਲਈ ਬਾਰ ਕੋਡ ਨੂੰ ਜਿਹੜੇ ਬਾਰ ਕੋਡ ਸਕੈਨ ਹੁੰਦੇ ਆ ਉਹਨਾਂ ਨੂੰ ਸਕੈਨ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਵਿਚ ਪ੍ਰਿੰਟਰ ਇਸ ਵਾਈਡਲੀ ਯੂਜ਼ਡ ਇਨ ਫੈਕਸ ਮਸ਼ੀਨ ਹਾਂ ਜੀ ਫੈਕਸ ਮਸ਼ੀਨ ਦੇ ਵਿੱਚ ਜਿਹੜੇ ਮੈਕਸਿਮਮ ਪ੍ਰਿੰਟਰ ਯੂਜ਼ ਕੀਤੇ ਜਾਂਦੇ ਆ ਤੇ ਹੁਣੀ ਤੁਹਾਨੂੰ ਕਰਕੇ ਹਟਿਆ ਹੁਣੀ ਆਪਾਂ ਇਹਦਾ ਆਨਸਰ ਦੇਖ ਕੇ ਹਟਿਆ ਠੀਕ ਹੈ ਫੈਕਸ ਮਸ਼ੀਨ ਦੀ ਗੱਲ ਕਰੀਏ ਤਾਂ ਥਰਮਲ ਪ੍ਰਿੰਟਰ ਹੈ ਜਿਹੜੇ ਫੈਕਸ ਮਸ਼ੀਨ ਦੇ ਵਿੱਚ ਯੂਜ਼ ਕੀਤੇ ਜਾਂਦੇ ਆ ਠੀਕ ਹੈ ਜੀ ऑप्टिकल माउस यूजड हां जी ਜਿਹੜਾ ਆਪਟੀਕਲ ਮਾ우스 ਨੇ ਠੀਕ ਆ ਜਿਹੜੇ ਅੱਜ ਕੱਲ ਦੇ ਆਹ ਮਾ우스 ਨੇ ਠੀਕ ਆ ਜਿਵੇਂ ਆਹ ਆਪਣੇ ਕੋਲ ਉਰੇ ਮਾ우스 ਪਿਆ ਹੈ ਇਹ ਮਾ우스 ਦੀ ਗੱਲ ਕਰਾਂ ਤਾਂ ਆਹ ਆਪਟੀਕਲ ਮਾ우스 ਦੇ નીચે ਜਿਹੜੀ ਲਾਈਟ ਹੈ ਉਹ ਕੀ ਚੀਜ਼ ਆ ਕਿਹੜੀ ਲਾਈਟ ਉਹ ਯੂਜ਼ ਕਰਦਾ ਤਾਂ ਰਾਈਟ ਆਨਸਰ ਆਪਣੇ ਕੋਲ ਕੀ ਆ ਜੂਗਾ ਲਾਈਟ ਇਮਿਟਿੰਗ ਡਾਇਓਡ ਕਿਹੜੇ ਲਾਈਟ ਇਮਿਟਿੰਗ ਡਾਇਓਡ ਆ ਜਿਹੜੇ ਉਹ ਯੂਜ਼ ਕਰਦੀ ਹੈ ਆਪਟੀਕਲ ਮਾ우스 ਓਕੇ ਚਲੋ ਜੀ ਦੈਟਸ ਆਲ ਫॉर ਟੂਡੇ ਅੱਜ ਜੇ ਅਗਰ ਗੱਲ ਕਰੀਏ ਪੂਰੀ ਕਲਾਸ ਦੇ ਵਿੱਚ ਆਪਾਂ 100 ਕੁਐਸਚਨ ਕਵਰ ਕੀਤੇ ਆ ਠੀਕ ਆ ਸਵਾ ਦੋ ਹੋਣ ਵਾਲੇ ਆ ਤਾਂ ਆਪਾਂ ਕਿੰਨੇ ਵਜੇ ਸ਼ੁਰੂ ਕੀਤਾ ਸੀ ਆਪਾਂ ਮਤਲਬ 1 ਘੰਟਾ 45 ਮਿੰਟ ਆਪਾਂ ਲੈ ਕੇ ਚੱਲੇ ਆ ਪੂਰੇ ਹਨਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਜੀ ਤੁਹਾਡਾ ਜੋ ਤੁਸੀਂ ਬਣੇ ਰਹੇ ਠੀਕ ਆ ਜੀ 2:30 ਵਜੇ ਇੱਕ ਸੈਸ਼ਨ ਆ ਯੋਗੇਸ਼ਰ ਦਾ ਉਹ ਸੈਸ਼ਨ ਕੀਤਾ ਸੀਗਾ ਮੈਂ ਭੁੱਲ ਗਿਆ ਆਈ ਥਿੰਕ ਵਰਲਡ ਕਪ ਦੇ ਉੱਤੇ ਸੈਸ਼ਨ ਸੀਗਾ ਕੁਝ ਰਿਲੇਟਡ ਠੀਕ ਹੈ ਤਾਂ ਉਹ ਵੀ ਦੇਖ ਲਓ ਆਪਣੀ ਰੈਸਟ ਕਰ ਲਓ ਓਕੇ ਚਲੋ ਜੀ ਦੈਟਸ ਆਲਸੋ ਫॉर ਟੁਡੇ ਹਾਂ ਜੀ ਠੀਕ ਹੈ ਜੀ ਠੀਕ ਹੈ ਤਾਂ ਰਿਵੀਜ਼ਨ ਕਰ ਲਓ ਪ੍ਰੈਕਟਿਸ ਕਰ ਲਓ ਠੀਕ ਹੈ ਬਾਕੀ ਹੈ ਗਈਆਂ ਪ੍ਰੈਕਟਿਸ ਕਰਾਉਣ ਨੂੰ ਠੀਕ ਹੈ ਦੈਟਸ ਆਲਸੋ ਟੁਡੇ ਟੇਕ ਕੇਅਰ ਬਾਏ ਬਾਏ ਸੀ ਯੂ ਐਂਡ ਜਾਹਿੰਦ ਇੰਜੋਏ ਕਰੋ ਜੀ ਠੀਕ ਹੈ ਜੀ ਠੀਕ ਹੈ